ਸਿਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘਲ, ਹਰਜੀਤ ਸਿੰਘਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:17 ਹੋਏ ਨੇ ਅਤੇ 1 ਸਤੰਬਰ ਹੋ ਗਿਆ, ਠੰਡ ਆਉਂਦੀ ਜਾਂਦੀ ਹੈ ਅਤੇ ਵਰ੍ਹਾ 2021 ਦਾ ਬੁੱਧਵਾਰ ਹੈ। 18 ਭਾਦੋਂ ਨਾਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਇਸ ਪੰਜਾਬ ਦੇ ਝਰੋਖੇ ਦੇ ਵਿੱਚੋਂ ਗੱਲਬਾਤ ਕਰਨ ਤੋਂ ਬਾਅਦ ਕੁਝ ਖਬਰਾਂ ਦੇ ਨਾਲ ਨਾਲ ਖੁੱਲ੍ਹੀ ਵਿਚਾਰ ਚਰਚਾ ਅਤੇ ਪੰਜਾਬ ਤੋਂ ਕੋਸ਼ਿਸ਼ ਕਰ ਰਹੇ ਹਾਂ ਸਰਦਾਰ ਵੇਰਕਾ ਨੂੰ ਲਿਆਉਣ ਦੀ ਕਿ ਸੈਣੀ ਵਾਲੇ ਕੇਸ 'ਚ ਕੀ ਹੋਇਆ ਸੀ, ਸੈਣੀ ਖੜ੍ਹਾ ਹੀ ਕਿਵੇਂ ਡਿੱਗ ਗਿਆ, ਡਰਾਮਾ ਸੀ ਜਾਂ ਕੋਈ ਕਹਾਣੀ ਸੀ, ਇਸ 'ਤੇ ਗੱਲਬਾਤ ਹੋਏਗੀ। ਅਤੇ ਜਿਹੜੀ ਬੰਦ ਲਿਫਾਫੇ ਨੇ 9 ਨੇ ਵੱਡੇ ਵੱਡੇ ਸੌਦਾਗਰਾਂ ਦੇ ਹਾਈ ਕੋਰਟ 'ਚ ਪਏ ਨੇ, ਉਹਨਾਂ ਦੇ ਖੁੱਲ੍ਹਣ ਦੇ ਬਾਰੇ ਕੀ ਗੱਲ ਹੈ, ਅਤੇ ਹਾਲੇ ਤਾਂ ਕਲੇਸ਼ ਨਹੀਂ ਮੁੱਕਦਾ। ਮੁੱਖ ਮੰਤਰੀ ਕਲੇਸ਼ ਤੋਂ ਪਨਾਹ ਹੋਵੇ ਅਤੇ ਕੰਮ ਆਪਣੇ ਸੂਬੇ ਵੱਲ ਝਾਕ ਕੇ। ਨਾਲ ਹੀ 1996 ਦੇ ਵਿੱਚ ਰੈਵਨਿਊ ਕੈਨੇਡਾ ਦੇ ਇੱਕ ਵਿਸਲ ਬਲੋਅਰ ਨੇ ਗੱਲ ਦੱਸੀ ਸੀ ਕਿ ਧਨਾੜ ਆਦਮੀ ਧੜਾਧੜ ਪੈਸਿਆਂ ਦੇ ਨਾਲ ਧੜਾਧੜ ਮਹਿੰਗੇ ਘਰ ਖਰੀਦ ਰਹੇ ਨੇ ਵੈਨਕੂਵਰ ਦੇ ਏਰੀਏ 'ਚ, ਅਤੇ ਉਹ ਇਨਕਮ ਦਿਖਾ ਰਹੇ ਨੇ ਕੱਖ ਵੀ ਨਹੀਂ। 1996 ਤੋਂ ਲੈ ਕੇ ਹੁਣ ਤੱਕ, ਮਤਲਬ 25 ਵਰ੍ਹਿਆਂ ਬਾਅਦ ਹੁਣ ਕੈਨੇਡਾ ਰੈਵਨਿਊ ਏਜੰਸੀ ਨੇ ਇਹ ਰਿਪੋਰਟ ਬਾਹਰ ਦਿੱਤੀ ਹੈ ਕਿ ਕੀ ਕੁਛ ਹੋਇਆ ਉਸ ਸਮੇਂ ਤੋਂ ਜਦ ਉਸਨੇ ਇਹ ਦੱਸਿਆ। ਉਸ ਤੋਂ ਬਾਅਦ ਫਿਰ ਉਹਨੇ ਸਾਊਥ ਚਾਈਨਾ ਮੋਰਨਿੰਗ ਪੋਸਟ ਪੇਪਰ ਨੂੰ ਦੱਸਿਆ। ਉਸ ਦੇ ਇੱਕ ਜਰਨਲਿਸਟ ਨੇ 2016 ਦੇ ਵਿੱਚ ਰਾਈਟ ਆਫ ਇਨਫੋਰਮੇਸ਼ਨ ਪਾਈ ਐਕਟ ਦੇ ਥੱਲੇ ਇਨਫੋਰਮੇਸ਼ਨ, ਅਤੇ 5 ਵਰ੍ਹਿਆਂ ਬਾਅਦ ਹੁਣ ਰੈਵਨਿਊ ਕੈਨੇਡਾ ਨੇ ਉਹਨਾਂ ਨੂੰ ਦੱਸਿਆ ਕਿ ਕੀ ਹੋਇਆ। ਕਿਵੇਂ 3 ਮਿਲੀਅਨ ਦਾ ਘਰ ਕੁਕਿਟਲਮ ਦੇ ਵਿੱਚ ਖਰੀਦਿਆ ਅਤੇ ਉਹਨੇ ਇਨਕਮ ਦਿਖਾਈ $174 ਸਾਲ ਦੀ। ਤੁਸੀਂ ਕਹਿੰਦੇ ਹੋ ਅਫੋਰਡੇਬਿਲਟੀ, ਇਹਦਾ ਦੇਸ਼ ਦਾ ਸੱਤਿਆਨਾਸ ਇਹਨਾਂ ਸਰਕਾਰਾਂ ਨੇ ਕਰ ਦਿੱਤਾ। 604-206-600-604-204-0600 ਔਨ ਏਅਰ ਨੰਬਰ ਰਹੇਗਾ, ਅਤੇ 604-729-1224 6047291224 ਇਹ ਮੇਰਾ ਨੰਬਰ ਹੈ ਜਿੱਥੇ ਤੁਹਾਡਾ ਸੁੱਖ ਸੁਨੇਹਾ ਕੋਈ ਵੀ ਮਸ਼ਵਰਾ ਤੁਸੀਂ ਭੇਜਣਾ ਹੋਵੇ। ਜਿਹੜੇ ਨੀਲੇ ਅੰਬਰ ਹੇਠਾਂ ਤੂੰ ਤੁਰਦੀ ਹੈ ਉਹਨਾਂ ਹੀ ਨਿਲੱਤਣਾ ਥੱਲੇ ਮੈਂ ਘੁੰਮਦਾ, ਉਹ ਭੂਰੀ ਧਰਤੀ ਤੇਰੇ ਪੈਰੀਂ ਵਿਛਦੀ ਹੈ ਉਹੀ ਰੰਗ ਮੇਰੇ ਪੈਰਾਂ ਵਿੱਚ ਉੱਡਦਾ, ਜਿਹੜੀਆਂ ਹਵਾਵਾਂ 'ਤੇ ਤੂੰ ਕੰਨ ਧਰਦੀ ਹੈ ਉਸੇ ਹਵਾ ਨਾਲ ਮੈਂ ਗੱਲਾਂ ਕਰਦਾ, ਜਿਹੜੇ ਤਾਰੇ ਤੁਹਾਡੀ ਜਾਮਣ ਉੱਥੋਂ ਦੀ ਝਾਕਦੇ ਨੇ ਨਾ ਉਹੀ ਮੇਰੇ ਪਿੰਡ ਢਾਹ ਵਿੱਚ ਉਤਰਦੇ ਨੇ। ਹਰਮਨਜੀਤ ਦਾ ਇਹ ਜੋੜ ਮੇਲਾ। ਸਰ ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਗੱਲ ਸਾਹਿਬ? ਅੱਛਾ, ਰਾਵਤ ਜਦ ਕਹਿੰਦੇ ਇਸ ਵਾਰ ਅਮਰਿੰਦਰ ਨੂੰ ਮਿਲਿਆ ਤਾਂ 2 ਅਫਸਰ ਨਾਲ ਸੀ ਜੀ? ਜੀ ਜੀ ਗਿੱਲ ਸਾਹਿਬ, ਹਰੀਸ਼ ਰਾਵਤ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ, ਉਹ ਲਗਾਤਾਰ ਪੰਜਾਬ ਦੇ ਮਸਲੇ ਨੂੰ ਸੁਲਝਾਉਣ ਦੇ ਲਈ ਹਾਈ ਕਮਾਂਡ ਦੇ ਨਿਰਦੇਸ਼ਾਂ ਤਹਿਤ ਕੰਮ ਕਰ ਰਹੇ ਨੇ। ਹਰੀਸ਼ ਰਾਵਤ ਨੇ ਕੱਲ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਸੀ। ਉਸ ਵਕਤ 4 ਕਾਰਜਕਾਰੀ ਪ੍ਰਧਾਨ ਨੇ ਜਿਹੜੇ ਕਾਂਗਰਸ ਪਾਰਟੀ ਦੇ ਪੰਜਾਬ ਦੇ, ਉਹ ਨਾਲ ਸੀ, ਔਰ ਨਵੇਂ ਚੁਣੇ ਜਨਰਲ ਸਕੱਤਰ ਪ੍ਰਗਟ ਸਿੰਘ ਵੀ ਨਾਲ ਸੀਗੇ। ਹਰੀਸ਼ ਰਾਵਤ ਨੇ ਇਸ ਖੇਮੇ ਦੀ ਗੱਲਬਾਤ ਆ ਜਿਹੜੀ ਉਹ ਸੁਣੀ, ਨਾਰਾਜ਼ਗੀਆਂ ਸੁਣੀਆਂ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਮੁਲਾਕਾਤ ਕੀਤੀ। ਇਸੇ ਮੁਲਾਕਾਤ ਤੋਂ ਪਹਿਲਾਂ ਗਿੱਲ ਸਾਹਿਬ ਇੱਕ ਨਵਾਂ ਵਿਵਾਦ ਹੈਗਾ ਜਿਹੜਾ ਉਹ ਛਿੜਿਆ ਕਿ ਕੱਲ ਨਵਜੋਤ ਸਿੰਘ ਸਿੱਧੂ ਤੇ 4 ਕਾਰਜਕਾਰੀ ਪ੍ਰਧਾਨਾਂ ਨੂੰ ਮਿਲਣ ਤੋਂ ਬਾਅਦ ਹਰੀਸ਼ ਰਾਵਤ ਨੇ ਇਹਨਾਂ ਦੀ ਤੁਲਨਾ ਗੀ ਜਿਹੜੀ ਉਹ 5 ਪਿਆਰਿਆਂ ਨਾਲ ਕਰ ਦਿੱਤੀ ਸੀ। 5 ਪਿਆਰਿਆਂ ਦੇ ਨਾਲ ਹਰੀਸ਼ ਰਾਵਤ ਵੱਲੋਂ ਤੁਲਨਾ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਪੰਜਾਬ ਦੇ ਵਿੱਚ ਇਹਦਾ ਵਿਰੋਧ ਸ਼ੁਰੂ ਹੋਇਆ। ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ, SGPC ਦੀ ਪ੍ਰਧਾਨ ਬੀਬੀ ਜਗੀਰ ਕੌਰ, ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਹੋਰ ਵੱਖ ਵੱਖ ਸੰਗਠਨਾਂ ਨੇ ਵਿਰੋਧ ਸ਼ੁਰੂ ਕੀਤਾ। ਜਿਸ ਤੋਂ ਬਾਅਦ ਚਲੋ ਹਰੀਸ਼ ਰਾਵਤ ਨੇ ਮੁਆਫ਼ੀ ਮੰਗੀ। ਹਰੀਸ਼ ਰਾਵਤ ਨੇ ਕਿਹਾ ਕਿ ਉਹਨਾਂ ਦਾ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਤੇ ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ 5 ਪਿਆਰਿਆਂ ਨਾਲ ਕਰਨਾ ਗਲਤ ਸੀ, ਔਰ ਉਹਨਾਂ ਨੇ ਕਿਹਾ ਕਿ ਉਹ 5 ਪਿਆਰਿਆਂ ਨੂੰ ਬਹੁਤ ਸਤਿਕਾਰ ਦਿੰਦੇ ਨੇ। ਉਸ ਤੋਂ ਬਾਅਦ ਉਹਨਾਂ ਨੇ ਉੱਤਰਾਖੰਡ ਦੇ ਵਿੱਚ ਸਿੱਖਾਂ ਲਈ ਕੀਤੇ ਆਪਦੇ ਕੰਮ ਗਿਣੇ। ਗਿੱਲ ਸਾਹਿਬ, ਉਸ ਤੋਂ ਬਾਅਦ ਜਿਹੜਾ ਮਸਲਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਦੋਂ ਹਰੀਸ਼ ਰਾਵਤ ਨੇ ਮੁਲਾਕਾਤ ਕੀਤੀ ਤਾਂ ਦੱਸਦੇ ਨੇ ਕਿ 2 ਅਫਸਰ ਪੰਜਾਬ ਦੇ, 2 ਵੱਡੇ ਅਫਸਰ ਹੁੰਦੇ ਨੇ, ਇੱਕ DGP ਤੇ ਦੂਸਰਾ ਐਡਵੋਕੇਟ ਜਨਰਲ, ਜਿਹੜਾ ਸਰਕਾਰੀ ਸੀਨੀਅਰ ਵਕੀਲ ਵੀ ਕਹਿ ਦਿੰਦੇ ਆ ਜਿਹੜਾ ਕੇਸਾਂ ਦੀ ਪੈਰਵਾਈ ਕਰਦਾ, ਉਹ ਵਿੱਚ ਸੀ। ਸੋ ਇਹ ਛੋਟੀ ਗੱਲ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਮਿਲੇ, ਆਮ ਗੱਲ ਹੈਗੀ, ਉਹਦੀ ਪਾਰਟੀ ਦਾ ਲੀਡਰ ਉਹ ਮਿਲੂਗਾ। ਪਰ ਜਦੋਂ ਅਫਸਰਾਂ ਨੂੰ ਵਿੱਚ ਵਹਾ ਕੇ ਮਿਲਦਾ, ਦੈਟ ਮੀਨਸ ਸਿੱਧੇ ਨਿਰਦੇਸ਼ ਦਿੱਤੇ ਜਾ ਰਹੇ ਨੇ। 18-31 ਜਿਹੜਾ ਨਵਜੋਤ ਸਿੰਘ ਸਿੱਧੂ ਗੱਲ ਕਰਦਾ ਹੈ ਕਿ ਮੰਨ ਨਹੀਂ ਰਿਹਾ, ਕੰਮ ਹੋ ਨਹੀਂ ਰਿਹਾ, ਖਾਸ ਕਰਕੇ ਇਹ ਐਡਵੋਕੇਟ ਜਨਰਲ ਆ ਜਿਹੜਾ, ਇਹ ਸ਼ੁਰੂ ਤੋਂ ਨਿਸ਼ਾਨੇ ਦੇ ਉੱਤੇ ਆ, ਕਿਉਂਕਿ ਬਾਕੀਆਂ ਨੇ ਤਾਂ ਚਲੋ ਕਹਿਣਾ ਹੀ ਕਹਿਣਾ। ਕਾਂਗਰਸ ਪਾਰਟੀ ਦੇ ਸੀਨੀਅਰ ਮੰਤਰੀ ਕਹਿ ਰਹੇ ਨੇ ਕਿ ਸਰਕਾਰੀ ਵਕੀਲ ਹੈਗਾ ਜਿਹੜਾ ਕੇਸਾਂ ਦੀ ਢੰਗ ਨਾਲ ਪੈਰਵਾਈ ਨਹੀਂ ਕਰਦਾ। ਉਹ ਕਹਿੰਦੇ ਨੇ ਜੇ ਪੈਰਵਾਈ ਕੀਤੀ ਹੁੰਦੀ ਤਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਕੁਮਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਆ ਗਈ ਜਿਹੜੀ, ਉਹ ਹਾਈ ਕੋਰਟ ਦੇ ਵਿੱਚ ਇਸ ਤਰੀਕੇ ਦੇ ਨਾਲ ਰੱਦ ਨਾ ਹੁੰਦੀ। ਉਹ ਕਹਿੰਦੇ ਨੇ ਜੇ ਕੇਸ ਦੀ ਸਹੀ ਪੈਰਵਾਈ ਹੋਵੇ ਤਾਂ ਸੁਮੇਧ ਸਿੰਘ ਸੈਣੀ ਜੇਲ੍ਹ 'ਚ ਹੋਵੇ। ਉਹ ਕਹਿੰਦੇ ਨੇ ਕਿ ਜੇ ਕੇਸਾਂ ਦੀ ਸਹੀ ਪੈਰਵਾਈ ਜਿਹੜਾ ਐਡਵੋਕੇਟ ਜਨਰਲ ਕਰੇ ਤਾਂ ਜਿਹੜੀ ਨਸ਼ਿਆਂ ਵਾਲੇ ਮਸਲੇ ਦੇ ਵਿੱਚ ਵੀ ਅਜੇ ਲਿਫਾਫਾ ਬੰਦ ਰਿਪੋਰਟ ਪਈ ਆ, ਉਹ ਵੀ ਖੁੱਲ੍ਹ ਜੇ, ਤਾਂ ਉਸ ਨੂੰ ਵਿੱਚ ਵਹਾ ਕੇ ਗੱਲਬਾਤ ਕਰਨੀ, ਕਾਫੀ ਇਸ਼ਾਰੇ ਹੈਗੇ ਜਿਹੜੇ ਉਹ ਕਰ ਰਹੀ ਆ। ਬਾਕੀ ਇੱਧਰਾਂ ਇਹ ਆ ਗਿਲ ਸਾਹਿਬ ਕਿ ਜਿਹੜੇ ਨਾਰਾਜ਼ ਮੰਤਰੀ ਨੇ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਵੀ ਦੋ ਸਟੈਪ ਗਾਹਾਂ ਚਲੇ ਗਏ ਨਾਰਾਜ਼ ਮੰਤਰੀ, ਤ੍ਰਿਪਤ ਰਜਿੰਦਰ ਬਾਜਵਾ, ਸੁੱਖ ਸਰਕਾਰੀਆ, ਸੁਖਜਿੰਦਰ ਰੰਧਾਵਾ, ਈਵਨ ਅੱਧ ਮੰਨੇ ਜੇ ਮਾਨਣਾ ਚਰਨਜੀਤ ਚੰਨੀ ਵੀ, ਇਹਨਾਂ ਨੇ ਤਾਂ ਮੁਲਾਕਾਤ ਕੀਤੀ ਨੀ ਹਰੀਸ਼ ਰਾਵਤ ਨਾਲ। ਤ੍ਰਿਪਤ ਰਜਿੰਦਰ ਬਾਜਵਾ ਕਹਿੰਦਾ ਜੇ ਉਹ ਚਾਹੂ ਤਾਂ ਜਾਵਾਂਗੇ ਮਿਲਣ, ਆਪ ਇਹਨਾਂ ਨੇ ਟਾਈਮ ਨੀ ਮੰਗਿਆ। ਕਿਉਂਕਿ ਦੱਸਣ ਵਾਲੇ ਦੱਸਦੇ ਨੇ ਕਿ ਜਦੋਂ ਦੇਹਰਾਦੂਨ ਗਏ ਸੀ ਨਾ ਉੱਤਰਾਖੰਡ ਦੇ ਵਿੱਚ 3 ਦਿਨ ਪਹਿਲਾਂ ਸ਼ਿਕਾਇਤ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ, ਉਦੋਂ ਹਰੀਸ਼ ਰਾਵਤ ਨੇ ਇਹਨਾਂ ਦੇ ਨਾਲ ਚੰਗੀ ਨਹੀਂ ਗੁਜ਼ਾਰੀ, ਔਰ ਦਿੱਲੀ ਦੇ ਵਿੱਚ ਹਾਈ ਕਮਾਂਡ ਨੂੰ ਮਿਲਾਇਆ ਨੀ, ਇਹਨਾਂ ਨੂੰ ਦਿੱਲੀ ਵਹਾ ਕੇ ਵਾਪਸ ਮੋੜ ਤੇ, ਤਾਂ ਇਸ ਗੱਲ ਤੋਂ ਇਹ ਨਾਰਾਜ਼ ਵੀ ਨਜ਼ਰ ਆ ਰਹੇ ਨੇ। ਸੋ ਜਿਹਦੇ ਤੋਂ ਇਉਂ ਲੱਗਦਾ ਕਿ 2022 ਦੀ ਇਲੈਕਸ਼ਨ ਬੂਹੇ ਦੇ ਉੱਤੇ ਆ, ਔਰ ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਹੈ ਉਹ ਰੋਕਣ ਦਾ ਨਾਂ ਨੀ ਲੈ ਰਿਹਾ, ਤੇ ਕਲੇਸ਼ ਦਿਨੋਂ ਦਿਨ ਵੱਧ ਰਿਹਾ ਜੀ। ਅੱਛਾ, ਮਲੂਕ ਕਿਉਂ ਨੀ ਮਾਂਜੇਗੇ ਫਿਰ? ਮੌੜ ਮੰਡੀ ਤੋਂ ਜਗਮੀਤ ਬਰਾੜ ਨੂੰ ਮਿਲ ਗਈ, ਤੇ ਰਾਮਪੁਰਾ ਫੂਲ ਤੋਂ ਕਹਿੰਦਾ ਮੈਂ ਲੜਨੀ ਨੀ, ਕੀ ਗੱਲ ਹੋਊ ਫਿਰ? ਹੋਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨ ਤੇ ਜੀ। ਜੀ ਜੀ ਗੱਲ ਸਾਹਿਬ, ਸ਼੍ਰੋਮਣੀ ਅਕਾਲੀ ਦਲ ਨੇ ਦੇਖੋ ਉਮੀਦਵਾਰ ਐਲਾਨ ਦਿੱਤੇ ਨੇ, ਔਰ ਪਾਰਟੀ ਦੇ ਵੱਲੋਂ ਜਗਮੀਤ ਬਰਾੜ ਨੂੰ ਜਿਹੜਾ ਉਹ ਹਲਕਾ ਮੌੜ ਤੋਂ, ਜੀਤ ਮਹਿੰਦਰ ਸਿੰਘ ਨੂੰ ਹਲਕਾ ਤਲਵੰਡੀ ਸਾਬੋ ਤੋਂ, ਸੂਬਾ ਸਿੰਘ ਬਾਦਲ ਨੂੰ ਹਲਕਾ ਜੈਤੋ ਤੋਂ, ਮਨਤਾਰ ਬਰਾੜ ਨੂੰ ਹਲਕਾ ਕੋਟਕਪੂਰਾ ਤੋਂ, ਕਮਲਜੀਤ ਸਿੰਘ ਰੋਜੀ ਬਰਕੰਦੀ ਨੂੰ ਜਿਹੜਾ ਸ੍ਰੀ ਮੁਕਤਸਰ ਸਾਹਿਬ ਤੋਂ, ਪਰਮਬੰਸ ਸਿੰਘ ਬੰਟੀ ਰਮਾਣਾ ਨੂੰ ਜਿਹੜਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਲਾਨਿਆ, ਉਦੋਂ ਬਾਅਦ ਸ਼ਾਮ ਨੂੰ ਸ਼ਰਨਜੀਤ ਢਿੱਲੋਂ ਨੂੰ ਵੀ ਜਿਹੜਾ ਉਮੀਦਵਾਰ ਹੈਗਾ ਉਹ ਲੁਧਿਆਣੇ ਦੀ ਇੱਕ ਸੀਟ ਤੋਂ ਜਿਹੜਾ ਉਹ ਐਲਾਨ ਦਿੱਤਾ ਹੈਗਾ। ਜੀ ਸਾਹਨੇਵਾਲ ਤੋਂ ਜੀ ਜੀ। ਔਰ ਗਿੱਲ ਸਾਹਿਬ, ਸਵਾਲ ਹੁਣ ਇਹ ਖੜਾ ਹੋ ਗਿਆ ਇੱਕ ਤਾਂ ਕਿ ਸਿਕੰਦਰ ਸਿੰਘ ਮਲੂਕਾ ਨੂੰ ਜਮਾ ਹੀ ਜਿਹੜਾ ਉਹ ਕੋਰਨਰ ਕਰਤਾ, ਕੋਰ ਕਮੇਟੀ ਦੀ ਮੀਟਿੰਗ ਚ ਸਿਕੰਦਰ ਮਲੂਕਾ ਪਹੁੰਚਿਆ ਨੂੰ ਉਹਨੂੰ ਆਏ ਸੀ ਮੇਰੀ ਨਾਰਾਜ਼ਗੀ ਆ ਜਿਹੜੀ, ਉਹ ਸ਼ਾਇਦ ਸੁਖਬੀਰ ਬਾਦਲ ਨੂੰ ਪੁੱਠੇ ਪੈਰੀ ਮੋੜ ਦੂਗੀ। ਉਹਨੂੰ ਲੱਗਦਾ ਸੀ ਕਿ ਸੁਖਬੀਰ ਬਾਦਲ ਨੂੰ ਲੱਗੂਗਾ ਕਿ ਪਹਿਲਾਂ ਢੀਂਡ ਸਿਉਰੀ ਬਗਾਵਤ ਕਰਕੇ, ਬ੍ਰਹਮਪੁਰਾਹੁਰੀ ਕਰਕੇ, ਕਿ ਮੇਰੇ ਬਾਰੇ ਸੋਚੂ। ਦੋ ਸੀਟਾਂ ਮੰਗਦਾ ਸੀ ਜੀ ਇਹ, ਇੱਕ ਮੌੜ ਮੰਡੀ ਤੋਂ ਤੇ ਦੂਸਰੀ ਆਪਦੇ ਮੁੰਡੇ ਦੇ ਲਈ ਰਾਮਪੁਰਾ ਫੂਲ ਤੋਂ। ਲੇਕਿਨ ਹੁਣ ਸੁਖਬੀਰ ਬਾਦਲ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਲੰਬਾ ਸਮਾਂ ਗੁਜ਼ਾਰਿਆ ਜੀ, ਮੁੰਡਾ ਉਹਨਾਂ ਦਾ। ਇਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਬਾਰੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਬਾਦਲ ਸਾਹਿਬ ਇੱਕ ਹਲਕੇ 'ਚ ਦੋ ਬੰਦੇ ਰੱਖਦੇ ਹੁੰਦੇ ਸੀ, ਔਰ ਜੇ ਇੱਕ ਡਾਊਨ ਪੈਂਦਾ ਸੀ ਤਾਂ ਦੂਜੇ ਨੂੰ ਮੂਹਰੇ ਲਿਆਉਂਦੇ ਸੀ। ਜੇ ਉਹ ਹਲਕੇ ਦੇ ਵਿੱਚ ਦੋ ਨਾ ਹੋਣ, ਇੱਕ ਵਿਧਾਨ ਸਭਾ ਹਲਕੇ 'ਚ ਦੋ ਬੰਦੇ ਬਰੋਬਰ ਦੇ, ਤਾਂ ਬਾਦਲ ਸਾਹਿਬ ਬਾਹਰੋਂ ਲਿਆਉਂਦੇ ਸੀਗੇ। ਇਹ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਪਰਿਵਾਰ ਨੂੰ ਜਦੋਂ ਪਾਸੇ ਕਰਨਾ ਸੀ, ਸੁਖਦੇਵ ਸਿੰਘ ਢੀਂਡਸਾ ਨੂੰ ਥਾਪੀ ਦਿੱਤੀ, ਜੋ ਹੁਣ ਸੁਖਦੇਵ ਸਿੰਘ ਢੀਂਡਸਾ ਨੂੰ ਪਾਸੇ ਕਰਨਾ ਸੀ ਤਾਂ ਬਰਨਾਲਾ ਪਰਿਵਾਰ ਨੂੰ ਥਾਪੀ ਦਿੱਤੀ। ਇਹ ਇਕੱਲਾ ਇੱਥੇ ਹੀ ਨਹੀਂ, ਇਹ ਸਾਰੇ ਵਿਧਾਨ ਸਭਾ ਹਲਕਿਆਂ ਤੇ ਜੇ ਅਸੀਂ ਗਾਉਣਾ ਦੇਖਾਂਗੇ ਤਾਂ ਸਾਹਮਣੇ ਆਊ। ਹੁਣ ਉਹੀ ਕੰਮ ਸੁਖਬੀਰ ਬਾਦਲ ਕਰ ਰਿਹਾ ਹੈਗਾ ਵੀ ਜਗਮੀਤ ਬਰਾੜ ਨੂੰ ਲਿਆ ਕੇ ਮੌੜ ਮੰਡੀ ਤੋਂ ਸੀਟ ਦੇਤੀ। ਹਾਲਾਂਕਿ ਜਗਮੀਤ ਬਰਾੜ ਦੀ ਕੋਈ ਤੁੱਕ ਨੀ ਸੀ ਬਣਦੀ, ਬਣਦੀ ਸੀ ਉਹਦੀ ਫਰੀਦਕੋਟ ਇਲਾਕੇ ਦੇ ਵਿੱਚ ਬਣਦੀ ਸੀ, ਉਹਦੀ ਬਣਦੀ ਸੀ ਤਾਂ ਫਿਰੋਜ਼ਪੁਰ ਇਲਾਕੇ ਦੇ ਵਿੱਚ ਬਣਦੀ ਸੀਗੀ। ਮੌੜ ਮੰਡੀ ਤੋਂ ਪਹਿਲਾਂ ਜਨਮੇਜਾ ਸਿੰਘ ਸਿੱਖੋਂ ਦੀ ਸੀਟ ਹੈ ਜਿਹੜੀ ਮੰਨੀ ਜਾਂਦੀ ਸੀ, ਉਸ ਤੋਂ ਬਾਅਦ ਇਹ ਸਿਕੰਦਰ ਸਿੰਘ ਮਲੂਕਾ ਕਹਿੰਦਾ ਮੈਨੂੰ ਥਾਪੜਾ ਦਿੱਤਾ ਸੀ ਵੀਰ ਬਾਦਲ ਨੇ ਵੀ ਤੁਸੀਂ ਜਾ ਕੇ ਮਲੂਕਾ ਸਾਹਿਬ ਉੱਥੇ ਕੰਮ ਕਰੋ। ਕਹਿੰਦਾ ਮੈਂ ਮੀਟਿੰਗਾਂ ਕਰਾਉਂਦਾ ਫਿਰਦਾ ਔਰ ਮੈਨੂੰ ਹੁਣ ਪਤਾ ਲੱਗਿਆ ਕਿ ਇੱਥੇ ਜਗਮੀਤ ਬਰਾੜ ਆ ਜਿਹੜਾ ਉਹ ਚੋਣ ਲੜੂਗਾ। ਉਹ ਕੁੱਲ ਮਿਲਾ ਕੇ ਸਥਿਤੀ ਇਹੀ ਹੈ ਜੀ ਕਿ ਜਗਮੀਤ ਬਰਾੜ ਦਾ ਇਸ ਹਲਕੇ ਦੇ ਵਿੱਚ ਆਉਣਾ ਔਰ ਜਗਮੀਤ ਬਰਾੜ ਨੂੰ ਥਾਪੜਾ ਦੇਣਾ ਸਿੱਧੇ ਤੌਰ ਦੇ ਉੱਤੇ ਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ ਹੁਣ ਕੋਰਨਰ ਆ ਜਿਹੜਾ ਉਹ ਕੀਤਾ ਜਾ ਰਿਹਾ ਜੀ। ਅੱਛਾ, ਭਗਵੰਤ ਮਾਨ ਦੀ ਨਾਰਾਜ਼ਗੀ ਦੂਰ ਹੋਈ ਸੀਐਮ ਬਣਾਉਂਦੇ ਆ ਕਿ ਨਹੀਂ? ਉਹ ਤਾਂ ਫਿਰ ਬਹੁਤ ਔਖਾ, ਇਹ ਤਾਂ ਕੰਮ ਜਿਹੜੇ ਇਹਦੇ ਖਾਤਰ ਤਾਂ ਪਿਛਲੇ 10 ਸਾਲ ਲੰਘ ਗਏ ਉਹਦੇ। ਉਹ ਤਾਂ ਹੁਣ ਕਹਿੰਦਾ ਵੀ ਮੈਂ ਸੀਐਮ ਬਣਨਾ, ਤੇ ਮੈਨੂੰ ਲੱਗਦਾ ਕੇਜਰੀਵਾਲ ਮੰਨ ਨਹੀਂ ਰਿਹਾ। ਇਉਂ ਹੀ ਆ ਗੱਲ? ਇਉਂ ਹੀ ਹੈ ਜੀ ਗੱਲ ਗੱਲ ਸਾਹਿਬ। ਅਸਲ ਦੇ ਵਿੱਚ ਲੱਗਦਾ ਨੀ ਕਿ ਨੰਬਰਦਾਰੀ ਹੈ ਜਿਹੜੀ ਉਹ ਮਿਲੂਗੀ। ਭਗਵੰਤ ਮਾਨ ਨੇ ਤਾਂ ਸੋਚਿਆ ਹੋਊਗਾ ਕਿ ਸੁੱਚਾ ਸਿੰਘ ਛੋਟੇਪੁਰ ਵੀ ਪਾਸੇ ਹੋ ਗਿਆ, ਗੁਰਪ੍ਰੀਤ ਘੁੱਗੀ ਵੀ ਪਾਸੇ ਹੋ ਗਿਆ, ਟਾਈਮ ਨੇ ਡਾਕਟਰ ਧਰਮਵੀਰ ਗਾਂਧੀ ਵੀ ਪਾਸੇ ਹੋ ਗਿਆ,
और जेड़े भी कई आए जेड़े उन्हें लगते थी वो पास हो गए, कई आन नहीं दिता भगवंत मान ने। ईवन नवजोत सिंह सिद्धू बारे भी चर्चा यही चलती रही कि भगवंत मान ने शामिल नहीं होने दिता, और जिस दिन खैरा पासे होया होगा या फूलका साहब पासे होंगे उस दिन भी भगवंत मान यह सुपना लैके तो सुता होगी चलो हूँ कुर्सी पक्की आ, लेकिन मन नहीं रही जी हाई कमांड। और केजरीवाल साहब किसी अजे चेहरे की तलाश के जिहड़ा भगवंत मान तो भी वड्डा मारका मारे। पर एक गल हैगी है कि आम आदमी पार्टी अज जिस पोजिशन के उत्ते है भगवंत मान का ये एक वड्डा रोल आ जिहड़ा वो हैगा गा, चाहे इतों जित सकन जां ना जित सकन, पर जे भगवंत मान नूं पासे करके चोण लड़दे ने तां मैनूं लगदा जिन्नियां सीटां आउणगियां ने वो भी आउणियां मुश्किल हो जाणगियां। सो हुण तां ग्राउंड लैवल तों भी मंग आ जिहड़ी पता नहीं उठण लगी आ जां उठाउण लग गए। अज साडे बरनाले डिस्ट्रिक्ट दे विच वी एक वड्डी मीटिंग है जिहड़ी होई हैगी और उत्थे मंग कीती गई आ हाई कमांड तों कि भगवंत मान नूं उम्मीदवार लाउणो, और बहुत सारे विधानसभा हलकों च मंग उठन लग गई है। तो कलेश आ जिहड़ा गिल साहब वो चारे पासे पिया होया गा, जे सुखबीर बादल 100 दिन की यात्रा के उत्ते निकलिया गा 100 विधानसभा हलकों च तो वह विरोध हो रहा, अज सानेवाल जी जो शरणजीत ढिल्लों उम्मीदवार लड़ना सी जम के विरोध होया, और बिक्रमजीत मजीठिया का जम के विरोध होया। कांग्रेस पार्टी की जिहड़ी पोजीशन अपने सामने है कि एक दिन नवजोत सिंह सिद्धू कणी नूं हरीश रावत डक्का सिड़दे ने, दूजे दिन कैप्टन अमरिंदर सिंह कणी नूं सिड़दे ने, मंत्री रुस्से फिरदे ने, और आम आदमी पार्टी की पोजीशन भी यही है कि भगवंत मान हुण कई दिनों तो चुप है और आम आदमी पार्टी नूं होर कोई चेहरा दिंदा नहीं। तो कुल मिला के तिन्ने ही राजनीतिक पार्टियां ने जिहड़ियां उह इस वक्त खंडा दा शिकार ने, विरोध दा शिकार ने, आपदियां समस्यावां दे विच फसियां होईयां ने जी। गल थोड़ी पक्की है, इत्थे तक लैके भी आया तो इत्थों अगे वधण दा कारण भी उही है। एक बहुत हाई कमांड दी वड्डी मीटिंग जिहड़ी 17 दे विच होई सी, जिस च पाठक ते संजय सिंह ते सुचा सिंह छोटेपुर मनप्रीत सिंह बादल नूं लिआउण दी कहानी सी, ते भगवंत मान कहिंदा वी बादल नौ नालों ला दे मनप्रीत सिंह इकल्ला मनप्रीत बन के आ जा टुच्चर पता डौणी ते ये तो इस तरह ही है भाई, वह बंदे ने काम किया हो मेहनत की हुई है हुण वह सीएम बनू नाले तकिया कलाम है एक बहुत बार सुनिया, वह कहिंदा हरीशाही वाला पेन लाउणा बाई, मैं यार हरीशाही वाला पेन भेज दिओ खास किहड़ा लाउणा है ने। अच्छा जिहड़े SDM ने कहा सी वे सिर तोड़ के मेरे कोल आयो भन के आयो, उहनू कल हुण कोई टक्करिया नहीं, वह हरियाणे च कित्थे बदलिया? जी जी गिल साहब उदा बदली कर दिती है जी। तो यह बदली तो किसानों की मंग भी नहीं सी, ये तो असल दे विच उहनू ही सेफ साइड कर रहे हैं, क्योंकि जिन्ना हरियाणे के किसान भखे फिरते हैं, जिन्ना हरियाणे के किसानों के गुस्सा गा, इन्हों यह लगता कि जेडे किसानों के सोटियां मारिया ने, जिन्हों के सोटिया के निशान पे ने कि दुबारे ना आ जाने इस पासे, तो वह बदली की है जी। किसान तो मंग रहे हैं कि उन्होंने नौकरी तो बाहर कढ़ो, धारा 302 तहत केस दर्ज करो, क्योंकि उस दिन एक किसान की मौत आ जी हुई है, वह इसे करके शहीद होया कि पुलिस ने लाठीचार्ज किया। लेकिन हरियाणा सरकार ने करनाल के उस SDM आयुष सिन्हा उसका तबादला जिहड़ा चंडीगढ़ करता जी, उन्होंने हरियाणे च ही बाहर करता, हरियाणे के किसान बहुत औखे ने उसते, तो हुण चंडीगढ़ के जिहड़ा वो भेजा गया गया। 2018 बैच का जो नौजवान ही है जी, IAS अधिकारी है, पोस्टिंग हुण अडिशनल सकत्तर वजो जिहड़ा हरियाणा सिटीजन रिसोर्स इनफॉर्मेशन विभाग चंडीगढ़ है उत्थे की आ। तो ये गल साहब इन्हां कोले IAS अफसर तो बहुत होंगे ने, DC SDM तो थोड़े ही लाउंदे ने, बाकियां नूं जदों इन्हां ने जिवें पुलिसां नूं लैण हाजिर करदे ने उदों फिर ये राजधानी दे विच किसी इहो जिहे दफ्तर भेज देंदे ने जिथों कोई इन्हां दे लई जिहड़ा वह हुक्म दा साधन नहीं रहिंदा। तो हुण इहनूं भेजिया गया जी, भावें हरियाणा सरकार जो मर्जी करे, चाहे इहनूं इह समझे कि किसानां दा गुस्सा इहदे नाल ठंडा हो जू शायद इहदी बदली ना, पर इहदी बदली नाल नहीं गुस्सा ठंडा होणा, जिन्ना चिर इहदे खिलाफ केस दर्ज नहीं हुंदा और जिन्ना चिर इहनूं सस्पेंड करके घट्टो घट्ट बर्खास्त करन दी मंग आ गई, जिहड़ी नौकरी तों कढ़न दी मंग आ जिहड़ी उह किसान कर रहे ने, फिर किसानां दा गुस्सा ठंडा होऊगा जी। इस दे नाल ही जिहड़ा एक लवप्रीत खुदकशी कांड है जी, जिहदा कनेडा नाल तारां जुड़ियां ने, हुण उहदे बारे केस रजिस्टर होया जी कोई? जी जी गिल साहब, इह जिहड़ा लवप्रीत खुदकशी कांड वापरिया साढ़े नेड़े वापरिया सीगा, जिहदे विच कनेडा रहिंदी अभियंत कौर उहदी पत्नी, उहने फोन नहीं चक्किया जां की मसला सी, सारा मसला लगभग अपने सारे स्रोतियां ने और पूरे दुनिया दे विच पंजाबी कम्यूनिटी दे विच चर्चा का विषय बनिया रहा, किस तरीके नाल कॉन्ट्रैक्ट मैरिजेज होंदियां, किस तरीके दे नाल 30-35 लाख ला के
मापे ने जेडे वो बाहर भेजते हैं बच्चे नूं, सारा मसला चर्चा का विषय बनया रहा। तो पहला तो जी उस कुड़ी बेअंत कौर के खिलाफ 420 धारा तहत केस दर्ज होया सीगा और उस तो बाद प्रोटेस्ट किया सीगा लोगों ने कि उहदे ते केस सख्त धारावां तहत दर्ज होना चाहिए। इस तो बाद हुण उहदी जिहड़ी रिपोर्ट आई है पोस्टमार्टम की, पोस्टमार्टम की रिपोर्ट तो बाद बेअंत कौर के खिलाफ धारा 306 का जिहड़ा वाधा गा वह किया गया गा, खुदकुशी लिए मजबूर करने की धारा जिहड़ी इह मन्नी जांदी है। तो हुण उहदे खिलाफ जिहड़ी धारा तहत केस पंजाब च दर्ज हो गया जी, बहुत सारिया चर्चावां दा बाजार इस वक्त भी गर्म आ गा। तो आने वाले दिनों के देखते हैं कि क्योंकि बेअंत कौर तो जी कनेडा रही है, किस केस की बनता है जी। अच्छा, नीतीश कुमार का मोह भंग हो गया, हनीमून पीरियड ओवर हो गया, तो छड्डू भाजपा फिर पर हो इं ही लगता गिल साहब, क्योंकि ये जिहड़ा नीतीश कुमार है ये लगातार जिहड़ा वह यू टर्न मारदा रहिंदा जी। तां बिहार के बहुत सारे सियासतदान ने जिहड़े यू टर्न मारदे आए ने, लालू प्रसाद यादव बारे भी यही चर्चा रही हैगी, राम विलास पासवान बारे भी यही चर्चा रही है, और हुण जिहड़ा नीतीश कुमार, क्योंकि जदों ये पहला एनडीए का हिस्सा सी लेकिन जदों नरेंद्र मोदी नूं प्रधानमंत्री का उम्मीदवार बनाउण दी गल चली, उम्मीदवार बनाया गया तां सब तो पहला विरोध करन वाला भी यही सी, उस तो बाद विरोधी पार्टियां दे विच मुख आगू वजों विचरदा रहा, फिर सब तो पहला विरोधी पार्टियां चों जाके नरेंद्र मोदी नूं जफ्फी पा के शामिल होण वाला भी यही सी। हुण गिल साहब स्थिति यह है कि नीतीश कुमार हैगा जिहड़ा वो लगातार विरोध कर रहा गा, वख-वख मसलियां दे उत्ते वह खिलाफ भुगत रहा गा भारतीय जनता पार्टी के, जिदे चों हुण चर्चावां चल रही ने कि वह किसी समय भी भारतीय जनता पार्टी के विचों यू टर्न मार सकता गा। और यह भी पता लग्या गिल साहब कि पिछले दिनों के क्योंकि जिहड़ी जनगणना होनी है इस बार की वह जात आधार के उत्ते करन दी मंग लालू प्रसाद यादव की पार्टी कर रही है, तो बिहार दी होर कई पार्टियां कर रही ने, वह नीतीश कुमार भी मंग करन लग गया, भाजपा दी मंग उलट जाती है, लेकिन लालू प्रसाद यादव के मुंडे तेजस्वी यादव के नाल प्रधानमंत्री नूं मिलन जिहड़ा नीतीश कुमार हो गया, सो बहुतिया ने कयास राईया तां उस दिन ही जिहड़ियां वह ला दित्तियां सीगियां कि नीतीश कुमार जिहड़ा वह इस पोजिशन दे विच जा रहा है। इस तो अलावा जी होर बहुत सारिया गलों के उत्ते जिहड़ा नीतीश कुमार है वह भारतीय जनता पार्टी के खिलाफ चल रहा, जिन्हां दे विचों मुख तौर दे उत्ते तां इही हैगा कि जो बिहार दे विच गल्लां चल रही ने, उत्तर प्रदेश दे विच गल्लां चल रही ने, वध बच्चे पैदा करन दे उत्ते सरकार बंदिशां लाउण दी गल कर रही है, उहदे वी नीतीश कुमार पक्ष दे विच जिहड़ा दिखाई वह नहीं दे रहा। हुण तां इह वी पता लग्गिया गा कि आउण वाले दिनां दे विच हरियाणा दे विच इक प्रोग्राम रखण जा रहे ने जी चौधरी देवी लाल दा, और बादल प्रकाश सिंह बादल होरां दा उहदे च बड़ा वड्डा रोल दस्सिया जांदा गा। जे चौधरी देवी लाल दा जिहड़ा समागम आ वह रख्या जांदा तां उहदे विच हरियाणा दे साबका मुख्यमंत्री ओम प्रकाश चटाला शामिल हो सकदे ने और सुखबीर बादल शामिल हो सकते हैं, आंध्रा प्रदेश के साबका मुख्यमंत्री एन चंद्रबाबू नायडू शामिल हो सकते हैं, और पता ही लग्या कि उस नीतीश कुमार भी शामिल हो जा रहा। सो हरियाणे की धरती के उत्ते भाजपा के बरोबर के उत्ते एक समागम आ जिहड़ा होना जिहदे विच नीतीश कुमार शामिल हुंदा है आने वाले दिनों के, जारा तौर के उत्ते है ये तो यह लगता है कि वह बगल बिगल बजा चुके हैं जी बागी पुणे का, भारतीय जनता पार्टी के विरोध के खड़ सकता है, और वह इस पासे नूं सोच रहा कि कांग्रेस से भाजपा दोनों का बदल दे के तीजा फ्रंट सारिया जाए जी। अच्छा, प्रताप सिंह बाजवे का पै गया गुणा है, दोने पजामी वाले ही ने, परमिंदर अमरिंदर भी पजामी पाँदा है, वह भी पजामी बड़ी ने दोने ही, तो पहला विरोध भी बहुत सी, तो एक बार इकट्ठे करके जर्नलिस्ट खानी एक हफ्ते का खानी एक महीने का समा दिता सी, किते किते प्रताप सिंह बाजवे होनी भगा के रजिस्टर भी मारते हैं, तो हुण फिर राजसभा की मैंबरी तो मोह भंग हो गया MLA बनना कहिंदे। गिल साहब गल पा यही आ कि प्रताप सिंह बाजवे नूं ना नेड़े नहीं कैप्टन अमरिंदर सिंह ने लगन दिता, प्रताप सिंह बाजवे ने बड़ा जोर लाया, इहनू भी लगता सीगा भी हरी शाही वाला पेन मेरी जेब के उत्ते भी लगू जो कांग्रेस का प्रधान सी। कैप्टन अमरिंदर सिंह ने प्रताप सिंह बाजवा तो प्रधानगी कोही हुई नहीं बल्कि कॉर्नर करता, और उस तो बाद बीबी रजिंदर कौर भट्ठल नूं भी कैप्टन अमरिंदर सिंह ने कॉर्नर करी रखा, लेकिन तां हुण स्थिति यह हैगी भी तृप्त रजिंदर बाजवा की बगावत, सुखजिंदर रंधावा की बगावत, नवजोत सिंह सिद्धू ते प्रगट सिंह जिन्हां खुल के कैप्टन अमरिंदर सिंह खिलाफ नितरे
ਉਹਦੇ ਚ ਹੁਣ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਆਪਣੇ ਸਿਆਸੀ ਤੌਰ ਤੇ ਨੇੜੇ ਲਾ ਰਿਹਾ ਤੇ ਬੀਬੀ ਰਜਿੰਦਰ ਕੌਰ ਭੱਠਲ ਦੇ ਵੀ ਘੜੇ ਗੇੜਾ ਮਾਰ ਕੇ ਆਇਆ ਹੈਗਾ। ਸੋ ਇਹ ਅਸਲ ਦੇ ਵਿੱਚ ਤਾਂ ਗਿੱਲ ਸਾਹਿਬ ਜਿਹੜੀ ਸਿਆਸਤ ਆ ਨਾ ਸਿਆਸਤ ਇਸ ਰੂਪ ਦੇ ਵਿੱਚ ਚੱਲਦੀ ਆ ਵੀ ਜਿਹੜੇ ਕਿਸੇ ਸਮੇਂ ਇੱਕ ਦੂਜੇ ਦੇ ਕੱਟੜ ਵਿਰੋਧੀ ਉਹ ਅੱਜ ਜੱਫੀਆਂ ਪਾ ਕੇ ਮਿਲ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਤੇ ਜਿਹੜੇ ਕਿਸੇ ਸਮੇਂ ਨਾਲ ਸੀ ਸੁਖਜਿੰਦਰ ਰੰਧਾਵਾ ਬਾਰੇ ਤਾਂ ਕਿਹਾ ਜਾਂਦਾ ਸੀ ਨਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਬੰਦਾ ਉਹ ਅੱਜ ਬਗਾਵਤ ਦੇ ਵਿੱਚ ਹੈ। ਸੋ ਇਹ ਤਾਂ ਜੀ ਸਿਆਸਤ ਪ੍ਰਤਾਪ ਸਿੰਘ ਬਾਜਵਾ ਨੂੰ ਕੈਪਟਨ ਦੇ ਨੇੜੇ ਲੈ ਗਈ ਔਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਥਾਪੜਾ ਦੇ ਕੇ ਭੇਜਤਾ ਕਿ ਜਾਓ ਬਾਜਵਾ ਸਾਹਿਬ ਉੱਥੋਂ ਦੀ ਜਿਹੜੀ ਮਾਰਕੀਟ ਕਮੇਟੀ ਹੈ ਉਹਦਾ ਚੇਅਰਮੈਨ ਵੀ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਮਰਜ਼ੀ ਨਾਲ ਲੱਗਿਆ, ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਵੀ ਪ੍ਰਤਾਪ ਸਿੰਘ ਬਾਜਵਾ ਦੀ ਮਰਜ਼ੀ ਦੇ ਨਾਲ ਲੱਗਿਆ ਗਾ ਔਰ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਕਹਿਤਾ ਕਿ ਮੈਡੀਕਲ ਕਾਲਜ ਵੀ ਇੱਥੇ ਬਣਾਇਆ ਜਾਊ, ਉਹਦੇ ਸੰਬੰਧੀ ਕਹਿੰਦਾ ਮੇਰੀ ਗੱਲਬਾਤ ਹੋਊਗੀ ਔਰ ਉਹ ਸਾਰਾ ਕੰਮ ਕਰ ਰਿਹਾ। ਸੋ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕਰਤਾ ਜੀ ਕਿ ਗੁਰਦਾਸਪੁਰ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਕਹਿੰਦਾ ਮੈਂ ਚੋਣ ਆ ਜਿਹੜੀ ਉਹ ਲੜ ਸਕਦਾ ਗਾ। ਸੋ ਦੁਬਾਰੇ ਇਹਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਲੱਗਦਾ ਹੋਊਗਾ ਨਾ ਕਿ ਅਗਲੀ ਵਾਰ ਮੰਤਰੀ ਤਾਂ ਫਿਰ ਘੱਟੋ ਘੱਟ ਪੱਕਾ ਹੀ ਆ ਜੀ। ਅਖੀਰ ਦੇ ਵਿੱਚ ਇੱਕ ਖਬਰ ਜਿਹੜੀ ਉਹ ਰਹਿ ਗਈ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ 'ਚ ਸਿੱਧਾ ਹੀ ਆਜੂ ਅਤੇ ਕਪਿਲ ਸਿੱਬਲ ਬਹੁਤ ਔਖਾ ਗਾਂਧੀ ਪਰਿਵਾਰ ਤੋਂ, ਕਿਸ ਪੱਤਣ ਗੱਲ ਲੱਗੂ ਜੀ? ਜੀ ਗਿੱਲ ਸਾਹਿਬ ਦੇਖੋ ਪ੍ਰਸ਼ਾਂਤ ਕਿਸ਼ੋਰ ਦੇ ਬਾਰੇ ਚਰਚਾ ਚੱਲਦੀ ਹੈ ਕਿ ਬਹੁਤ ਜਲਦ ਉਹ ਕਾਂਗਰਸ 'ਚ ਸ਼ਾਮਿਲ ਹੋਣ ਜਾ ਰਿਹਾ। ਪਿਛਲੇ ਦਿਨਾਂ ਦੇ ਵਿੱਚ ਉਹਨੇ ਰਾਹੁਲ ਗਾਂਧੀ ਨਾਲ ਮੀਟਿੰਗ ਵੀ ਕੀਤੀ ਜਿਹਦੇ 'ਚ ਇਹ ਕਿਆਸ ਰਾਈਆਂ ਸੀ ਕਿ ਪ੍ਰਸ਼ਾਂਤ ਕਿਸ਼ੋਰ ਸਿਆਸਤ ਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ। ਉਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਪੰਜਾਬ ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਿਆਸੀ ਤੌਰ ਦੇ ਉੱਤੇ ਸਲਾਹਕਾਰ ਬਣਿਆ ਸੀ ਉਹ ਵੀ ਛੱਡ ਗਿਆ ਔਰ ਉਹਨੇ ਕਿਹਾ ਕਿ ਮੈਂ 2022 ਦੇ ਲਈ ਨਹੀਂ ਲਾਮਬੰਦੀ ਕਰੂੰ। ਪਰ ਦੱਸਣ ਵਾਲੇ ਪਤਾ ਹੈਗਾ ਕਿ ਇੱਥੇ ਟੀਮ ਉਹਦੀ ਫਿਰਦੀ ਆ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਪੂਰੀ ਸਰਗਰਮੀ ਨਾਲ ਕੰਮ ਉਹਦੀ ਟੀਮ ਕਰ ਰਹੀ ਆ। ਸੋ ਇੱਕ ਤਾਂ ਇਹ ਆ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਇਹ ਲੱਗਣ ਲੱਗ ਗਿਆ ਕਿ ਉਹਨੂੰ ਲੱਗਣ ਲੱਗ ਗਿਆ ਕਿ ਪ੍ਰਧਾਨ ਮੰਤਰੀ ਮੈਂ ਬਣਾ ਸਕਦਾ, ਉਹਨੂੰ ਲੱਗਣ ਲੱਗ ਗਿਆ ਕਿਸੇ ਸੂਬੇ 'ਚ ਮੁੱਖ ਮੰਤਰੀ ਮੈਂ ਬਣਾ ਸਕਦਾ, ਤਾਂ ਉਹਨੂੰ ਇਹ ਵੀ ਲੱਗਣ ਲੱਗ ਗਿਆ ਮੈਂ ਕਿਉਂ ਨਹੀਂ ਬਣ ਸਕਦਾ। ਵੈਸੇ ਇੱਕ ਵਾਰ ਉਹਨੂੰ ਪਹਿਲਾਂ ਵੀ ਲੱਗਣ ਲੱਗਿਆ ਸੀ, ਉਦੋਂ ਵੀ ਉਹਨੇ ਬਿਹਾਰ ਦੇ ਵਿੱਚ ਜਾ ਕੇ ਨਿਤਿਸ਼ ਕੁਮਾਰ ਦੀ ਪਾਰਟੀ ਜੁਆਇਨ ਕੀਤੀ ਸੀ। ਉਹ ਤਾਂ ਨਿਤਿਸ਼ ਕੁਮਾਰ ਨੇ ਬਾਅਦ ਦੇ ਵਿੱਚ ਉਹਨੂੰ ਪੁੱਛਿਆ ਦੱਸਿਆ ਨਹੀਂ, ਫਿਰ ਉਹ ਪਾਰਟੀ ਛੱਡ ਕੇ ਦਿੱਲੀ ਆ ਗਿਆ ਔਰ ਉਦੋਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਹਮਾਇਤ ਕਰਨ ਲੱਗਿਆ। ਤਾਂ ਹੁਣ ਕਾਂਗਰਸ ਪਾਰਟੀ ਦੇ ਵਿੱਚ ਕਪਿਲ ਸਿੱਬਲ ਹੋਰੀ ਜਿਹੜੇ 23 ਜਾਣੇ ਨੇ ਜੀ ਕਪਿਲ ਸਿੱਬਲ ਹੋਰੀ ਜਿਹਨਾਂ ਨੂੰ G23 ਵੀ ਜਿਹੜਾ ਉਹ ਕਿਹਾ ਜਾਂਦਾ ਗਾ, ਤਾਂ ਉਹਨਾਂ ਨੇ ਮੀਟਿੰਗ ਕੀਤੀ ਆ ਔਰ ਉਹਨਾਂ ਨੇ ਵਿਰੋਧ ਕੀਤਾ। ਉਹ ਕਹਿੰਦੇ ਇਹ ਇਸ ਤਰ੍ਹਾਂ ਦੀ ਸਥਿਤੀ ਆ ਜਿਹੜੀ ਉਹ ਠੀਕ ਨਹੀਂ ਹੈ ਔਰ ਇਹਦੇ 'ਚ ਇਹ ਪਤਾ ਲੱਗਿਆ ਕਿ ਕਪਿਲ ਸ਼ਰਮਾ ਦੇ ਘਰੇ ਜਿਹੜੀ ਮੀਟਿੰਗ ਹੋਈ ਹੈ, ਕਪਿਲ ਸਿੱਬਲ ਦੇ ਘਰੇ ਜਿਹੜੀ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਮਨੀਸ਼ ਤਿਵਾੜੀ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਸ਼ਸ਼ੀ ਥਰੂਰ, ਭੁਪਿੰਦਰ ਹੁੱਡਾ ਵਰਗੇ ਜਿਹੜੇ ਆਗੂ ਨੇ ਉਹ ਸ਼ਾਇਦ ਮੌਜੂਦ ਰਹੇ ਨੇ ਔਰ ਉਹਨਾਂ ਨੇ ਹੁਣ ਕਾਂਗਰਸ ਹਾਈ ਕਮਾਂਡ ਤੱਕ ਜਿਹੜਾ ਉਹ ਆਪਦਾ ਵਿਰੋਧ ਵੀ ਪਹੁੰਚਾਤਾ। ਕਹਿੰਦੇ 135 ਸਾਲ ਇਹ ਪੁਰਾਣੀ ਪਾਰਟੀ ਹੈ ਔਰ ਇੱਥੇ ਕੋਈ ਫੈਂਸੀ ਵਿਚਾਰਾਂ ਵਾਲਾ ਇੱਕ ਸਟਾਰਟਅਪ ਵਿਅਕਤੀ ਆਉਂਦਾ ਔਰ ਉਹਨੂੰ ਅਸੀਂ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਈਏ। ਇਹਨਾਂ ਨੂੰ ਸਾਰਿਆਂ ਨੂੰ ਲੱਗਦਾ ਨਾ ਕਿ ਰਾਹੁਲ ਗਾਂਧੀ ਲਿਆ ਕੇ ਸਾਡੇ ਸਿਰ ਤੇ ਬਹਾਦੂ ਪ੍ਰਸ਼ਾਂਤ ਕਿਸ਼ੋਰ ਨੂੰ ਔਰ ਇਹ ਵੀ ਪਤਾ ਦੱਸਦੇ ਆ ਗਿੱਲ ਸਾਹਿਬ ਕਿ ਪ੍ਰਸ਼ਾਂਤ ਕਿਸ਼ੋਰ ਆ ਜਿਹੜਾ ਉਹ ਕਿਸੇ ਦੀ ਸੁਣਦਾ ਹੀ ਨਹੀਂ ਨਾ, ਉਹ ਤਾਂ ਆਪਦੇ ਹਿਸਾਬ ਨਾਲ ਕਹਿੰਦਾ ਵੀ ਆਹ ਹਲਕੇ ਤੋਂ ਆਹ ਚੋਣ ਲੜੂ ਜੀ, ਆਹ ਹਲਕੇ ਤੋਂ ਆਹ ਚੋਣ ਲੜੂ ਜੀ। ਕਈ ਕਈ ਸਾਲ ਪੁਰਾਣੇ ਜਿਹੜੇ ਲੀਡਰ ਨੇ ਉਹਨਾਂ ਨੂੰ ਲਾਈਨ 'ਚ ਖੜਾ ਲੈਂਦਾ, ਤਾਂ ਇਸ ਗੱਲ ਤੋਂ ਵੀ ਕਪਿਲ ਸਿੱਬਲ ਹੋਣੀ ਔਖੇ ਨੇ। ਇਹਨਾਂ ਨੂੰ ਲੱਗਦਾ ਗਾ ਵੀ ਅਸੀਂ ਇੰਨੇ ਪੁਰਾਣੇ ਲੀਡਰ, ਜਿਵੇਂ ਬਲਵੰਤ ਸਿੰਘ ਰਾਮੂਵਾਲੀਆ ਦਾ ਇੱਕ ਵਾਰ ਦਰਦ ਸਾਹਮਣੇ ਆਇਆ, ਉਹ ਕਹਿੰਦਾ ਵੀ ਸੁਖਵੀਰ ਬਾਦਲ ਸਾਡੇ ਜਵਾਕਾਂ ਵਰਗਾ, ਕਹਿੰਦਾ ਸਾਨੂੰ ਲਾਈਨ 'ਚ ਖੜਾ ਕਰ ਲਿਆ ਇੱਕ ਵਾਰ। ਤਾਂ ਇਹ ਜਿਹੜੀ ਸਥਿਤੀ ਆ ਉਹ ਕਪਿਲ ਸਿੱਬਲ ਨੂੰ ਔਖੀ ਲੱਗਦੀ ਹੈ, ਜਿਸ ਕਰਕੇ ਉਹ ਵਿਰੋਧ ਕਰ ਰਿਹਾ ਹੈ ਜੀ। ਇਹ ਜਿੰਨੇ ਵੀ ਨੇ ਜਿਹੜੇ ਕਿਸੇ ਦੀ ਨਹੀਂ ਨਾ ਸੁਣਨ ਵਾਲੇ ਉਹਨਾਂ ਨੂੰ ਮੁਸ਼ਕਿਲ ਆ, ਜੇ ਫਾਜ਼ਿਲਕਾ ਤੋਂ ਜਾ ਕੇ ਕੋਈ 24 ਘੰਟੇ 'ਚ ਪਟਿਆਲੇ ਸਿੱਧੂ ਦੀ ਕੋਠੀ ਜਾ ਕੇ ਕਿਹਾ ਜੀ ਸਾਡੇ ਤੂੜੀ ਵਾਲੇ ਕੁੱਪਾਂ ਨੂੰ ਰਾਤ ਅੱਗ ਲੱਗ ਗਈ, ਪਿੰਡ ਅੱਧਾ ਮੱਚ ਗਿਆ, ਨਵਜੋਤ ਸਿੱਧੂ ਨੇ ਕਹਿਣਾ ਪਤਾ ਮੈਨੂੰ ਰਾਤ ਖਬਰ ਆ ਗਈ ਸੀ। ਇਹ ਸਾਰੇ ਹੀ ਇਹ ਨੇ ਵੀ ਅਸੀਂ 16 ਕਲਾਂ ਸੰਪੂਰਨ ਹੈ, ਕੱਲ੍ਹ ਨੂੰ ਕਰਦੇ ਹਾਂ 9:15 ਫਿਰ ਗੱਲ। ਧੰਨਵਾਦ, ਸ਼ੁਕਰੀਆ ਗਿੱਲ ਸਾਹਿਬ ਤੁਹਾਡਾ ਅਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਮੇਰੇ ਨਾਲ ਰਵੀ ਸ਼ਾਰਦਾ ਜੀ ਨੇ ਜਿਹੜੇ BC ਚਿਲਡਰਨ ਹੋਸਪਿਟਲ ਦੇ ਲਈ ਦਾਨੀਆਂ ਤੱਕ ਪਹੁੰਚ ਕਰਦੇ ਨੇ ਅਤੇ ਦਾਨੀ ਸੱਜਣ, ਇਸ ਹਸਪਤਾਲ ਜਿਹੜਾ ਇੱਕੋ ਇੱਕ ਸਾਡੇ ਸੂਬੇ ਦਾ ਬੱਚਿਆਂ ਦਾ ਹਸਪਤਾਲ ਹੈ, ਉਹਦੀ ਬਿਹਤਰੀ ਦੇ ਲਈ ਕੰਮ ਕਰਦੇ ਨੇ ਅਤੇ ਹੁਣ ਇੱਕ ਗੋਲ ਸ਼ੁਰੂ ਹੋਇਆ ਹੋਇਆ BC ਚਿਲਡਰਨ ਹੋਸਪਿਟਲ ਫਾਊਂਡੇਸ਼ਨ ਵੱਲੋਂ ਕਿ $2 ਮਿਲੀਅਨ ਜਿਹੜੇ ਇੱਕ ਡਾਇਬਟੀਜ਼ ਕੇਅਰ ਫਾਰ ਚਿਲਡਰਨ
शुगर के मरीजों के लिए बच्चों के लिए सॉरी जिन्हों शूगर होया उन्होंने लिए एक सेंटर बन रहा है तो उहदे च दानी जिहड़े ने उदान कर रहे ने ते तुहानू भी सारिआं नू बेनती करन दे लई ओह मेरे नाल ने। रवि जी स्वागत, सत श्री अकाल। सत श्री अकाल मिस्टर गेल। अच्छा, ये जिहड़ा इनिशिएटिव लिया जी $2 मिलियन इकट्ठा करन दा, दान दानिया तक पहुँच करन दा, डायबिटीज केयर फॉर चिल्ड्रन दे लई, इहदे बारे दसो जी। श्योर मिस्टर गेल। मिस्टर गिल, जिवें आपां नूं सारिआं नूं पता, BBC चिल्ड्रनस हॉस्पिटल तुसीं हुणे मैंशन कीता कि इकल्ला चिल्ड्रनस हॉस्पिटल हैगा पूरे प्रोविंस दा। इस हॉस्पिटल दे विच जिहड़े डायबिटीज रिसर्चर्स ने या डायबिटीज डॉक्टर्स ने जी, ओह इस बीमारी लई रिसर्च करनी शुरू कीती उन्होंने। इस टाइम दे उत्ते अबाउट 2500-2500 बच्चे डायबिटीज टाइप 1 डायबिटीज जिहड़ी है जी ਉਹਦੇ ਨਾਲ ਪ੍ਰਭਾਵਿਤ ਹੈ ਨੇ ਜੀ, ਤੇ ਇਹ ਨੰਬਰ ਜਿਹੜਾ ਹੈ 35% ਗਰੋ ਹੋਊਗਾ ਬਾਈ 2030। ਸੋ 2500 ਬੱਚੇ ਜੇ ਤੁਸੀਂ ਲਾ ਕੇ ਚਲੋ ਆਪਣੇ ਅਬਾਊਟ 100 ਕਲਾਸ ਰੂਮਸ ਬੱਚਿਆਂ ਦੇ ਇਹ ਟਾਈਪ 1 ਡਾਇਬਿਟੀਜ਼ ਦੇ ਨਾਲ ਪੀੜਿਤ ਹੈ। ਸੋ ਇਹ ਟਾਈਪ 1 ਡਾਇਬਿਟੀਜ਼ ਥੋੜੀ ਜਿਹੀ ਡਿਫਰੈਂਟ ਹੈ, ਥੋੜਾ ਜਿਹਾ ਮੈਂ ਐਕਸਪਲੇਨ ਕਰ ਦਿੰਦਾ ਵੀ ਇਹ ਇਨਕਿਊਰੇਬਲ ਡਿਜ਼ੀਜ਼ ਹੈ। ਜਿਵੇਂ ਟਾਈਪ 2 ਡਾਇਬਿਟੀਜ਼ ਹੈ, ਤੁਸੀਂ ਉਹਨੂੰ ਐਕਸਰਸਾਈਜ਼ ਦੇ ਨਾਲ, ਡਾਇਟ ਦੇ ਨਾਲ ਕੰਟਰੋਲ ਕਰ ਸਕਦੇ ਹੋ, ਆਪਣੇ ਆਪ ਨੂੰ ਮੈਜ਼ਰ ਕਰ ਸਕਦੇ ਹੋ। ਇਹ ਟਾਈਪ 1 ਡਾਇਬਿਟੀਜ਼ ਇੱਕ ਇਹੋ ਜਿਹੀ ਬਿਮਾਰੀ ਹੈ ਜਿਹਦਾ ਹਜੇ ਕੋਈ ਤੱਕ ਇਲਾਜ ਨਹੀਂ ਹੈਗਾ ਹਜੇ। ਸੋ ਇਹ ਜਦੋਂ ਬਿਮਾਰੀ ਬੱਚਿਆਂ ਨੂੰ ਹੋਣ ਲੱਗੀ ਤੇ BC ਚਿਲਡਰਨਸ ਹਾਸਪਿਟਲ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਕੰਪੋਨੈਂਟ ਹੈਗਾ ਉਹ ਹੈਗੀ ਹੈ ਰਿਸਰਚ ਫੈਸਿਲਿਟੀ। ਇੱਕ ਇੰਸਟੀਟਿਊਟ ਹੈਗਾ BC ਚਿਲਡਰਨਸ ਹਾਸਪਿਟਲ ਦੇ ਵਿੱਚ ਹੀ ਜਿਹੜੀ ਕਿ ਰਿਸਰਚ ਕਰਦਾ ਬੱਚਿਆਂ ਦੀ ਬਿਮਾਰੀਆਂ ਬਾਰੇ। ਸੋ ਇਹ ਰਿਸਰਚ ਲਈ ਇਨੀਸ਼ਲੀ ਜਿਹੜੀ ਫੰਡਿੰਗ ਜਿਹੜੀ ਲੋੜ ਸ਼ੁਰੂ ਹੋਈ ਉਹ ਸੀਗੀ $3.2 ਮਿਲੀਅਨ ਤੇ ਉਹ $3.2 ਮਿਲੀਅਨ ਦੀ ਅੱਜ ਤੋਂ 2 ਸਾਲ ਪਹਿਲਾਂ ਲੋੜ ਸ਼ੁਰੂ ਕੀਤੀ ਗਈ। ਉਹਦੇ ਵਿੱਚ ਆਪਣੇ ਕਮਿਊਨਿਟੀ ਨੇ ਬਹੁਤ ਯੋਗਦਾਨ ਪਾਇਆ ਤੇ ਹੁਣ ਉਹ ਜਿਹੜੀ ਨੀਡ ਸੀਗੀ ਉਹ ਘੱਟ ਕੇ ਅਬਾਊਟ 2 ਮਿਲੀਅਨ ਆ ਗਈ। ਸੋ ਵੀ ਆਲਰੇਡੀ ਰੇਜ਼ਡ 1.2 ਮਿਲੀਅਨ ਜੀ, ਤੇ $2 ਮਿਲੀਅਨ ਦੀ ਜਿਹੜੀ ਬਾਕੀ ਲੋੜ ਹੈਗੀ ਹੈ ਉਸ ਟਾਈਮ ਦੇ ਉੱਤੇ ਉਹ ਦਿਸ ਇਜ਼ ਸਪੈਸੀਫਿਕਲੀ ਫੋਰ ਡਾਇਬਿਟੀਜ਼ ਰਿਸਰਚ, ਡਾਇਬਿਟੀਜ਼ ਆਊਟਰੀਚ ਪ੍ਰੋਜੈਕਟ ਜਿਹੜੇ ਨੇ ਸ਼ੁਰੂ ਹੋ ਰਹੇ ਨੇ। ਤੇ ਇਹ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹੁੰਗਾ ਮਿਸਟਰ ਗਿੱਲ ਕਿ ਇਹ ਪੈਸੇ ਕਿਉਂ ਚਾਹੀਦੇ ਨੇ ਇਸ ਟਾਈਮ ਦੇ ਉੱਤੇ। ਇਹ ਪੈਸੇ ਪਹਿਲੀ ਤਾਂ ਚਲੋ ਰਿਸਰਚ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਚੀਜ਼ ਆ, ਕਿਉਂਕਿ ਜਦੋਂ ਵੀ ਕੋਈ ਰਿਸਰਚ ਸ਼ੁਰੂ ਕਰਦੇ ਹੋ ਤਾਂ ਗਵਰਨਮੈਂਟ ਫੰਡਿੰਗ ਨਹੀਂ ਮਿਲਦੀ ਰਿਸਰਚ ਨੂੰ ਜੀ। ਤੋ ਉਹ ਡੋਨਰ ਫੰਡਿਡ ਰਿਸਰਚ ਸ਼ੁਰੂ ਹੁੰਦੀ ਹੈ ਜਦੋਂ ਉਹਦੇ ਰਿਜ਼ਲਟਸ ਬਾਹਰ ਆਉਣੇ ਸ਼ੁਰੂ ਹੁੰਦੇ ਨੇ, ਉਹ ਤੋਂ ਬਾਅਦ ਫਿਰ ਗਵਰਨਮੈਂਟ ਫੰਡਿੰਗ ਪ੍ਰੋਵਾਈਡ ਕਰਦੀ ਹੈ, ਫਿਰ ਉੱਥੋਂ ਸਪੋਰਟ ਕਰਨੀ ਸ਼ੁਰੂ ਕਰਦੀ ਹੈ ਗਵਰਨਮੈਂਟ। ਸੋ ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਆਪਣਾ ਪ੍ਰੋਵਿੰਸ ਐਡਾ ਵੱਡਾ, ਇਟਸ ਓਵਰ ਅਬਾਊਟ 10,000 ਸਕੁਅਰ ਕਿਲੋਮੀਟਰ ਤੇ ਬੱਚੇ ਹਰ ਇੱਕ ਕੋਨੇ ਦੇ ਵਿੱਚ ਨੇ BC ਦੇ ਵਿੱਚ। ਉਹਨਾਂ ਨੂੰ ਜਿਹੜੀ ਸਪੋਰਟ ਚਾਹੀਦੀ ਹੈ, ਹਰ ਇੱਕ ਫੈਮਿਲੀ ਲਈ ਇੰਪੋਰਟੈਂਟ ਹੈ ਕਿ ਉਹਨਾਂ ਦੇ ਬੱਚੇ ਨੂੰ ਸਪੋਰਟ ਮਿਲੇ, ਬਟ ਹਰ ਇੱਕ ਫੈਮਿਲੀ ਲਈ ਪੋਸੀਬਲ ਨਹੀਂ ਹੈ ਕਿ ਉਹ BC ਚਿਲਡਰਨਸ ਹਾਸਪਿਟਲ ਹਰ ਇੱਕ ਵਿਜ਼ਿਟ ਲਈ ਆ ਸਕਣ। ਸੋ ਇੱਕ ਸਟਰਕਚਰ ਖੜਾ ਕੀਤਾ ਜਾ ਰਿਹਾ ਕਿ ਬੱਚੇ ਜਿਹੜੀ ਕਮਿਊਨਿਟੀਜ਼ ਦੇ ਵਿੱਚ ਰਹਿ ਰਹੇ ਨੇ ਉੱਥੇ ਉਹਨਾਂ ਨੂੰ ਸਪੋਰਟ ਦਿੱਤੀ ਜਾਵੇ, ਉਹ ਇੱਕ ਫਰੇਮਵਰਕ ਕ੍ਰੀਏਟ ਕੀਤਾ ਜਾ ਰਿਹਾ। ਸੋ ਇਹ 2 ਰੀਜ਼ਨਸ ਕਰਕੇ ਅਸੀਂ ਜਿਹੜੇ ਪੈਸੇ ਆ ਉਹ ਅਸੀਂ ਇਕੱਠੇ ਕਰ ਰਹੇ ਜੀ ਇਹਨੂੰ ਡਾਇਬਿਟੀਜ਼ ਰਿਸਰਚ ਦੇ ਲਈ। ਤੇ ਪਿਛਲੇ ਦਿਨੀ ਇੱਕ ਫੰਡ ਰੇਜ਼ਿੰਗ ਹੋਇਆ ਜੀ, ਇਸ ਵੀਰਵਾਰ ਲੰਘੇ ਵੀਰਵਾਰ ਹੀ, ਤੇ ਉਹਦੇ ਬਾਰੇ ਦੱਸੋ ਜੀ, ਉਹਦੇ ਚ ਕਿੰਨਾ ਫਿਰ ਕਿੰਨੀ ਰਕਮ ਇਕੱਠੀ ਹੋਈ? ਡੈਫੀਨੇਟਲੀ ਮਿਸਟਰ ਗਿੱਲ, ਸੋ ਆਪਣੀ ਕਮਿਊਨਿਟੀ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ, ਲਾਈਕ ਦੱਸਣ ਦੀ ਲੋੜ ਨਹੀਂ ਹੈ ਕਿ ਆਪਾਂ ਇੰਨਾ ਸਪੋਰਟ ਕਰਦੇ ਹਾਂ ਡਿਫਰੈਂਟ ਕਾਜ਼ਸ ਨੂੰ ਇਨਕਲੂਡਿੰਗ BC ਚਿਲਡਰਨਸ ਹਾਸਪਿਟਲ ਜੀ। ਤਾਂ ਇਹ ਜਿਹੜਾ ਅਸੀਂ ਉਪਰਾਲਾ ਸ਼ੁਰੂ ਕੀਤਾ ਸੀਗਾ ਫੰਡ ਇਕੱਠੇ ਕਰਨ ਦਾ 2 ਸਾਲ ਪਹਿਲਾਂ, ਜਿਵੇਂ ਤੁਹਾਨੂੰ ਮੈਂਸ਼ਨ ਕੀਤਾ, ਸਾਊਥ ਏਸ਼ੀਅਨ ਕਮਿਊਨਿਟੀ ਇਨੀਸ਼ੀਏਟਿਵ, ਤੇ ਉੱਥੋਂ ਕੰਟੀਨਿਊ ਕਰਦੇ ਕਰਦੇ ਕੁਆਇਟ ਰੀਸੈਂਟਲੀ ਲਾਸਟ ਵੀਕ ਇੱਕ ਫੰਡ ਰੇਜ਼ਰ ਆਰਗਨਾਈਜ਼ ਕੀਤਾ। ਸਾਡੇ ਕਾਫੀ ਉੱਗੇ ਡੋਨਰਸ ਹੈਗੇ ਨੇ ਕਮਿਊਨਿਟੀ ਦੇ ਵਿੱਚ, ਪੀਟਰ ਰਾਜੂ ਤੇ ਊਸ਼ਾ ਰਾਜੂ ਜੀ, ਪੀਸਾਚ ਡਿਊਟੀ ਫ੍ਰੀ ਸ਼ਾਪ ਤੇ ਰਿਚਮੰਡ ਚ ਰਹਿੰਦੇ ਨੇ। ਉਹਨਾਂ ਨੇ ਆਪਣੇ ਘਰ ਇੱਕ ਫੰਡ ਰੇਜ਼ਰ ਆਰਗਨਾਈਜ਼ ਕੀਤਾ, ਵਾਜ਼ ਐਨ ਆਊਟਡੋਰ ਇਵੈਂਟ, ਤੇ ਉਹਦੇ ਵਿੱਚ ਅਸੀਂ ਇਨਵੀਟੇਸ਼ਨ ਭੇਜੇ ਜਿਹੜੇ ਕਮਿਊਨਿਟੀ ਦੇ ਪ੍ਰੋਮੀਨੈਂਟ ਬਿਜ਼ਨਸ ਲੀਡਰ ਸੀਗੇ, ਪ੍ਰੋਮੀਨੈਂਟ ਪਰਸਨੈਲਿਟੀ ਸੀਗੇ। ਉਹਨਾਂ ਨੇ ਫੰਡਰੇਜ਼ਰ ਆਰਗਨਾਈਜ਼ ਕਰਕੇ ਉਦਨ ਰਾਤ ਨੂੰ, ਮਿਸਟਰ ਗਿੱਲ ਆਈ ਐਮ ਸੋ ਪ੍ਰਾਊਡ ਆਪਣੀ ਕਮਿਊਨਿਟੀ ਦੀ ਇੰਗੇਜਮੈਂਟ, ਆਪਣੀ ਕਮਿਊਨਿਟੀ ਦੀ
ਜਿਹੜੀ ਇਨਵੋਲਵਮੈਂਟ ਹੈਗੀ ਹੈ ਔਨ ਦੈਟ ਨਾਈਟ ਵੀ ਰੇਜ਼ਡ ਓਵਰ $540,000 ਵੈਰੀ ਗੁੱਡ ਵੈਰੀ ਗੁੱਡ ਤੇ ਕਾਫੀ ਲੋਕਾਂ ਨੇ ਉਹਦੇ ਵਿੱਚ ਕੰਟਰੀਬਿਊਸ਼ਨ ਦਿੱਤਾ ਕਮਿਊਨਿਟੀ ਲੀਡਰਸ ਬਿਜ਼ਨਸ ਲੀਡਰਸ ਨੇ ਦੇ ਮੇਡ ਸਿਗਨੀਫਿਕੈਂਟ ਕੰਟਰੀਬਿਊਸ਼ਨ ਅਸੀਂ ਫਾਊਂਡੇਸ਼ਨ ਵੱਲੋਂ ਹੋਸਪਿਟਲ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸੋ ਇਹਦੇ ਵਿੱਚ ਵੱਡੇ ਡੋਨਰ ਜਿਸ ਤਰ੍ਹਾਂ ਤੁਸੀਂ ਲਿਖਿਆ ਕਿ ਟੋਨੀ ਸਿੰਘ ਫਰੂਟੀ ਕਹਿਣਾ ਤੋਂ ਮਨਜੀਤ ਲਿਟ ਜਿਹੜੇ ਵੱਡੇ ਬਿਜ਼ਨਸ ਐਂਟਰਪ੍ਰੀਨਿਓਰ ਨੇ ਐਰਕ ਗੌਂਡਰ ਹੇਡਨ ਡਾਇਮੰਡ ਦਲਜੀਤ ਥਿੰਦ ਡਿਵੈਲਪਮੈਂਟਸ ਜੋ ਓਬੀਅਸਲੀ ਹੋਸਟ ਸਨ ਅਮਰੀ ਐਂਡ ਪੀਟਰ ਰਾਜੂ ਰਾਹੁਲ ਅਤੇ ਅਮਨ ਗਿੱਲ ਸੋ ਇਹ ਬਹੁਤ ਵਧੀਆ ਮਾਣ ਦੀ ਗੱਲ ਹੈ ਜਦ ਤੁਸੀਂ ਭਾਈਚਾਰੇ ਨੂੰ ਰੀਪ੍ਰਜੈਂਟ ਕਰਦੇ ਹੋ ਅਤੇ ਜਦ ਤੁਹਾਡੇ ਸੱਦੇ 'ਤੇ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਡਾ ਵੀ ਮਾਣ ਵੱਧਦਾ ਉਸ ਫਾਊਂਡੇਸ਼ਨ ਦੇ ਵਿੱਚ ਜਿੱਥੇ ਤੁਸੀਂ ਕੰਮ ਕਰਦੇ ਹੋ ਅਖੀਰ ਦੇ ਵਿੱਚ ਤੁਹਾਡੇ ਤੱਕ ਕਿਸੇ ਨੇ ਹੋਰ ਪਹੁੰਚ ਕਰਨੀ ਹੋਵੇ ਇਸ ਨੋਬਲ ਕੌਜ਼ ਦੇ ਵਿੱਚ ਡੋਨੇਟ ਕਰਨ ਲਈ ਜਾਂ ਕੁਝ ਹੋਰ ਇਨਫੋਰਮੇਸ਼ਨ ਦੇਣੀ ਹੋਵੇ ਤਾਂ ਪਲੀਜ਼ ਐਬਸੋਲੂਟਲੀ ਮਿਸਟਰ ਗਿੱਲ ਮੇਰਾ ਨੰਬਰ 7789180785 ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਨੇ ਇਸ ਉਪਰਾਲੇ ਬਾਰੇ ਕੋਈ ਹੋਰ ਇਨਫੋਰਮੇਸ਼ਨ ਤੁਹਾਨੂੰ ਮੈਂ ਭੇਜ ਸਕਦਾ ਜੇ ਤੁਸੀਂ ਮੈਨੂੰ ਕੰਟੈਕਟ ਕਰਦੇ ਹੋ ਜੇ ਡੋਨੇਸ਼ਨ ਕਰਨੀਆਂ ਨੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਐਂਡ ਆਈ ਕੈਨ ਪੁੱਟ ਯੂ ਇਨ ਟੱਚ ਕਿਉਂਕਿ ਮੈਂ ਇਨਫੋਰਮੇਸ਼ਨ ਨਹੀਂ ਲੈਂਦਾ ਫੋਰ ਪ੍ਰਾਈਵੇਸੀ ਰੀਜ਼ਨਸ ਤੇ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਬਟ ਆਈ ਕੈਨ ਡੈਫੀਨੇਟਲੀ ਮੈਂ ਆਪਣੇ ਆਫਿਸ ਸਟਾਫ ਨੂੰ ਆਈ ਕੈਨ ਪੁੱਟ ਦੈਮ ਇਨ ਟੱਚ ਵਿਦ ਯੂ ਬਟ ਮੈਂ ਇੱਕ ਗੱਲ ਫਿਰ ਮੈਂਸ਼ਨ ਕਰਨਾ ਚਾਹੁੰਗਾ ਮਿਸਟਰ ਗਿੱਲ ਜਿਵੇਂ ਤੁਸੀਂ ਕਿਹਾ ਕਿ ਜਿੱਥੇ ਤੁਸੀਂ ਕੰਮ ਕਰਦੇ ਹੋ ਤੁਹਾਡਾ ਮਾਣ ਬਹੁਤ ਵੱਧਦਾ ਜਦੋਂ ਤੁਸੀਂ ਆਪਣੀ ਕਮਿਊਨਿਟੀ ਨੂੰ ਦੇਖਦੇ ਹੋ ਕਿ ਆਪਣੀ ਕਮਿਊਨਿਟੀ ਇਕੱਠੀ ਹੋ ਕੇ ਇੱਕ ਪੋਜ਼ਿਟਿਵ ਨੋਟ ਦੇ ਉੱਤੇ ਜਿਹੜਾ ਕੰਟਰੀਬਿਊਸ਼ਨ ਕਰ ਰਹੀ ਹੈ ਐਂਡ ਮੇਰਾ ਇਹ ਮੇਰੇ ਲਈ ਖੁਦ ਬਿਕੋਜ਼ ਮੈਂ ਖੁਦ ਰਹਿਣਾ ਆਪਣਾ ਕਮਿਊਨਿਟੀ ਦੇ ਵਿੱਚ ਸਰੀ ਦੇ ਵਿੱਚ ਰਹਿਣਾ ਆਪ ਜਦੋਂ ਇਹ ਜੀ ਪੋਜ਼ਿਟਿਵ ਨਿਊਜ਼ ਕਮਿਊਨਿਟੀ ਦੀ ਬਾਹਰ ਹੁੰਦੀ ਹੈ ਇਟ ਜਸਟ ਫੀਲ ਸੋ ਪ੍ਰਾਊਡ ਕਿ ਦੇਰ ਆਰ ਸਮ ਪੋਜ਼ਿਟਿਵਿਟੀ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਇੰਨੀ ਜ਼ਿਆਦਾ ਹੈ ਪਰ ਅੱਗੇ ਨਹੀਂ ਆਉਂਦੀ ਹੈਗੀ ਜਸਟ ਅ ਪ੍ਰਾਊਡ ਮੂਮੈਂਟ ਸੱਚ ਅ ਪ੍ਰਾਊਡ ਮੂਮੈਂਟ ਜੀ ਮਿਸਟਰ ਸ਼ਾਰਦਾ ਸ਼ੁਭ ਇਸ਼ਾਮਾ ਅਤੇ ਜਦ ਵੀ ਤੁਹਾਡਾ ਮਨ ਕਰੇ ਕਦੇ ਵੀ ਪਲੀਜ਼ ਕਮ ਟੂ ਸ਼ੋ ਜਦ ਵੀ ਕਦੇ ਸੁਨੇਹਾ ਦੇਣਾ ਹੋਵੇ ਅਸੀਂ ਸਦਾ ਤੁਹਾਡੇ ਨਾਲ ਥੈਂਕ ਯੂ ਸੋ ਮਚ ਮਿਸਟਰ ਗਿੱਲ ਐਂਡ ਥੈਂਕ ਯੂ ਸੋ ਮਚ ਮੇਰੀ ਕਾਲ ਲੈਣ ਲਈ ਅਤੇ ਮੈਸੇਜ ਕਮਿਊਨਿਟੀ ਤੱਕ ਪਹੁੰਚਾਉਣ ਲਈ ਥੈਂਕ ਯੂ ਸੋ ਮਚ ਸ਼ੁਭ ਇਸ਼ਾਮਾ ਜੀ ਥੈਂਕ ਯੂ ਓਕੇ ਜੀ ਮਿਸਟਰ ਰਵੀ ਸ਼ਾਰਦਾ ਗੱਲਬਾਤ ਕਰ ਰਹੇ ਸੀ ਜਿਹੜੇ ਚਿਲਡਰਨ ਜਿਹੜੀ ਹੋਸਪਿਟਲ ਦੀ ਫਾਊਂਡੇਸ਼ਨ ਉਹਨਾਂ ਨਾਲ ਕੰਮ ਕਰ ਰਹੇ ਨੇ ਅਤੇ $540,000 ਪਿਛਲੇ ਦਿਨੀ ਇਕੱਠਾ ਹੋਇਆ ਧੰਨਵਾਦ ਆ ਦਾਨੀਆਂ ਦਾ 338 ਕੈਨੇਡਾ ਦੀ ਅੱਜ ਜਿਹੜੀ ਪੋਲਿੰਗ ਹੈ ਉਹ ਹੈ ਕੰਜ਼ਰਵੇਟਿਵ ਪਾਰਟੀ 32% ਲਿਬਰਲ 31 NDP 20 ਤੋਂ 23 'ਤੇ ਗਈ ਹੈ 3% ਉੱਪਰ ਗਈ ਹੈ ਬਲੋਕ ਕੁਬੈਕ ਵਾ 7% ਸੋ ਇਹ ਪਾਰਟੀਆਂ ਦੀ ਅੱਜ ਰੇਟਿੰਗ ਹੈ ਅਤੇ 3% ਰਾਦਰ 20 ਤੋਂ 23 ਤੱਕ ਗਈ ਹੈ ਅਤੇ ਇਹ 27 ਤੋਂ 30 ਤੱਕ ਜਿਹੜੀਆਂ ਇਸ ਨੂੰ ਦੇਖਿਆ 338 ਕੈਨੇਡਾ ਬਹੁਤ ਉਹਨਾਂ ਦੇ ਸਹੀ ਅੰਕੜੇ ਹੁੰਦੇ ਆ ਜਿਹੜੇ ਨਿੱਜੀ ਤੌਰ 'ਤੇ ਮੈਂ ਚੈੱਕ ਕੀਤੇ 19 ਵਾਲੀ ਇਲੈਕਸ਼ਨ 'ਚ ਅਤੇ ਡਿਬੇਟ ਲੋਕਲ ਆਊਟਲੈਟਸ 'ਤੇ ਸਾਡੇ ਮੀਡੀਆ ਆਊਟਲੈਟਸ 'ਤੇ ਸ਼ੁਰੂ ਹੋ ਚੁੱਕੀਆਂ ਨੇ ਡਿਬੇਟਸ ਨੂੰ ਨੇੜਿਓਂ ਵੇਖੋ ਪਲੀਜ਼ ਚੈੱਕ ਕਰੋ ਕਿ ਕਿਹੜਾ ਕੈਂਡੀਡੇਟ ਕੀ ਕਰ ਰਿਹਾ ਨਵਾਂ ਪੁਰਾਣਾ ਕੰਸਟੀਚੁਐਂਸੀ 'ਚ ਰਹਿੰਦਾ ਨਹੀਂ ਰਹਿੰਦਾ ਬਿਜ਼ਨਸ ਕਰਦਾ ਨਹੀਂ ਕਰਦਾ ਜਵਾਕ ਉਹਦੇ ਹੈਗੇ ਜਾਂ ਨਹੀਂ ਵਿਆਹਿਆ ਹੋਇਆ ਜਾਂ ਨਹੀਂ ਇਹ ਨਹੀਂ ਕਹਾਣੀ ਹੈ ਕਹਾਣੀ ਇਹ ਹੋਣੀ ਚਾਹੀਦੀ ਹੈ ਕਿ ਉਹ ਕੰਸਟੀਚੁਐਂਸੀ 'ਚੋਂ ਬਾਹਰ ਕਿਉਂ ਗਿਆ ਕੰਸਟੀਚੁਐਂਸੀ ਦੇ ਵਿੱਚੋਂ ਛੱਡ ਕੇ ਕਿਉਂ ਉਹਨੂੰ ਜਾਣਾ ਪਿਆ ਕੰਸਟੀਚੁਐਂਸੀ ਛੱਡ ਕੇ ਜਵਾਕ $5,00,000 ਕਰਕੇ ਦੇ ਕੇ ਡਿਗਰੀਆਂ ਕਿਉਂ ਬਾਹਰ ਪ੍ਰਦੇਸ਼ਾਂ 'ਚ ਕਰਨ ਜਾਂਦੇ ਨੇ ਅਤੇ ਕਿਸੇ ਕੰਸਟੀਚੁਐਂਸੀ ਦੇ ਵਿੱਚ 100 million ਚਾਈਲਡ ਟੈਕਸ ਬੈਨੀਫਿਟ ਆ ਜਾਣਾ ਕੀ ਉਹ ਕੰਸਟੀਚੁਐਂਟਸ ਦੀ ਸਤਿਕਾਰ ਦੇ ਵਿੱਚ ਸ਼ਬਦ ਨੇ ਜਾਂ ਉਹਨਾਂ ਦੇ ਕੰਸਟੀਚੁਐਂਸੀ 'ਚ ਰਹਿਣ ਵਾਲੇ ਲੋਕਾਂ ਦੀ ਗਰੀਬੀ ਰੇਖਾ 'ਤੇ ਜਿਉਣਾ ਦੱਸਦਾ ਇਹ ਸ਼ਬਦ ਜਿਹੜੇ ਨੇ ਇਹਨਾਂ 'ਤੇ ਨਿਗਾਹ ਰੱਖਣ ਦੀ ਲੋੜ ਹੈ ਸੋ ਇਹਦਾ ਮੈਂ ਖੁੱਲ੍ਹ ਕੇ ਦੂਜੇ ਸ਼ੋਅ ਦੇ ਵਿੱਚ ਸਵਾਰ ਕੇ ਇਹਦਾ ਮੁਲਾਂਕਣ ਕਰਾਂਗੇ
ਇਹਨੂੰ ਥੋੜ੍ਹਾ ਜਿਹਾ ਟੱਚ ਕਰਨਾ ਚਾਹੁੰਦਾ ਸੀ ਕਿਉਂਕਿ ਦੂਸਰੇ ਪ੍ਰੋਗਰਾਮ ਸੈੱਟ ਕੀਤੇ ਹੋਏ ਨੇ। ਹੁਣ ਪਲੈਟਫਾਰਮ ਤੇ ਪਲੈਟਫਾਰਮ ਆਉਣੇ ਨੇ, 350 million ਅੱਜ ਟਰੂਡੋ ਉਹਨਾਂ ਨੇ 20,000 ਅਫਗਾਨ ਰਿਫਿਊਜ਼ੀਆਂ ਲਈ ਰੱਖਤਾ ਹੈ, 1.5 billion ਇੰਡੀਜਨਸ ਮੈਂਟਲ ਹੈਲਥ ਲਈ, 2.25 billion ਕੈਨੇਡਾ ਸਟੂਡੈਂਟ ਲੋਨ ਦਾ ਇੰਟਰਸਟ ਖਤਮ ਕਰਨ ਲਈ, ਸੋ ਗੋਇੰਗ ਔਨ। ਅਤੇ $1 trillion ਡੈਟ ਜਿਹੜਾ ਕੈਨੇਡਾ ਟੈਕਸਪੇਅਰ ਫੈਡਰੇਸ਼ਨ ਕਹਿ ਰਹੀ ਹੈ, ਉਹਦੇ 'ਤੇ ਕੋਈ ਨਹੀਂ, ਕੋਈ ਵੀ ਬੰਦਾ ਨਹੀਂ ਗੱਲ ਕਰ ਰਿਹਾ, ਕੋਈ ਪੋਲੀਟੀਕਲ ਪਾਰਟੀ ਨਹੀਂ ਗੱਲ ਕਰ ਰਹੀ। ਗਵਰਨੈਂਸ ਜਿਨ੍ਹਾਂ ਦੇ ਕੋਲ ਹੈ, ਜਵਾਬਦੇਹ ਤਾਂ ਉਹ ਨੇ, ਚਾਹੇ ਕੰਜ਼ਰਵੇਟਿਵ ਪਾਰਟੀ ਸੀ ਚਾਹੇ ਲਿਬਰਲ ਸੀ। 600 billion ਤਾਂ ਹਾਰਪਰ ਨੇ ਛੱਡਿਆ, 600 ਤੋਂ ਲੈ ਕੇ 700 billion ਸੀ ਪੈਨਡੈਮਿਕ ਤੋਂ ਪਹਿਲਾਂ, 700 billion ਤੋਂ ਲੈ ਕੇ ਹੁਣ 300 billion ਹੋਰ ਹੈ ਜਿਹੜਾ ਉਹ ਉੱਥੇ ਜਿਹੜਾ ਇਹ ਬੈਠੇ ਹੈ ਪੈਨਡੈਮਿਕ ਦੇ ਵਿੱਚ, $300 billion ਖਰਚ ਹੋਇਆ। ਸੋ ਇਹ ਹੁਣ ਬੜਾ ਪੇਚੀਦਾ ਮਸਲਾ ਹੋ ਗਿਆ, ਕਮਿਊਨਿਟੀ ਨੂੰ ਜੱਜ ਕਰਨਾ ਚਾਹੀਦਾ। ਔਰ ਮੈਂ ਇੱਕ ਹੋਰ ਤੁਹਾਨੂੰ ਦੱਸਾਂ, ਡਿਬੇਟਸ ਜਿੱਤਣਾ ਡਿਬੇਟਸ ਹਰਨਾ ਵੋਟਾਂ 'ਤੇ ਕੋਈ ਫਰਕ ਨਹੀਂ ਪੈਂਦਾ, ਸਵਾਦ ਆ ਜਾਂਦਾ ਹੈ। ਫੇਸਬੁੱਕ 'ਤੇ ਲਿਖਣ ਵਾਲੇ ਗੋ 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 ਗ੍ਰਿਲ ਕਰਤਾ ਇਹ ਕਰਤਾ, ਵੋਟਾਂ ਤਾਂ ਪੋਕਟਸ ਨੇ, ਜਦ ਭਰ ਭਰ ਕੇ ਬੱਸਾਂ ਇਕੱਠੀਆਂ ਜਾਂਦੀਆਂ ਨੇ ਵੋਟਾਂ ਜਦ ਪੈਂਦੀਆਂ, ਜਾਂ ਤੁਹਾਡੇ ਬਕਸੇ ਅਲੱਦੇ ਜਾਂਦੇ ਨੇ ਨਾ, ਬਈ ਇੱਕੋ ਹੀ ਕੈਂਡੀਡੇਟ ਦੀਆਂ ਬਕਸੇ ਤੋਂ ਥੱਲੜੀਆਂ ਇੱਕੋ ਹੀ ਕੈਂਡੀਡੇਟ ਦੀਆਂ ਵੋਟਾਂ ਨੇ, ਫਿਰ ਉਹ ਤੁਹਾਨੂੰ ਦੱਸਦੀਆਂ ਨੇ ਵੀ ਇਹ ਪਈਆਂ ਕਿਵੇਂ ਨੇ ਫਿਰ, ਜਾਂ ਪੁੱਠਾ ਕਰਦੇ ਨੇ ਕੁਛ ਮਿਕਸ ਨੇ। ਦੁਪਹਿਰੋਂ ਬਾਅਦ ਵਾਲੀਆਂ ਫਿਰ ਅੱਧਾ ਅੱਧਾ ਬਕਸਾ ਇਕੱਲੇ ਦਾ ਨਿਕਲਦਾ, ਇਹ ਹੁਣ ਪ੍ਰੈਕਟਿਸ ਲੋਕ ਜਾਣਨ। ਲੋਕ ਸ਼ਕਤੀ ਦੇ ਮੂਹਰੇ ਕੋਈ ਕੁਛ ਨਹੀਂ, ਲੋਕ ਸ਼ਕਤੀ ਦੇ ਮੂਹਰੇ ਗਦਾਫੀ ਸਦਾਮ ਹੁਸੈਨ ਵਰਗੇ ਜਿਹੜੇ ਨੇ ਸੁੱਕੇ ਪੱਤਿਆਂ ਵਾਂਗੂ ਉੱਡ ਗਏ। ਆ 5-7 ਹਜ਼ਾਰ 10 ਹਜ਼ਾਰ ਵੋਟਾਂ ਕਿਹੜੀ ਕਿਹਦੀ ਨਿਆਈ ਨੇ? ਪਰ ਜੇ ਸਾਡੇ ਮਾਪਦੰਡ ਇਹ ਨੇ ਕਿ ਸਾਡਾ ਨਿੱਜ ਮੈਨੂੰ ਜਾਣਦਾ, ਮੇਰੇ ਕੰਮ, ਮੇਰਾ ਵੀਜ਼ੇ ਦੀ ਐਪਲੀ ਜਿਹੜਾ ਚਿੱਠੀ, ਜਦ ਇੱਥੇ ਹੀ ਗੱਲ ਖੜ੍ਹੀ ਹੈ ਫਿਰ ਭੁੱਲ ਜਾਓ ਤੁਹਾਡੇ ਜਵਾਕਾਂ ਦੀ ਇੱਥੇ ਪੜ੍ਹਾਈ ਅਤੇ ਚਾਇਲ ਟੈਕਸ ਬੈਨੀਫਿਟ। ਅਸਲ ਤਾਂ ਚੈਲੰਜ, ਅਸਲ ਡਿਬੇਟ ਦਾ ਤਾਂ ਸਵਾਦ ਜ਼ਿਆਦਾ ਆਵੇ ਜਦ ਬੰਦੇ ਇਕੱਠੇ ਕੀਤੇ ਹੋਣ, ਕੰਸਟੀਚੁਐਂਟਸ ਸਾਹਮਣੇ ਸਟੇਜ 'ਤੇ ਬੈਠੇ ਹੋਣ ਕੈਂਡੀਡੇਟ, ਅਤੇ ਲੋਕਾਂ ਕੋਲ ਹੋਵੇ ਮਾਈਕ, ਫਿਰ ਆ ਸਵਾਦ। ਅਤੇ ਫਿਰ ਹੋਵੇ ਵੀ ਅੱਜ ਹੁਣ 4 ਘੰਟੇ ਨੇ, ਕੋਈ 10 ਸੈਕਿੰਡ ਨਹੀਂ, ਕੋਈ 20 ਸੈਕਿੰਡ ਨਹੀਂ, ਕੋਈ 1 ਮਿੰਟ ਨਹੀਂ, ਮੀਡੀਆ ਕਵਰ ਕਰੇ ਨਾ ਕਰੇ, ਆਵੇ ਵੈਨਿਊ ਦੇ ਵਿੱਚ ਬੰਦੇ ਬੈਠਣ ਅਤੇ ਕੰਸਟੀਚੁਐਂਟਸ ਪੁੱਛਣ ਵੀ ਭਾਈ ਹੁਣ ਦੱਸ ਆਹ ਕੀ ਉਹਦੇ, ਫਿਰ ਸਾਰੇ ਸਵਾਲ ਹੋਣ ਉਹਦੇ 'ਚ। ਇਹ ਨਾ ਹੋਵੇ ਪਰਸਨਲ ਨਹੀਂ, ਪਰਸਨਲ ਕਿਉਂ ਨਹੀਂ, ਬੰਦਾ ਫਿਰ ਸਰੀਰ ਤੋਂ ਬਿਨਾਂ MP ਬਣਿਆ ਹੋਇਆ ਕੋਈ, ਜਾਂ ਜਿਹੜਾ ਜਾਂ ਨਵਾਂ ਜਿਹੜਾ ਕੈਂਡੀਡੇਟ ਬਣਿਆ ਉਹ ਸਰੀਰ ਤੋਂ ਬਿਨਾਂ, ਉਹਦੇ ਪਰਸਨਲ ਸਵਾਲ ਕਿਉਂ ਨਹੀਂ ਪੁੱਛੇ ਜਾਣ? ਬਈ ਉਹਨੂੰ ਪੁੱਛੋ ਬਈ ਦੱਸ, ਪਬਲਿਕ ਆਫਿਸ ਲਈ ਖੜ੍ਹਾ, ਪਬਲਿਕ ਆਹ ਕੀ 10 ਕੰਸਟੀਚੁਐਂਸੀ ਦੇ ਵਿੱਚ ਕੀ ਕੀਤਾ ਪਿਛਲੇ 4 ਸਾਲਾਂ ਦੀ ਟਰਮ ਲਾ ਲਓ, 5 ਦੀ ਲਾ ਲਓ, ਕੋਈ 3 ਵਾਰ ਬਣਿਆ, ਕੋਈ 4 ਵਾਰ ਬਣਿਆ, ਪੁੱਛਿਆ ਜਾਵੇ ਇੱਕ ਚੀਜ਼ ਗਿਣਾਓ ਕਿਹੜੀ ਕੀਤੀ ਹੈ, ਫਿਰ ਉਹਦੇ 'ਤੇ ਸਵਾਲ ਪੁੱਛਣ ਲੋਕ, ਕਨਫਲਿਕਟ ਆਫ ਇੰਟਰਸਟ ਦੇ ਸਵਾਲ ਪੁੱਛਣ, ਕਿਹੜੀ ਜਗ੍ਹਾ ਕੌਣ ਬੜਿਆ, ਕਿਹੜੀ ਜਗ੍ਹਾ ਕਿਹਦੀ ਉਂਗਲ ਆ, ਕੌਣ ਕਿੱਥੇ ਕਿਹੜੀ ਜਗ੍ਹਾ ਕੰਮ ਕਰ ਰਿਹਾ, ਪੁੱਛਣ ਲੋਕ, ਫਿਰ ਲੋਕਾਂ ਦੇ ਸਵਾਲ ਰਹਿ ਜਾਂਦੇ ਨੇ। ਹੁਣ ਇੱਥੇ ਆ ਜਾਣਗੇ, ਜੇ ਮੰਨ ਲਓ ਕੋਈ ਡਿਬੇਟ ਹੁੰਦੀ ਹੈ ਤਾਂ ਕਿੰਨੇ ਕੁ ਸਵਾਲ ਪੁੱਛ ਲੈਂਦਾ ਹੋਸਟ, ਕੀ ਪੁੱਛ ਲੂਗਾ, ਉਹਨੂੰ ਮਰਿਆਦਾ ਰੱਖਣੀ ਪੈਣੀ, ਉਹਦੇ ਉਹ ਮਹਿਮਾਨ ਨੇ, ਲੋਕਾਂ ਦੀ ਕਚਹਿਰੀ 'ਚ ਮਹਿਮਾਨ ਨਹੀਂ, ਕੋਈ ਅਗਲਾ ਕਹਿੰਦਾ ਖੜ੍ਹ ਕੇ ਸਵਾਲਾਂ ਦਾ ਜਵਾਬ ਦੇ ਕੇ ਜਾ ਹੁਣ। ਅਤੇ ਜੇ ਇੰਨਾ ਹੀ ਸਵਾਲ ਪੁੱਛਣ ਦੀ ਜ਼ਰੂਰਤ ਹੈ ਫਿਰ ਵੋਟ ਪਾਉਣ ਦੀ ਵੀ ਜ਼ਰੂਰਤ ਹੋਣੀ ਚਾਹੀਦੀ ਹੈ। ਔਰ ਇਹ ਬਹੁਤ ਬਦਕਾਰ ਇੱਕ ਭੂਮਿਕਾ ਹੈ ਵੀ ਪਿਛਲੀ ਵਾਰ NDP ਨੂੰ ਨਾ ਪਾਇਓ, ਲਿਬਰਲ ਨੂੰ ਹੀ ਪਾ ਦਿਓ ਕਿਉਂਕਿ NDP ਨੇ ਲਿਬਰਲ ਦੀ ਸਪੋਰਟ ਕਰਨੀ ਆ, ਇਸ ਵਾਰ NDP ਨੂੰ ਨਾ ਪਾਇਓ, ਕੰਸਰਵੇਟਿਵ ਦੀ ਸਪੋਰਟ ਕਰੋ। ਦੇਖੋ ਤੁਸੀਂ ਸ਼ਿਫਟ ਕਿਵੇਂ ਆ। 2019 ਦੇ ਵਿੱਚ ਲਾਸਟ ਜਿਹੜੀ ਜਗਮੀਤ ਸਿੰਘ ਉਹਨਾਂ ਦੀ ਕੰਸਟੀਚੁਐਂਸੀ ਦੇ ਵਿੱਚ ਗੈਦਰਿੰਗ ਹੋਈ ਸਰੀ ਨਿਊਟਨ ਦੇ ਵਿੱਚ, ਜਿਹਨੂੰ ਪੂਰਾ ਹਾਈਜੈਕ ਕੀਤਾ ਗਿਆ ਅਤੇ ਜਿਹਦੇ 'ਚ ਬਾਹਰਲੇ ਬੰਦੇ ਆ ਕੇ ਪੋਡੀਅਮ 'ਤੇ ਚੜ੍ਹ ਗਏ, ਸਟੇਜ 'ਤੇ ਚੜ੍ਹ ਗਏ, ਕੈਂਡੀਡੇਟ ਜਿਹੜੇ ਸੀ ਉਹ ਥੱਲੇ ਰਹਿ ਗਏ, ਮਤਲਬ ਸਿਰੇ ਦੀ ਕਹਾਣੀਆਂ, ਪਤਾ ਹੀ ਨਹੀਂ ਲੱਗਦਾ ਹੁੰਦਾ, ਇਹ ਤਾਂ ਬਾਅਦ 'ਚ ਪਤਾ ਲੱਗਦਾ ਜੇ ਤੁਸੀਂ ਐਨਾਲਾਈਜ਼ ਕਰਦੇ ਹੋ। ਉਹਦੇ ਵਿੱਚ ਰਿਬਟਲ ਕਰ ਕਰਕੇ ਅਲਥੀਆ ਰਾਜ ਨੇ ਮੁੜ ਜਗਮੀਤ ਸਿੰਘ ਨੂੰ ਪੁੱਛ ਲਿਆ ਵੀ ਜੇ ਤੇਰੀ ਮਨੋਰਟੀ ਨਾ ਬਣੀ, ਕਿਹਦੀ ਮਦਦ, ਕਿਹਦੀ ਮਦਦ, ਕਿਹਦੀ ਮਦਦ। ਚੌਥੀ ਵਾਰ
जगमीत सिंह उन्हां तों कहा गया कि वी विल गो विद द लिबरल्स, लिबरल की मदद करांगे। दूजे दिन चकती कहानी फिर सवेरे ही, बई फिर छड्डो NDP नूं दी वोट कानू खराब करनी है, फिर लिबरल नूं ही पा दो। रात वाली जिहड़ी जिहड़ी कल होई है डिबेट, उहदे विच हुण 2005 दा बेस करके NDP कैंडीडेट नूं न्यूटन वाले नूं फिर टारगेट किया गया बई तुसीं तां कंजरेटिव वाले नाल रल के 2005 च इस दे खिलाफ साडे आ काम कीता, लिबरल दे क्रैचन दे समें दी गल है। मे बी 2005 च उही सी, रब जानदा जे नहीं तां। अच्छा, हुण उहनां नूं कंजरेटिव नाल जोड़ रहे ने बई जे NDP नूं वोट पाउणी आ तां उह कंजरेटिव नूं पाउणी आ, कंजरेटिव। सो समझ नहीं आउंदी बई कदे NDP, तुसीं लिबरल नूं NDP दीआं फौड़ियां दे नाल सरदारी 2 साल मिल गई, हुण उन्हूं कह रहे हैं भी NDP वाले कंसरवेटिव दे नाल जाणगे। NDP दीआं पॉलिसियां कित्थे कंसरवेटिव दे नाल मिलदियां ने। सो ये जिहड़ी गलत इनफॉर्मेशन है उसनूं कौन सही कर सकदा? कंस्टिट्यूएंट्स, वोटां पाउण वाले। ते जद तक असीं अपने आप आज़ाद हो के वोटां नहीं पाउणियां ते किसे दे थल्ले लग के इस महान देश दे विच, तां इस देश नूं दे आउण वाले समें दीआं ओह पॉलिसी जिहड़ियां भाईचारे नूं इंपैक्ट करनियां उहदे असीं जिम्मेवार हाँ, हुणे कर रहीआं ने। अज तुहाडा ब्रिलियंट बच्चा 12वीं तो बाद वह चाहता डैडी मैनू इत्थे तां मैं तां रुल जूंगा, मैं तां एग्जाम नहीं क्लीयर कर होने, मैं मैडिकल च किवें जाऊँ, मैनू अरूबा भेज दे, मैनू बाउंड भेज दे, मैनू इत्थे भेज दे। उहदे लई $5 लाख है, $5 लाख। मापा कहिंदा कित्थों लिआऊं पुत, इहनूं तां स्टूडेंट लोन नहीं मिलणा, कित्थों लै के आऊँगा मैं तेरे लई। खत्म हो गए उहदे अरमान, तो गल निबड़ गई। उह जांदा क्यों है? सीटां है नहीं। सीटां क्यों है? बड़ियां यूनिवर्सिटियां दी फंडिंग खत्म करती, इंटरनेशनल स्टूडेंटां दे पैसे तो यूनिवर्सिटियां चलदियां ने, 3 गुणा फीस देंदे ने। जे कोई इत्थे वाला जवाक 5000 दिंदा, उह 15000 देंदे ने। उधर वो जमीन बेच के आउंदे ने, इधर आके LMIAं दे धक्के चढ़ के 50000 वह फेर देंदे ने। कि गवर्नेंस की गल करते हो तुसीं? कि कंस्टीट्यूएंसी की गल करते हो? कि तुसीं बिजीएसट ऑफिस की गल करते हो? किहदी जिम्मेवारी बनती है जे थोड़े ग्लोब एंड मेल वर्गे पेपरों के जड़े विवादग्रस्त जड़े ने बदनाम जड़े इमीग्रेशन कंसल्टेंटा दी फोटो छपन, तो वह कंस्टीट्यूएंसी के MP की जिम्मेवारी बनती है कि नहीं? बाहर निकल के बयान देने भी मैं ये प्रैक्टिस के खिलाफ हाँ, लियाओ मेरे को इनफॉर्मेशन, किहड़ा मंगता पैसे थोड़े तो? पर यह नहीं होना, जिहड़ा कुछ हो रहा है वह लोगों को पता है। सो मेरे कहण दा मतलब यह है कि गल्लां ते उस तो बाद डिबेट कौन जित गया यह मैटर नहीं करती मित्रों। डिबेट च जावे ना जावे, जिन्हों लोगों ने वोटा पाउणियां उन्हें जितना। भुलिंदर पाल सिंह जी लाइन नंबर 1। भुलिंदर पाल सिंह, हाँ जी, सत श्री अकाल जी सारयां नूं। सत श्री अकाल जी। मैं ना जी गल चलो डिबेट की कीती, मैं भी देखी आ वो गल। सो मैं पहले ही एक गल कह के सारयां नूं कह लो भी ठंडे जे करदा, ठिठ करदा भी, ताकि कोई ना कहे भी बाहरला बंदा साडे हल्के दे विच क्यों दखलअंदाजी कर रहा। दखलअंदाजी नहीं हैगी। जदों ना नाली विच गंद होवे ते मूहरे फसिया होवे रोड़ा, वह गंद फिर मगर नूं आउंदा। असीं नहीं चाहुंदे भी होर फसिया होया रोड़ा जिहड़ा न्यूटन दे विच उह साडे वल नूं गंद भेजे, है ना, साडे वल नूं वापस आवे। सो सानूं तां फिकर आ, सानूं उत्थों गंदगी वापस आ रही है। सो मैं ना जी कल डिबेट देखते देखते अंकड़े देखे वोटिंग के, जेडे पिछले साल वाले थोड़े से, मैं स्क्रीनशॉट भी लैके रखा। मैनू जिवें एकदम मैं हुण तक नहीं किया, मैनू एकदम निगाह जी गई, तो मैं फटाफट स्क्रीनशॉट लिया ते मैं उन्हू सांभ के रखा, तो मैं कैलकुलेट किया। मैं न्यूटन के लोगों का धन्यवाद करना चाहना कि तुसी लिबरल दे उल्ट बहुत हो। जे तुसी परसेंटेज देखते हो ना, ट्रूडो साहब नूं जां किसे नूं वी अंकड़ा पहुंचदा करो कि तुहाडी जिहड़ी तुसीं जिहड़ा बाहले कहिंदे प्राउड आ, वी बहुत प्राउड आ, पता नहीं किहड़ा प्राउड आ, वह थोड़ी परसेंटेज तां घट आ इत्थे, वह ठीक आ कि डिवाइड होई हुई आ वोट। ते जिहड़ी वोट लिबरल कैंडीडेट नूं पिछले साल पई आ, ते बाई जी चलो हुण अगला कहिंदा वी यार तूं तेरे कोल प्रूफ। मैं सिर्फ यह कहना चाहुंदा कि वोट पता ही आ सारयां नूं वी किवें पई आ, किवें भगताई गई आ।
ਤੇ ਜੇ ਕੋਈ ਹੋਰ ਬੰਦਾ ਵੀ ਕਹਿੰਦਾ ਵਾ ਤਾਂ ਜਿੰਨੀ ਸਿੰਮਸ ਨੂੰ ਪੁੱਛ ਲਓ ਵੀ ਤੁਸੀਂ ਕਿਵੇਂ ਜਿੱਤੇ ਸੀ, ਤੁਹਾਨੂੰ ਵੋਟ ਕਿਵੇਂ ਭਗਤਾਈ ਸੀਗੀ, ਹਨਾ। ਸੋ ਹੈ ਅਲੱਗ ਅਲੱਗ ਬੰਦੇ ਪਾਰਟੀ ਦੇ, ਪਰ ਸਾਨੂੰ ਵੀ ਥੱਲੇ ਤੱਕ ਪਿੰਡਾਂ ਤੱਕ ਗੱਲ ਪਹੁੰਚ ਜਾਂਦੀ ਹੈ ਵੀ ਕੀ ਹੋਇਆ ਕੀ ਨਹੀਂ ਹੋਇਆ। ਸੋ ਮੇਰੇ ਕਹਿਣ ਦਾ ਮਤਲਬ ਵੀ ਮੈਂ ਨਿਊਟਨ ਦੇ ਬੰਦਿਆਂ ਦਾ ਧੰਨਵਾਦ ਕਰਦਾ, ਤੁਸੀਂ ਹੋਰ ਤਕੜੇ ਹੋਵੋ। ਗੱਲ ਉਹੀ ਆ ਵੀ ਵੋਟ ਦੀ ਪ੍ਰਕਿਰਿਆ ਜਿਹੜੀ ਪੈ ਰਹੀ ਆ ਉਹਦੇ 'ਤੇ ਕੋਈ ਬੋਲ ਨਹੀਂ ਰਿਹਾ ਵੀ ਇਹ ਵੋਟ ਪੈ ਕਿਵੇਂ ਰਹੀਆਂ ਨੇ ਵੋਟਾਂ, ਪਰ ਓਵਰਆਲ ਜੇ ਤੁਸੀਂ ਪਰਸੈਂਟੇਜ ਦੇਖੋ ਹਨਾ, ਤੁਸੀਂ ਕਿੰਨੇ ਕੁ ਪੈਸੇ ਲਾਤੇ ਜਾਂ ਦੂਜੇ ਬੰਦੇ ਨੇ ਕਿੰਨੇ ਕੁ ਪੈਸੇ ਲਾਤੇ ਹੋਣਗੇ ਵੀ ਉਹਨਾਂ ਨੂੰ ਇੰਨੀ, ਜੇ ਓਵਰਆਲ ਆਪਾਂ ਇਕੱਠੀ ਕਰੀਏ ਤਾਂ ਕਿੰਨੀ ਵੋਟ ਪੈ ਗਈ ਉਹਨਾਂ ਨੂੰ, ਹਨਾ ਜੀ। ਬਾਕੀ ਰਹੀ ਗੱਲ ਵੀ ਤੁਸੀਂ ਬਾਹਰੋਂ ਆਏ ਹੋ, ਤਾਂ ਤੁਸੀਂ ਬੰਦਾ ਚੱਕ ਕੇ ਆਪਸ ਫੁੱਟ ਕਿਉਂ ਖੜਾਤਾ, ਤੁਸੀਂ ਬਾਹਰਲਾ ਬੰਦਾ, ਤੁਹਾਡੀ ਪਾਰਟੀ ਨੂੰ ਉੱਥੇ ਤੁਸੀਂ ਸੁਣ ਨਹੀਂ ਰਹੇ, ਇਹ ਕੀ ਗੱਲ ਹੋਈ ਆ? ਅਸੀਂ ਤਾਂ ਵਿਰੋਧ ਕਰਦੇ ਹਾਂ, ਪਰ ਗੱਲ ਇਹ ਆ ਵੀ ਜਿਹੜੀ ਮੈਂ ਉਹ ਮੁੰਡੇ ਨੂੰ ਜਾਣਦਾ ਨਹੀਂ ਜੀ, ਆਪਾਂ ਗੱਲ ਤੁਹਾਡੀ ਸਹੀ ਆ ਵੀ ਇਹ ਟੀਵੀ ਵਾਲੀ ਡਿਬੇਟ ਬਸ ਉਹ ਸਵਾਦ ਲੈਣ ਵਾਲੀ ਹੁੰਦੀ ਆ, ਬਟ ਉਹ ਮੁੰਡਾ ਇਹ ਉਹ ਤਾਂ ਜੀ ਬਹੁਤ ਹਾਈ ਲੈਵਲ ਬੰਦਾ, ਉਹ ਤਾਂ ਜਗਮੀਤ ਸਿੰਘ ਲੈਵਲ ਦੀਆਂ ਗੱਲਾਂ ਕਰਦਾ, ਉਹ ਤਾਂ ਬਹੁਤ ਸ਼ਾਰਪ ਮਾਈਂਡ ਆ ਉਹ ਮੁੰਡੇ ਦਾ, ਡਜ਼ਨਟ ਮੈਟਰ ਮੈਂ ਉਹਨੂੰ ਜਾਣਦਾ ਨੀ ਪਰਸਨਲ ਲਾਈਫ ਚ ਉਹ ਕੀ ਆ ਕੀ ਨਹੀਂ, ਉਹ ਤਾਂ ਜੀ ਉਹ ਤਾਂ ਇੱਕ ਕਹਿ ਲਓ ਵੀ ਜਾਂ ਵੈਸੇ ਤਾਂ ਚਾਹੇ ਆਪਦਾ ਜਵਾਕ ਜਿਹੋ ਜਿਹਾ ਮਰਜ਼ੀ ਹੋਵੇ ਸਾਰਿਆਂ ਤੋਂ ਸੋਹਣਾ ਲੱਗਦਾ ਹੁੰਦਾ, ਮੈਨੂੰ ਲੱਗਦਾ ਟਰੂਡੋ ਤੋਂ ਵੀ ਉੱਤੇ ਗੱਲਾਂ ਕਰਦਾ ਉਹ, ਜਿਹੜੇ ਹਿਸਾਬ ਨਾਲ ਉਹਨੇ ਪੂਰੇ 30-30 ਘੰਟੇ ਇੱਕ ਇੱਕ ਮਿੰਟ ਦਿੱਤਾ ਸੀ, ਜਿਹੜੇ ਹਿਸਾਬ ਨਾਲ ਉਹਨੇ 2 ਦੀ ਪੁਆਇੰਟ ਗੱਲ ਕੀਤੀ, ਔਰ ਅਗਲੇ ਨੂੰ ਤਾਂ ਇਹ ਨੀ, ਮੈਂ ਕਹਿੰਦਾ ਯਾਰ ਵੀ ਮੈਂ ਅੰਗਰੇਜ਼ੀ ਤੋਂ ਜਿਵੇਂ ਨਾ, ਮੈਨੂੰ ਤੁਸੀਂ ਐਂ ਨਾ ਕਿਹਾ ਕਰੋ ਰੇਡੀਓ ਤੇ ਵੀ ਅੰਗਰੇਜ਼ੀ ਨੀ ਆਉਂਦੀ, ਅੰਗਰੇਜ਼ੀ ਨੀ ਆਉਂਦੀ, ਮੇਰਾ ਹੌਸਲਾ ਟੁੱਟ ਜਾਣਾ ਐਮ ਪੀ ਖੜਨ ਦਾ, ਇਸ ਲਈ ਐਵੇਂ ਨਾ ਕਿਹਾ ਕਰੋ ਤੁਸੀਂ ਉਹ ਬੰਦਾ, ਜੇ ਕਈ ਵਾਰੀ ਬਸ ਪ੍ਰੋਬਲਮ ਇਹ ਪੈ ਜਾਂਦੀ ਅਗਲਾ ਕੋਈ ਇਹੋ ਜਿਹਾ ਅੱਖਰ ਬੋਲ ਦਿੰਦਾ ਵੀ ਫੈਮਿਨਿਸਟ ਦਾ ਮਤਲਬ ਕੀ ਆ, ਉਹ ਬੰਦੇ ਨੂੰ ਗਾਣੇ ਨੂੰ ਪਤਾ ਨੀ ਲੱਗਦਾ ਵੀ ਇਹਦਾ ਮਤਲਬ ਕੀ ਆ, ਸਵਾਲ ਕੀ ਆ। ਸੋ ਬਸ ਇਹੀ ਆ ਵੀ ਨਿਊਟਨ ਵਾਲੇ ਹੋ ਤੁਸੀਂ ਠੀਕ ਹੋ, ਤਗੜੇ ਹੋ ਵੀ, ਪਰ ਕੋਈ ਗੱਲ ਨੀ, ਪਰ ਜਦੋਂ ਪਟਾਕਾ ਪੈਂਦਾ ਨਾ ਫਿਰ ਸਾਰਾ ਕੁਛ ਹੀ, ਫਿਰ ਬੰਦੇ ਤੋਂ ਉੱਠ ਨੀ ਹੁੰਦਾ, ਇਹ ਬਸ ਮੈਂ ਗੱਲ ਕਹਿਣਾ ਵੀ ਬੰਦੇ ਤੋਂ ਉੱਠਣ ਜੋਗਾ ਤਾਂ ਰਹਿ ਜਾਓ, ਮਾੜਾ ਮੋਟਾ ਆਪ ਹੀ ਸ਼ਰਮ ਕਰ ਲਓ ਵੀ ਅਸੀਂ ਕੀ ਕਰ ਰਹੇ ਹਾਂ, ਅਸੀਂ ਉੱਠਣ ਜੋਗੇ ਰਹਿ ਜਾਓ। ਧੰਨਵਾਦ ਜੀ। ਅਵਨੀਤ ਜੌਹਲ ਦੀ ਗੱਲਬਾਤ ਕਰ ਰਿਹਾ ਸੀ ਜੀ ਪਲਿੰਦਰਪਾਲ ਸਿੰਘ। ਅਵਨੀਤ ਜੌਹਲ ਜਿਹੜਾ ਉਹ ਐਨ ਡੀ ਪੀ ਦਾ ਮੁੰਡਾ ਉਮੀਦਵਾਰ ਹੈ, ਬਹੁਤ ਚਿਰ ਦਾ ਉਹ ਲੋਕਲ ਪੋਲੀਟਿਕਸ ਦੇ ਵਿੱਚ ਹੈ ਐਨ ਡੀ ਪੀ ਦੇ ਨਾਲ, ਹੈਰੀ ਬੈਂਸ ਉਹਨਾਂ ਦੀਆਂ ਮੋਸਟਲੀ ਕੈਂਪੇਨ 'ਚੋਂ ਕੰਮ ਕਰਦਾ ਰਿਹਾ ਗਰਾਸਰੂਟਸ 'ਤੇ, ਅਤੇ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਉਹ ਪ੍ਰੈਜ਼ੀਡੈਂਟ ਰਿਹਾ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈ, ਅਤੇ ਬਹੁਤ ਸ਼ਾਰਪ ਹੈ, ਇੰਗਲੈਂਡ ਦਾ ਜੰਪ ਵਾਲਾ ਹੈ, ਅਤੇ ਬਹੁਤ ਚਿਰ ਦਾ ਪਰਿਵਾਰ ਇੱਥੇ ਆਇਆ। ਉਹਨੇ ਸਵਾਲ ਪੁੱਛ ਲਿਆ ਸੁਖ ਧਾਲੀਵਾਲ ਉਹਨਾਂ ਨੂੰ ਵੀ ਫੈਮਿਨਿਸਟ ਫੋਰਨ ਪੋਲਿਸੀਜ਼ ਕੀ ਹੈ। ਸੋ ਫੈਮਿਨਿਸਟ ਫੋਰਨ ਪੋਲਿਸੀਜ਼ ਤੁਹਾਡੀਆਂ ਉਹ ਕਹਿੰਦੇ ਨੇ ਜਿਹੜੀਆਂ ਨੇ ਉਹ ਕੀ ਹੈ? ਤੁਸੀਂ ਸਾਊਦੀ ਅਰਬ ਨੂੰ ਹਥਿਆਰ ਵੇਚ ਰਹੇ ਹੋ, ਮਿਡਲ ਈਸਟ ਬਿਲੀਅਨਸ ਆਫ ਡਾਲਰ ਦੇ ਹਥਿਆਰ ਵੇਚਦੇ ਹੋ, ਤੁਸੀਂ ਫਿਰ ਕਹਿੰਦੇ ਹੋ ਅਸੀਂ ਫੈਮਿਨਿਸਟ ਜਿਹੜਾ ਫੋਰਨ ਪੋਲਿਸੀਜ਼ ਹੈ, ਉਹ ਫੈਮਿਨਿਸਟ ਦੀ ਮੁੜ ਕੇ ਪੁੱਛਦਾ ਰਹੇ, ਤੈਨੂੰ ਪਤਾ ਫੈਮਿਨਿਸਟ ਦਾ ਮਤਲਬ ਕੀ ਹੈ? ਸੋ ਉਹ ਸਵਾਲ ਰਿਬਟਲ ਹੁੰਦਾ ਰਿਹਾ ਸਾਰਿਆਂ ਦੇ ਸਾਹਮਣੇ ਹੈ। ਭੁਲਿੰਦਰਪਾਲ ਸਿੰਘ ਹੁਣੀ ਉਹ ਦੱਸਦੇ ਗਏ ਨੇ। ਗੁਰਮੁਖ ਸਿੰਘ ਦਿਓਲ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਦੇਖੋ ਗੱਲ ਤਾਂ ਬਿਲਕੁਲ, ਪਹਿਲੀ ਗੱਲ ਤਾਂ ਇਹ ਜਿਹੜੀਆਂ ਚੋਣਾਂ ਹੋ ਰਹੀਆਂ ਥੋਪੀਆਂ ਗਈਆਂ ਲੋਕਾਂ ਦੇ ਉੱਤੇ, ਕਿਸੇ ਨੂੰ ਵੀ ਮੇਰੇ ਖਿਆਲ ਨਾਲ ਇਹ ਬਹੁਤ ਵੱਡਾ ਇਸ਼ੂ ਸੀਗਾ ਵੀ ਤੁਸੀਂ ਮਿਲੀਅਨਸ ਆਫ ਡਾਲਰ ਲਾ ਕੇ ਤੁਸੀਂ ਮੁੜ ਕੇ ਫੇਰ ਉਹ ਮਨਿਓਰਟੀ ਸਰਕਾਰ ਆਉਂਦੀ ਜਿਸਦੀ ਆ ਵੀ ਮੰਨ ਲਓ ਕਿੱਦਾਂ ਤੁਸੀਂ ਲੋਕਾਂ ਦਾ ਭਲਾ, ਮੈਨੂੰ ਤਾਂ ਸਮਝ ਨੀ ਆਉਂਦੀ। ਇੱਕ ਹੋਰ ਚਲੋ ਡਿਬੇਟ ਮੈਂ ਵੀ ਦੇਖੀ, ਜਿੱਦਾਂ ਵਧੀਆ ਗੱਲ ਹੈ ਭਾਈ, ਇਹਦੇ ਵਿੱਚ ਇੱਕ ਵੱਡਾ ਨਿਕਲਦਾ ਵੀ ਇੱਕ ਤਾਂ ਤੁਹਾਡਾ ਕੁਸ਼ਚਨ ਵਾਕਈ ਵੈਲਿਡ ਹੈਗਾ ਵੀ ਬੰਦੇ ਨੂੰ ਚਲੋ ਨਹੀਂ ਪਤਾ ਹੋ ਸਕਦਾ, ਵੱਖਰੀ ਗੱਲ ਆ, ਮੈਂ ਪਰ ਫੇਰ ਵੀ ਪਰ ਜਿਹਨਾਂ ਨੇ ਫੈਮਿਨਿਸਟਾਂ ਦਾ ਝੰਡਾ ਚੱਕਿਆ ਮੈਂ ਕਹਿੰਦਾ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਵੀ ਇਹ ਕੀ ਆ, ਸਾਨੂੰ ਤਾਂ ਆਪ ਨੀ ਸਮਝ ਆਉਂਦਾ ਵੀ ਇਹ ਕਿਹੜੀ ਪੋਲਿਸੀ ਬਣਾਈ ਹੋ ਫੈਮਿਨਿਸਟ ਫੋਰਨ ਪੋਲਿਸੀ। ਪਰ ਹਥਿਆਰਾਂ ਦੇ ਨਾਂ ਦੇ ਉੱਤੇ ਤੁਸੀਂ ਅਫਗਾਨਿਸਤਾਨ ਨੂੰ ਮੰਨ ਲਓ ਕਰਦੇ, ਦੂਜੇ ਪਾਸੇ ਉਹੀ ਸਾਊਦੀ ਅਰੇਬੀਆ ਨੂੰ ਵੇਚਣ ਲੱਗੇ ਹੋ ਤੁਸੀਂ ਚਰਿਆਂ ਕਿੰਨੇ, ਮੰਨ ਲਓ ਇਹ ਜਿਹੜੀਆਂ ਦੋਗਲੀਆਂ ਪੋਲਿਸੀਆਂ ਇਹ ਕਿੱਦਾਂ ਮੰਨ ਲਓ ਲੋਕਾਂ ਦਾ ਭਲਾ ਕਰ ਦੂਗੀਆਂ? ਤੇ ਇਹਨਾਂ ਜਿੰਨੇ ਹੁਣ ਤੱਕ ਇਹਨਾਂ ਦੇ ਮੈਨੀਫੈਸਟੋ ਹੁੰਦੇ ਮੇਰੇ ਖਿਆਲ ਦੇ ਨਾਲ ਸਰਕਾਰ ਦੇ ਮੈਨੀਫੈਸਟੋ ਦੇ ਉੱਤੇ ਇਹ ਗੱਲੀ ਵਰਤੀ ਗਿਣਾ ਜਾਂਦੇ ਆ, ਅਸੀਂ ਪ੍ਰਾਈਡ ਕਰਦੇ ਆਹ ਕਰ ਦਿੱਤਾ ਆਹ ਕਰ ਦਿੱਤਾ, ਮੇਰੇ ਖਿਆਲ ਨਾਲ ਮੈਨੀਫੈਸਟੋ ਦੇ ਵਿੱਚ ਪੁਆਇੰਟ ਟੂ ਪੁਆਇੰਟ ਗੱਲ ਕੀਤੀ ਜਾਵੇ ਤਾਂ ਇਹ ਟੋਟਲ ਫੇਲੀਅਰ ਆਉਂਦਾ, ਕਿਉਂਕਿ ਆਮ ਪਵਿਸ਼ਲ ਪ੍ਰੋਵਿੰਸ਼ੀਅਲ ਸਰਕਾਰਾਂ ਹੁਣ ਜਾਂ ਇਹ ਜਾਏ ਹੁਣ ਇਹਨਾਂ ਦੇ ਉੱਤੇ ਮੇਰੇ ਖਿਆਲ ਨਾਲ ਜਦੋਂ ਇਕੱਲੀ ਇਹ ਇੱਦਾਂ ਦੀ ਚੀਜ਼ ਹੁੰਦੀ ਜਦੋਂ ਇਹ ਨਾਮ ਲੈਂਦੇ ਆ ਅਸੀਂ ਫੰਡਿੰਗ ਕੀਤੀ ਆ, ਮੇਰੇ ਖਿਆਲ ਦੇ ਨਾਲ ਜਿਹਨਾਂ ਨੂੰ ਫੰਡਿੰਗ ਕੀਤੀ ਆ ਜਿਹੜੀਆਂ ਐਨ ਜੀ ਓ ਆ ਜਿਹੜੀਆਂ ਵੀ ਆ ਉਹਨਾਂ ਨੂੰ ਨਾਲ ਖੜੇ ਹੋਣਾ ਚਾਹੀਦਾ, ਉਹ ਲੋਕ ਉਹਨਾਂ ਨੂੰ ਵੀ ਪੁੱਛਣ ਭਾਈ ਤੁਸੀਂ ਕਿਹੜੇ ਫੀਲਡ 'ਚ ਕੰਮ ਕੀਤਾ, ਤੁਸੀਂ ਕਿਹੜੀ ਫੰਡਿੰਗ ਕਿਹੜੇ ਪਾਸੇ ਲਾਉਂਦੇ ਆ, ਮੰਨ ਲਓ ਇੱਥੇ ਇਸ਼ੂ ਸਾਡੇ ਜਿਹੜੇ ਆ ਉੱਥੇ ਦੇ ਉੱਥੇ ਖੜੇ ਆ, ਉਹਨਾਂ ਦੇ ਤਾਂ ਕੋਈ ਵਰਕ ਨਹੀਂ ਹੋ ਰਿਹਾ ਮੇਰੇ ਖਿਆਲ ਦੇ ਨਾਲ ਤਾਂ, ਬਈ ਇਹ ਇੱਕ ਅਸੀਂ ਸਾਨੂੰ ਇੱਕ ਲੱਗਦਾ ਵੀ ਸਾਡੇ 20-25 ਐਮ ਪੀ ਐਮ ਐਲ ਏ ਚਲੇ ਜਾਂਦੇ ਆ, ਮੇਰੇ ਖਿਆਲ ਨਾਲ ਜੇ ਨਾ ਜਾਣ ਤਾਂ ਅਸੀਂ ਵਧੀਆ ਕੰਮ ਕਰ ਸਕਦੇ ਹਾਂ, ਕਿਉਂਕਿ ਉਹ ਮੋਹਰਲਿਆਂ ਨੇ ਵੀ ਉਹੀ ਖੜੇ ਕੀਤੇ ਹੁੰਦੇ, ਇਹਦੀ ਜਿਹੜੇ ਮਰਜ਼ੀ ਚਲੇ ਜਾਣ, ਮੰਨ ਲਓ ਉੱਥੇ ਕੀ ਆ, ਸੋਰੀ ਟੂ ਸੇ ਮੈਨੂੰ ਹੁਣ ਨਾਂ ਲੈਣਾ ਪੈਣਾ, ਕਦੇ ਉੱਜਲ ਦੁਹਾਂ ਕਦੇ ਗੁਰਮੰਤ ਗਰੇਵਾਲ ਹੋਣੀ, ਉਹ ਮੰਨ ਲਓ ਕੀ ਉਹਨਾਂ ਦੇ ਨਾਲ ਇਹਨਾਂ ਦਾ ਇਹਨਾਂ ਵਿੱਚ ਕੀ ਡਿਫਰੈਂਟ ਆ, ਜੋ ਕੁਛ ਉਹੀ ਕਰ ਹੁਣ ਉਹ
ਮੰਨ ਲਓ ਬਣੇ ਹੁੰਦੇ ਸਮੀਖਿਆਕਾਰ ਜੀ, ਦੇਖੋ ਅਸੀਂ ਤੁਹਾਡਾ ਦੱਸਦੇ ਹਾਂ ਵੀ ਏਦਾਂ ਨੀ ਏਦਾਂ, ਉਹ ਮੰਨ ਲਓ ਇੰਡੀਆ ਪਾਕਿਸਤਾਨ ਅਫਗਾਨਿਸਤਾਨ ਬਾਰੇ ਬੋਲਣ ਲੱਗੇ ਹੁੰਦੇ ਆ, ਇਹ ਬੜਾ ਇਹ ਇੱਕ ਮੰਨ ਲਓ ਜਿਹਨਾਂ ਨੂੰ ਮੇਰੇ ਖਿਆਲ ਨਾਲ ਸਭ ਤੋਂ ਜਿਹੜਾ ਕਰਪਟ ਕਲਚਰ ਹੈ ਨਾ, ਕਈ ਵਾਰੀ ਚਲੋ ਕਈ ਵਾਰੀ ਉਹ ਗੱਲ ਮੁੱਦੇ ਤੋਂ ਪਰੇ ਚਲੀ ਜਾਂਦੀ, ਇੱਥੇ ਤਰਕਸ਼ੀਲ ਵਗੈਰਾ ਹੁੰਦੇ ਆ, ਮਤਲਬ ਦੁੱਕੀ ਦਾ ਤਿੱਕੀ ਦਾ ਹੁੰਦਾ, ਜੋਤਸ਼ੀ ਪੜ੍ਹ ਕੇ ਉਹਨੂੰ ਲੱਗੇ ਹੁੰਦੇ ਵੀਡੀਓ ਪਾਉਣ, ਮਤਲਬ ਆ ਜਿਹੜਾ ਸਟੇਟ ਦੀ ਕਰਪਸ਼ਨ ਇਹਦੇ ਵੱਲੋਂ ਕੋਈ ਮੂੰਹ ਨੀ ਕਰਦਾ। ਤੁਸੀਂ ਨਿਤ ਰੋਜ਼ ਗੱਲਾਂ ਕਰਦੇ ਵੀ ਜਿਹਨੂੰ ਜਿੱਥੋਂ ਡਾਂਗ ਬਾਰ ਨੀ ਆ ਪਤਾ, ਜਿੱਥੋਂ ਸਟੇਟ ਤੋਂ ਫੰਡਿੰਗ ਮਿਲਦੀ ਉਹਦੇ ਵੱਲੋਂ ਕੋਈ ਨੀ ਮੂੰਹ ਕਰਦਾ। ਹੈ ਕਿਸੇ ਐਮ ਪੀ ਨੂੰ ਕੋਈ ਪੁੱਛਣਾ ਭਾਈ ਤੁਸੀਂ ਆ ਸ਼ਰੇਆਮ ਝੂਠ ਬੋਲੀ ਜਾਂਦੇ, ਇਹਨਾਂ ਨੂੰ ਕੋਈ ਚੈਲੰਜ ਕਰਦਾ, ਜਾਂ ਐਮ ਐਲ ਏ ਜਾਂ ਐਨ ਜੀ ਓ ਜਿੰਨੀਆਂ ਆਉਂਦੀਆਂ ਤੁਹਾਡੇ ਸਾਹਮਣੇ ਆ ਵੀ ਉਹ ਲੱਲੇ ਭੱਬੇ ਕਰਕੇ ਬਾਅਦ ਵਿੱਚ ਆਪਣਾ ਇੱਕ ਠਗਟਗਾ ਟਿਕਸ ਵਾਲੇ ਆ, ਕਿੰਨਾ ਇਹਨਾਂ ਦੀਆਂ ਕਿੰਨੀਆਂ ਤਨਖਾਹਾਂ ਹੈ, ਕਿਹੜਾ ਇਹਨਾਂ ਨੇ ਕਲਚਰ ਮੰਨ ਲਓ ਕ੍ਰੀਏਟ ਕਰ ਦਿੱਤਾ ਹੈ, ਉਹ ਮੰਨ ਲਓ ਤੁਹਾਡੀਆਂ ਪ੍ਰੋਬਲਮ ਉਹਦੇ ਰੂਟ ਨੂੰ ਕਿੱਥੋਂ ਆਉਂਦੀਆਂ, ਕਿੱਥੋਂ ਪੈਦਾ ਹੁੰਦੀਆਂ, ਓਵਰਡੋਜ਼ ਨਾਲ ਕਿੰਨੇ ਬੰਦੇ ਹੁਣ ਤੱਕ ਮਰ ਚੁੱਕੇ, ਜੂਨ ਤੱਕ 1000 ਬੰਦੇ ਤੋਂ ਉੱਪਰ ਮੰਨ ਲਓ ਬੰਦੇ ਦੀ ਡੈਥ ਹੋਈ ਆ। ਅਸੀਂ ਅਫਗਾਨਿਸਤਾਨ ਨੂੰ ਰੋਂਦੇ ਹਾਂ ਵੀ ਉੱਥੇ 20 ਸਾਲਾਂ ਦੇ ਵਿੱਚ ਮੰਨ ਲਓ 1.5-2 ਲੱਖ ਬੰਦਾ ਨਹੀਂ ਕਤਲ ਹੋਇਆ ਹੋਣਾ, ਇੱਥੇ 20 ਸਾਲਾਂ ਦੀ ਓਵਰਡੋਜ਼ਾਂ ਦੀ ਰੇਟ ਕੱਢ ਕੇ ਦੇਖ ਲਓ ਡੈਥ ਰੇਟ ਕਿੰਨੇ ਬੰਦੇ, ਵੀ ਉਹਨਾਂ ਦੇ ਨਾਲ ਤਾਂ ਸਾਡਾ ਫਰਕ ਕੀ ਫਰਕ ਰਹਿ ਗਿਆ, ਹਾਲੇ ਐਕਸੀਡੈਂਟਾਂ ਜਿਹੜੇ ਮਰਦੇ ਜੁਦੇ ਯਾਰ। ਮੇਰੇ ਖਿਆਲ ਨਾਲ ਇਹ ਯੋਗਤਾ ਅਸਲ ਦੇ ਵਿੱਚ ਹੈ ਨਹੀਂ ਧੱਕੇ ਨਾਲ, ਜਦੋਂ ਵੋਟ ਕਲਚਰ ਦੇ ਵਿੱਚ ਲੋਕਾਂ ਦੀ ਮਜਬੂਰੀ ਹੁੰਦੀ ਵੋਟਾਂ ਪਾਉਣੀਆਂ, ਪਰ ਲੋਕਾਂ ਨੂੰ ਆਪਣੇ ਮੁੱਦਿਆਂ ਦੇ ਵੱਲ ਵੀ ਇਹ ਕਿੱਦਾਂ ਆ, ਇਹਨੇ ਜਿਹੜੇ ਮੈਨੀਫੈਸਟੋ ਆ ਜਿਹੜੇ ਪ੍ਰੋਮਿਸ ਕਰਦੇ ਆ ਉਹ ਮੇਰੇ ਖਿਆਲ ਨਾਲ ਉਹ ਇੱਕ ਕਿਸਮ ਦਾ ਕੁਛ ਹੋਣਾ ਚਾਹੀਦਾ ਬਈ, ਜੇ ਉਹਨਾਂ ਦੇ ਪੂਰੇ ਨਹੀਂ ਉਤਰਦੇ, ਉਹਨਾਂ ਨੂੰ ਨਹੀਂ ਪੂਰੇ ਕਰਦੇ, ਗੱਲੀ ਬਾਤੀ ਜਿੱਦਾਂ ਉਹ ਪੰਜਾਬ ਵਾਲੀ ਪੋਲੀਟਿਕਸ ਆਪਾਂ ਦੇਖਦੇ ਹਾਂ ਉਹਦੇ ਨੂੰ ਘੁੱਲ ਜਾਏ, ਇਹ ਇੱਕ ਮੰਨ ਲਓ ਕ੍ਰਿਮੀਨਲ ਜਾਂ ਕਿਸੇ ਤਰ੍ਹਾਂ ਇਹਨਾਂ ਨੂੰ ਕਿੱਦਾਂ ਕਿਉਂਕਿ ਆਪਣੇ ਪ੍ਰੋਮਿਸ ਕੀਤੋ ਨਹੀਂ ਪੂਰੇ ਕਰਦੇ ਤਾਂ ਕਿੱਦਾਂ ਇਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ, ਇਹਨਾਂ ਇਸ਼ੂਆਂ ਦੇ ਉੱਤੇ ਮੇਰੇ ਖਿਆਲ ਨਾਲ ਇਹਨਾਂ ਨੂੰ ਸਵਾਲ ਹੋਣੇ ਚਾਹੀਦੇ ਆ, ਤੇ ਮੇਰੇ ਖਿਆਲ ਨਾਲ ਐਤਕੀ ਵੀ ਫਾਈਟ ਵਧੀਆ ਰਹਿਣੀ, ਇੱਦਾਂ ਦੀ ਗੱਲ ਨਹੀਂ ਹੈਗੀ, ਜੇ ਲੋਕਾਂ ਚ ਹੋਊਗੀ ਮਾੜੀ ਮੋਟੀ ਸਮਝਦਾਰੀ, ਈਵਨ ਕੋਈ ਵੀ ਹੋਵੇ ਪੁੱਛ ਵਿਰੋਧੀ ਉਹਨੂੰ ਵੀ ਪੁੱਛੋ ਭਾਈ ਇਹਨਾਂ ਦਾ ਫੇਲੀਅਰ ਤੁਸੀਂ ਇਹਨੂੰ ਕਿੱਦਾਂ ਠੀਕ ਕਰੋਗੇ, ਤੇ ਮੇਰੇ ਖਿਆਲ ਨਾਲ ਆਉਣ ਵਾਲੇ ਉਹ ਮੁੰਡੇ ਨੂੰ ਵੀ ਲੈ ਕੇ ਆਓ ਤੇ ਵਧੀਆ ਤਾਂ ਕਿ ਇੱਦਾਂ ਦੇ ਇਸ਼ੂਆਂ ਦਾ ਪਤਾ ਲੱਗੇ, ਕਿਉਂਕਿ ਇਹ ਤਾਂ ਗੱਲਾਂ ਬਾਤਾਂ ਵਾਲਾ ਬਾਕੀ ਸਾਰਿਆਂ ਨੂੰ ਪਤਾ ਹੀ ਆ ਜੀ। ਜ਼ਰੂਰ ਲੈ ਕੇ ਆਊਂਗਾ ਜੀ, ਜ਼ਰੂਰ ਲੈ ਕੇ ਆਊਂਗਾ, ਆਪਾਂ ਚਾਂਸ ਦੇਵਾਂਗੇ ਸਾਰਿਆਂ ਨੂੰ, ਸਵਾਲ ਵੀ ਪੁੱਛਾਂਗੇ। ਹੁਣੇ ਆ ਕੇ ਬਾਕੀ ਸਵਾਲ ਲੈਣਾ ਜੀ, ਤਿੰਨ ਕਾਲਰ ਨੇ, ਸ਼ਮਸ਼ੇਰ ਸਿੰਘ ਬਰਾੜ ਸਾਹਿਬ ਅਤੇ ਜੰਡੀ ਸਾਹਿਬ ਡਾਕਟਰ ਸਾਹਿਬ, ਤਿੰਨਾਂ ਤੋਂ ਬਾਅਦ ਮੈਂ ਇੱਕ ਹੋਰ ਸਨਸਨੀਖੇਜ਼ ਰਿਪੋਰਟ ਤੁਹਾਨੂੰ ਦੱਸਣੀ ਹੈ ਕਿ 1996 ਤੋਂ ਮਹਿੰਗੇ ਘਰ ਕਿਹਨਾਂ ਨੇ ਖਰੀਦੇ ਆ ਕੇ ਸਰੀ 'ਚ, ਸੋਰੀ ਕੁਕਟਲਮ ਅਤੇ ਬਰਨ ਵਿੱਚ, ਅਤੇ ਉਹਨਾਂ ਨੇ ਸਾਲਾਨਾ ਇਨਕਮ ਕਿੰਨੀ ਦਿਖਾਈ, ਅਤੇ 1996 ਦਾ ਪਤਾ ਰੈਵਨਿਊ ਕੈਨੇਡਾ ਨੂੰ ਉਹਨਾਂ ਨੇ ਦੱਬੀ ਰੱਖੀ ਰਿਪੋਰਟ 2016 'ਚ ਸਾਊਥ ਚਾਈਨਾ ਮੋਰਨਿੰਗ ਵਾਲਿਆਂ ਨੇ ਜਿਹੜੀ ਉਹ ਇਨਫੋਰਮੇਸ਼ਨ ਐਕਟ ਦੇ ਥੱਲੇ, ਰਾਈਟ ਆਫ ਇਨਫੋਰਮੇਸ਼ਨ ਐਕਟ ਦੇ ਥੱਲੇ ਸਾਊਥ ਚਾਈਨਾ ਮੋਰਨਿੰਗ ਪੋਸਟ ਨੇ ਉਹ ਪਾਈ, ਅਤੇ ਹੁਣ 5 ਸਾਲਾਂ ਬਾਅਦ ਉਹਨਾਂ ਨੇ ਦੱਸਿਆ ਕਿ ਹਾਂ ਇਹ ਮਹਿੰਗੇ ਘਰਾਂ ਵਾਲਿਆਂ ਨੇ ਦੀਵਾਨੀ ਨਹੀਂ ਸੀ ਟੈਕਸ ਦਿੱਤਾ। ਹੁਣੇ ਆ ਕੇ ਤੁਹਾਡੇ ਸਵਾਲ ਲੈਣਾ, ਅਤੇ ਹੋਰ ਪਲੀਜ਼ ਫੋਨ ਨਾ ਕਰਿਓ, 3 ਕਾਲਸ ਮੈਂ ਲੈ ਕੇ ਅੱਗੇ ਇੱਕ ਛੋਟੀ ਜਿਹੀ ਤੁਹਾਨੂੰ ਇਨਫੋਰਮੇਸ਼ਨ ਦਊਂ, ਫਿਰ ਕਾਲ ਕਰਨਾ। ਸ਼ਮਸ਼ੇਰ ਸਿੰਘ ਜੀ, ਲਾਈਨ ਨੰਬਰ 1, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਮਸ਼ੇਰ ਸਰ, ਪਹਿਲਾਂ ਤਾਂ ਜੀ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਡੈਟ ਵਾਲੀ ਗੱਲ ਕੀਤੀ ਸੀ, ਚਲੋ ਵਧੀਆ ਗੱਲ ਹੈ, ਤੁਸੀਂ ਤੁਹਾਨੂੰ ਤੱਥਾਂ ਨਾਲ ਉਜਾਗਰ ਕਰਤਾ ਜੀ, ਸਾਨੂੰ ਪਤਾ ਲੱਗ ਗਿਆ ਜੀ ਕਿੰਨੇ ਦਾ ਡੈਟ ਹੈ। ਪਰ ਤੁਹਾਨੂੰ ਨੀ ਲੱਗਦਾ ਜੀ ਜਿਹੜਾ ਵੀ ਹਜ਼ਾਰ ਡਾਲਰ ਸੀ ਆਰ ਡੀ ਮਿਲਿਆ ਹੈਗਾ ਉਹਨੂੰ 2-2 ਹਜ਼ਾਰ ਉਹਨੂੰ ਜਿਹੜਾ ਬਾਅਦ ਚ 2-2 ਹਜ਼ਾਰ ਕੀਤਾ ਗਿਆ ਜਗਮੀਤ ਸਿੰਘ ਹੋਰਾਂ ਨੇ ਕਰਵਾਇਆ, ਤੇ ਉਹਨਾਂ ਦਾ ਐਕਸਟੈਂਸ਼ਨ ਪੀਰੀਅਡ ਵੀ ਉਹਨਾਂ ਨੇ ਵਧਵਾਇਆ, ਤੇ ਜੀ ਜਿਹੜੀ ਵੇਜ ਸਬਸਿਡੀ ਸੀ ਜੋ ਕਿ ਬਿਜ਼ਨਸਮੈਨਾਂ ਨੂੰ ਮਿਲੀ ਹੈ ਜੋ 10% ਮਿਲਣੀ ਸੀ 10% ਤੋਂ ਉਹਨਾਂ ਨੇ ਐਕਸਟੈਂਡ ਕਰਵਾਈ ਹੈ 75%। ਇਹ ਚੀਜ਼ ਚ ਵੀ ਇਹ ਚੀਜ਼ ਵੀ ਤਾਂ ਐਂਡੋਰਸ ਕਰਦੀ ਹੈ ਨਾ ਜੀ ਡੈਟ ਨੂੰ, ਇਹ ਚੀਜ਼ ਵੀ ਕਿਤੇ ਨਾ ਕਿਤੇ ਡੈਟ ਕੰਨੀ ਲੈ ਕੇ ਗਈ ਹੈ। ਇਹ 1000 ਮਿਲਣਾ 50% ਦਾ ਵਾਧਾ ਤਾਂ ਸਿੱਧਾ ਹੀ ਹੋ ਗਿਆ, ਕਿੱਥੇ 10% ਮਿਲਣਾ ਜੀ, ਕਿੱਥੇ 75% ਮਿਲਣਾ। ਅੱਧੇ ਬਿਜ਼ਨਸ ਤਾਂ ਇਹ ਜਿਹਨੇ ਉਨੀ ਤਾਂ ਕਮਾਈ ਨਹੀਂ ਸੀ ਉਹਨਾਂ ਨੂੰ ਹੈਗੀ ਜੀ ਜਿੰਨੀ ਉਹਨਾਂ ਨੇ ਸਬਸਿਡੀ ਲੈ ਲਈ। ਤੇ ਇੱਕ ਉਹਨਾਂ ਨੇ ਨਵੀਂ ਗੱਲ ਕੀਤੀ ਹੈ ਜੀ ਜਗਮੀਤ ਸਿੰਘ ਹੋਰਾਂ ਨੇ ਵੀ 5-5 ਹਜ਼ਾਰ ਡਾਲਰ ਵੀ ਮੈਂ ਰੈਂਟ ਦੀ ਸਬਸਿਡੀ ਹੋਊਗਾ। ਤੁਹਾਨੂੰ ਨੀ ਲੱਗਦੀ ਜੀ ਇਹ ਪ੍ਰੈਕਟੀਕਲ ਜੀ ਗੱਲ ਹੈ, ਕਿਤੇ ਨਾ ਕਿਤੇ ਹਾਸੋਹੀਣੀ ਗੱਲ ਹੈ। ਇਹ ਵੀ ਕਿਤੇ ਨਾ ਕਿਤੇ ਹੋਰ ਵਾਧਾ ਕਰੀ ਜਾਂਦੀ ਹੈ ਜੀ ਡੈਟ ਦੇ ਵਿੱਚ, ਇੱਕ ਪਾਸੇ ਤਾਂ ਆਪਾਂ ਡੈਟ ਦੀ ਗੱਲ ਕਰੀ ਜਾਂਦੇ ਹਾਂ, ਇੱਕ ਪਾਸੇ ਉਹੀ ਪਾਰਟੀ ਉਹਨੂੰ ਐਂਡੋਰਸ ਕਰੀ ਜਾਂਦੀ ਆ ਉਹੀ ਚੀਜ਼ ਨੂੰ ਸਪੋਰਟ ਕਰ ਰਹੇ ਨੇ, ਤੇ ਇੱਕ ਪਾਸੇ ਉਹ ਆਪਦੀਆਂ ਪੋਸਟਾਂ ਦੇ ਰੌਲਾ ਪਾ ਰਹੇ ਨੇ ਵੀ ਇੰਨੇ ਬਿਲੀਅਨ ਡਾਲਰ ਦਾ ਇਹਨੇ ਘਾਟਾ ਪਾਤਾ, ਇੰਨੇ ਬਿਲੀਅਨ ਡਾਲਰ ਦਾ ਘਾਟਾ ਪਾਤਾ, ਫਿਰ ਆਪ ਵੀ ਉਹਨਾਂ ਨੂੰ ਸਪੋਰਟ ਕਰੀ ਜਾਂਦੀ। ਤੁਹਾਡਾ ਪੱਖ ਕੀ ਹੈ ਜੀ ਇਹ ਤੇ? ਬਿਲਕੁਲ ਠੀਕ ਹੈ ਤੁਹਾਡੀ ਗੱਲ ਸ਼ਮਸ਼ੇਰ, ਜਿਹੜੇ ਟ੍ਰਿਲੀਅਨ ਡਾਲਰ ਦਾ ਡੈਟ ਹੈ ਉਹਦੇ 'ਚ ਸਰਬ ਦੇ ਵਿੱਚ ਉਹਨਾਂ ਨੇ ਉਸਨੂੰ ਐਕਸਟੈਂਡ ਕਰਾਇਆ ਜਗਮੀਤ ਸਿੰਘ ਹੁਣ ਉਹਨਾਂ ਨੇ ਵਧਾਇਆ, ਅਤੇ ਉਹ ਹੁਣ ਕਿਉਂਕਿ ਖੁਦ ਸਰਕਾਰ ਦਾ ਹਿੱਸਾ ਨਹੀਂ ਸੀ, ਕਿਸੇ ਅਹੁਦੇ 'ਤੇ ਨਹੀਂ ਸੀ, ਉਹ ਕ੍ਰਿਟਿਕ ਵੀ ਨੇ ਅਤੇ ਉਸ ਸਮੇਂ ਉਹਨਾਂ ਵਧਾਉਣ ਦੇ ਵਿੱਚ ਵੀ ਹਿੱਸੇਦਾਰ ਨੇ। ਸੋ ਇਹ ਉਹਨਾਂ ਦੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹਨਾਂ ਨੇ ਐਕਸਟੈਂਡ ਵੀ ਕਰਾਇਆ, ਉਹਨਾਂ ਨੇ ਵਧਾਇਆ ਵੀ, ਉਹਨਾਂ ਨੇ ਸਬਸਿਡੀ ਵੀ ਵਧਾਈ,
ਤੇ ਉਹ ਇਸ ਜਿਹੜਾ ਘਾਟਾ ਜਿਹੜਾ ਘਾਟੇ ਦਾ ਬਜਟ ਹੈ ਜਾਂ ਕਰਜ਼ਾ ਉਹਦੇ 'ਚ ਉਹ ਹਿੱਸੇਦਾਰ ਨੇ। ਤਾਂ ਹੀ ਕਹਿ ਰਿਹਾ ਵੀ ਕੋਈ ਪਾਰਟੀ ਇਸ 'ਤੇ ਗੱਲ ਨਹੀਂ ਕਰ ਰਹੀ ਰਿਗਾਰਡਲੈਸ, ਮੈਂ ਕਿਉਂਕਿ ਲਿਬਰਲ ਗਵਰਨੈਂਸ ਉਹਨਾਂ ਦੀ ਸੀ, ਗਵਰਨਰ ਉਹ ਕਰ ਰਹੇ ਸੀ, ਉਹ ਉਹਨਾਂ ਨੂੰ ਲੋਕ ਵੱਧ ਅਕਾਊਂਟੇਬਲ ਕਰ ਰਹੇ ਨੇ। ਬਰਾੜ ਸਾਹਿਬ ਲਾਈਨ ਨੰਬਰ 3। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਤਾਂ ਏਦਾਂ ਹੀ ਗੱਲ ਕਰਨੀ ਸੀ ਵੀ ਆਪਾਂ ਨੂੰ ਨਾ ਕਈ ਵਾਰੀ ਲੱਗਣ ਲੱਗ ਜਾਂਦਾ ਵੀ ਏਦਾਂ ਸਿਸਟਮ 'ਚ ਇੱਥੇ ਕੋਈ ਘਾਲਾ ਮਾਲਾ ਹੈ ਜਾਂ ਕੁਛ ਏਦਾਂ ਹੇਰਾ ਫੇਰੀ ਹੁੰਦੀ ਹੈ ਜੀ। ਇੱਥੇ ਏਦਾਂ ਨੀ ਹੁੰਦਾ, ਇੱਥੇ ਜਿਹੜਾ ਸਿਸਟਮ ਆ ਬਹੁਤ ਹੀ ਟਰਾਂਸਪੇਰੈਂਟ ਆ, ਉੱਪਰ ਬਹੁਤ ਅਥਾਰਟੀਆਂ ਬੈਠੀਆਂ ਜਿਹੜੀਆਂ ਇਹਨੂੰ ਵਾਚ ਕਰਦੀਆਂ ਹੈਗੀਆਂ। ਕਈ ਵਾਰੀ ਆਪਾਂ ਕੋਈ ਇਲੈਕਸ਼ਨ ਕੈਨੇਡਾ ਕੋਈ ਇੱਕ ਸ਼ਿਕਾਇਤ ਵੀ ਨਹੀਂ ਕੀਤੀ ਹੁੰਦੀ ਤੇ ਆਪਾਂ ਚਿੱਠੀ ਖੋਲ ਕੇ ਬਹਿ ਜਾਂਦੇ ਜੀ ਇੱਥੇ ਆਏ ਹੋਇਆ ਐ ਬੂਟਾ ਪੈ ਗਈ ਉਹ ਪੈ ਗਈਆਂ, ਏਦਾਂ ਦੀ ਕੋਈ ਗੱਲ ਨਹੀਂ ਹੁੰਦੀ, ਨਾ ਹੀ ਮੇਰੇ ਧਿਆਨ ਦੇ ਵਿੱਚ ਹੈਗੀ ਹੈ। ਚਲੋ ਜੇ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਰੇਡੂ ਤੇ, ਹਨਾ। ਤੇ ਬਾਕੀ ਵੀਰ ਜੀ ਗੱਲ ਹੁਣ ਜਦੋਂ ਐਮ ਪੀ ਹੁਣ ਆਪਾਂ ਨੇ ਤਾਂ ਐਮ ਪੀ ਦਾ ਹੀ ਅਪਰੋਚ ਹੁੰਦੀ ਹੈ ਨਾ, ਆਪਾਂ ਉਦੋਂ ਕੀ ਰਿਸਪੈਕਟ ਕਰਦੇ ਹਾਂ, ਆਪਾਂ ਤਾਂ ਉਦੋਂ ਇਹੀ ਰਿਸਪੈਕਟ ਕਰਦੇ ਹਾਂ ਵੀ ਸਾਡੇ ਲਈ ਐਕਸੈਸੇਬਲ ਹੋਵੇ। ਹੁਣ ਦੇਖੋ ਜੀ ਚਲੋ ਆਪਾਂ ਧਾਲੀਵਾਲ ਸਾਹਿਬ ਦੀ ਗੱਲ ਕਰਦੇ ਹਾਂ। ਚਲੋ ਜੀ ਮੈਂ ਤਾਂ ਉਹ ਆਪਣਾ ਕੋਈ ਹੈ ਨੀ ਕਿਸੇ ਪਾਰਟੀ ਦਾ ਬੰਦਾ, ਪਰ ਮੈਂ ਉਦਾਂ ਗੱਲ ਕਰਦਾ ਵੀ ਚਲੋ ਤੁਸੀਂ ਕੋਈ ਗੱਲਬਾਤ ਕਰ ਲੈ ਕੇ ਜਾਂਦੇ ਹੋ, ਤੁਹਾਨੂੰ ਚਾਹ ਪਾਣੀ ਪਿਆਉਂਦਾ ਸੁਣਦਾ ਹੈ ਗੱਲ, ਰਾਈਟ। ਕਈ ਐਮ ਪੀ ਦਾ ਤੁਹਾਨੂੰ ਦਫ਼ਤਰ ਚ ਨੀ ਵੜਨ ਦਿੰਦੇ ਜੀ। ਚਲ ਸਾਹਿਬ ਜਦੋਂ ਮੈਨੂੰ ਯਾਦ ਆ ਵੀ ਜਦੋਂ ਲਾਸਟ ਟਾਈਮ ਡਿਬੇਟ ਹੋਈ ਸੀ, ਸ਼ਾਇਦ ਤੁਸੀਂ ਡਿਬੇਟ ਦੇ ਵਿੱਚ ਕਿਹਾ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਮੈਂ ਭਾਈ 5 ਦਿਨ ਹੀ ਐਕਸੈਸੀਬਲ ਹੋਊਂਗਾ, 2 ਦਿਨ ਨੀ, ਮੈਂ ਬਿਲਕੁਲ 2 ਦਿਨ ਮੈਨੂੰ ਕੋਈ ਨਾ ਬੁਲਾਵੇ, ਠੀਕ ਆ ਵੀ। ਉਹ ਹੁਣ ਜਦੋਂ ਆਪਾਂ ਪਬਲਿਕ ਆਪਾਂ ਜੋਬ ਕਰਦੇ ਹਾਂ ਤੇ ਆਪਾਂ ਨੂੰ 24 ਘੰਟੇ ਐਕਸੈਸੀਬਲ ਚਾਹੀਦੇ ਆ ਜੀ। ਹੁਣ ਉਹ ਮੇਰੀ ਕੌਨਸੀਕੁਐਂਸੀ ਦੇ ਵਿੱਚ ਹੈ ਨੀ ਗਏ ਜੀ, ਜਿਹੜੀ ਤੁਹਾਡੀ ਕੌਨਸੀਕੁਐਂਸੀ ਆ, ਮੈਂ ਡਿਫਰੈਂਟ ਚ ਆ। ਪਰ ਫਿਰ ਵੀ ਜੇ ਕੋਈ ਮੈਂ ਮਸਲਾ ਆਪਦੀ ਕੌਨਸੀਕੁਐਂਸੀ ਚੋਂ ਲੈ ਕੇ ਜਾਂਦਾ, ਵਿਖਾਉਂਦੇ ਆ, ਚਾਹ ਪਾਣੀ ਪਿਆਉਂਦੇ ਆ, ਸੁਣਦੇ ਆ, ਮੈਂ ਕਹਿੰਦਾ ਵੀ ਸਾਰੇ ਐਮ ਪੀ ਏਦਾਂ ਹੀ ਐਕਸੈਸੀਬਲ ਚਾਹੀਦੇ ਆ ਜੀ। ਥੈਂਕ ਯੂ ਵੀਰ ਜੀ। ਬਿਲਕੁਲ, ਪਰਸਨਲ ਜਿਹੜੀ ਗੱਲ ਹੈ ਵੀ ਪਰਸਨਲ ਬੰਦੇ ਦੇ ਆਪਣੇ ਮੁੱਦੇ ਨੇ ਜਿਹੜੇ, ਉਹਨਾਂ ਲਈ ਐਕਸੈਸੀਬਿਲਟੀ, ਪਰ ਇਨ ਜਨਰਲ ਕੰਸਟੀਚੁਐਂਸੀ ਦੇ ਵਿੱਚ ਕੀ ਕਰਨਾ ਉਹ ਵੀ ਜ਼ਰੂਰੀ ਹੈ। 5 ਦਿਨ ਦੀ ਗੱਲ ਜਿਹੜੀ ਉਹ ਕਿਤੇ ਡਿਬੇਟ ਦੇ ਵਿੱਚ ਆਈ ਹੋਊ, ਜੇ ਹੁਣ ਤੁਸੀਂ ਵਾਰ ਐਤਵਾਰ ਨੂੰ 5 ਦਿਨ ਬੰਦੇ ਨੂੰ ਆਪਣੀ ਜ਼ਿੰਦਗੀ ਲਈ ਵੀ ਸਮਾਂ ਚਾਹੀਦਾ, ਉਹ ਕਿੰਨਾ ਕੁ ਚਿਰ ਫਿਰੂ, ਜਾਂ ਫਿਰ ਉਹ 2 ਦਿਨ ਤੁਹਾਡੇ ਘਰਾਂ 'ਚ ਫਿਰ ਲੂ ਤੁਹਾਡੇ ਇਕੱਠਾਂ 'ਚ, ਅਤੇ 5 ਦਿਨ ਉਹਦੇ ਕੋਲ ਆਪਣੇ ਨੇ ਫਿਰ। ਉਹ ਮੇਰਾ ਖਿਆਲ ਉਹ ਬੇਸ ਸੀ ਮੇਰੀ ਗੱਲ ਦਾ। ਸਰਾਬ ਅਵਤਾਰ ਸਿੰਘ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਗਿੱਲ ਸਾਹਿਬ ਜਿੱਥੇ ਨੇ ਉਹ ਜਿਹੜੀ ਮੈਂ ਬੜਾ ਹੈਰਾਨ ਸੀ, ਜਿਹੜੀ 100 ਮਿਲੀਅਨ ਚਾਈਲਡ ਟੈਕਸ ਬੈਨੀਫਿਟ ਦੇ ਵਿੱਚ ਬੱਚਾ ਆਉਂਦਾ ਸਰੀ ਨੂੰ, ਇਹਦਾ ਮਤਲਬ ਸਰੀ ਇੰਨੀ ਕੁ ਮਤਲਬ ਸਰੀ ਦੇ ਲੋਕਾਂ ਦੀ ਇਨਕਮ ਜਾਂ ਇੰਨੀ ਘੱਟ ਆ, ਜੇ ਤੁਹਾਡੇ ਮਾਂ ਪਿਓ ਆਲਮੋਸਟ $5,000 ਕਮਾਉਂਦੇ ਆ ਮਹੀਨੇ ਦਾ, ਤਾਂ ਤੁਹਾਡੀ ਜਿਹੜੇ ਚਾਈਲਡ ਟੈਕਸ ਬੈਨੀਫਿਟ ਉਹ ਆਲਮੋਸਟ ਵਾਟ 0 ਆਉਣੇ ਸ਼ੁਰੂ ਹੋ ਜਾਂਦੇ ਆ, ਠੀਕ ਹੈ ਜੀ। ਤੁਹਾਡੇ ਮਤਲਬ ਇਹਦਾ ਮਤਲਬ ਸਰੀ ਦਾ ਇੰਨਾ ਮਾੜਾ ਹਾਲ ਹੈ, ਮੈਂ ਤਾਂ ਉਹ ਡਾਟਾ ਸੁਣ ਕੇ ਹੈਰਾਨ ਰਹਿ ਗਿਆ ਕੱਲ ਵੀ ਇੰਨਾ ਜ਼ਿਆਦਾ ਵੀ ਤੁਸੀਂ ਉਹਨੂੰ ਐਡਵਰਟਾਈਜ਼ ਕਰ ਰਹੇ ਹੋ 100 ਮਿਲੀਅਨ, ਇਹਦਾ ਮਤਲਬ ਤੁਸੀਂ ਉੱਥੇ ਲੋਕਾਂ ਦੀ ਮਤਲਬ ਇਨਕਮ ਹੀ ਕੋਈ ਨੀ, ਉਹ ਇੱਕ ਗਰੀਬੀ ਦੀ ਨਿਸ਼ਾਨੀ ਹੈ, ਨਾ ਕਿ ਉਹਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ, ਉਹਨੂੰ ਬਹੁਤ ਨੈਗੇਟਿਵਲੀ ਲੈਣਾ ਚਾਹੀਦਾ। ਜਿਹੜੇ ਜੇ ਆਪਾਂ ਇਹ ਚੀਜ਼ ਨੂੰ ਕਰ ਰਹੇ ਹਾਂ, ਦੇਖੋ ਅਸੀਂ ਇੰਨਾ ਚਾਈਲਡ, ਇਹ ਤਾਂ ਮਤਲਬ ਤੁਸੀਂ ਉੱਥੇ ਲੋਕਾਂ ਨੂੰ ਜੋਬਾਂ ਨੀ ਦਿੰਦੇ ਜਾਂ ਇੰਨਾ ਵੈਲ ਪੇਇੰਗ ਜੋਬ ਨੀ ਦਿੰਦੇ ਜਿਹੜੇ ਕਿ ਉਹਨਾਂ ਨੂੰ ਚਾਈਲਡ ਟੈਕਸ ਬੈਨੀਫਿਟ ਦੇ ਵਿੱਚ ਲਈ ਐਲੀਜੀਬਲ ਹੁੰਦੇ ਆ ਉਹ। ਬਾਕੀ ਉਹ ਜਿਹੜੀ ਕੱਲ੍ਹ ਵਾਲੀ ਡਿਬੇਟ ਆ ਉੱਥੇ ਬਹੁਤ ਡਿਸਕਸ਼ਨ ਹੋ ਗਈ, ਉਹ ਮਤਲਬ ਬਾਕੀ ਜਿੱਥੋਂ ਤੱਕ ਗੱਲ ਹੈਗੀ ਆ ਵੀ ਇੱਕ ਐਮ ਪੀ ਨੂੰ ਪਰਸਨਲੀ ਐਕਸੈਸੀਬਲ ਹੋਣਾ ਚਾਹੀਦਾ, ਮੇਰੇ ਖਿਆਲ ਚ ਨਹੀਂ। ਕੋਈ ਵੀ ਕੰਮ ਤੁਹਾਡਾ ਏਦਾਂ ਦਾ ਨੀ ਇਸ ਸਿਸਟਮ ਦੇ ਵਿੱਚ ਜਿਹਦੇ ਲਈ ਤੁਹਾਨੂੰ ਐਮ ਪੀ ਦੀ ਲੋੜ ਹੋਵੇ, ਇੱਥੇ ਦੇ ਸਾਰੇ ਹੀ ਕੰਮ ਬਿਊਰੋਕਰੇਸੀ ਦੇ ਥਰੂ ਹੀ ਹੁੰਦੇ ਆ। ਜੇ ਤੁਹਾਨੂੰ ਕੋਈ ਐਮ ਪੀ ਕਹਿ ਵੀ ਰਿਹਾ ਵੀ ਮੈਂ ਤੁਹਾਡਾ ਆਹ ਕੰਮ ਕਰਾ ਰਿਹਾ, ਹੀ ਇਜ਼ ਲਾਇੰਗ ਟੂ ਯੂ, ਕਿਉਂਕਿ ਇੱਥੇ ਦਾ ਕੰਮ ਜਿਹੜਾ ਐਮ ਪੀ ਨੇ ਕਰਾਉਣਾ, ਐਮ ਪੀ ਤੁਹਾਡੀ ਚਿੱਠੀ ਫਾਰਵਰਡ ਕਰ ਦਊਗਾ, ਉਹ ਅਖੀਰ ਦੇ ਵਿੱਚ ਉੱਥੇ ਜਾ ਕੇ ਹੀ ਮਤਲਬ ਉਹ ਹੋਣਾ ਬਿਊਰੋਕਰੇਸੀ ਦੇ ਥਰੂ ਹੀ ਹੈ। ਇਹ ਨਹੀਂ ਬਿਊਰੋਕਰੇਸੀ ਇੱਥੇ ਬੱਜ ਨਹੀਂ ਕਰਦੀ, ਇੰਡੀਆ ਦੀ ਬਿਊਰੋਕਰੇਸੀ ਦਾ ਤਾਂ ਇੱਥੇ ਦੀ ਬਿਊਰੋਕਰੇਸੀ ਦਾ ਬਹੁਤ ਫਰਕ ਆ। ਮੇਰਾ ਇੱਕ ਬਹੁਤ ਕਲੋਜ਼ ਫਰੈਂਡ ਹੈ, ਵੈਟਨੇਰੀਅਨ ਵੀ ਆ, ਉਹ ਡਿਪਟੀ ਮਿਨਿਸਟਰ ਆ, ਮੈਂ ਉਹਨਾਂ ਕਈ ਵਾਰੀ ਗੱਲ ਹੋਈ, ਉਹ ਕਹਿੰਦਾ ਵੀ ਡੋਂਟ ਗਿਵ, ਅਸੀਂ ਨੋਟ ਦੇਖਦੇ ਨੀ ਵੀ ਥੱਲੇ ਐਮ ਪੀ ਦਾ ਕੀ ਨੋਟ ਲਿਖਿਆ, ਜੋ ਸਾਡੀ ਬਿਊਰੋਕਰੈਟਿਕ ਸੈਟਅਪ ਆ ਉਹਨੇ ਆਪਣੇ ਹਿਸਾਬ ਨਾਲ ਚੱਲਣਾ ਉਹਨੂੰ। ਤਾਂ ਕਰਕੇ ਕਈ ਵਾਰੀ ਇੱਥੇ ਪੋਲੀਟੀਸ਼ੀਅਨ ਦਾ ਮਾੜਾ ਹਾਲ ਵੀ ਤਾਂ ਹੀ ਹੁੰਦਾ, ਕਿਉਂਕਿ ਜੋ ਉਹਨੇ ਲਿਖਿਆ ਆ, ਜੋ ਬਿਊਰੋਕਰੇਸੀ ਨੇ ਇੱਕ ਵਾਰੀ ਕੀਤਾ, ਉਹ ਮੇਰੇ ਖਿਆਲ ਚ ਨੀ ਐਮ ਪੀ ਲਈ ਕਿਸੇ ਬੰਦੇ ਨੂੰ, ਜਿਹਨੂੰ ਕਿਸੇ ਬੰਦੇ ਨੂੰ ਐਮ ਪੀ ਤਾਂ ਲੋੜ ਨੀ, ਮੈਨੂੰ ਇੰਨੇ ਸਾਲ ਇੱਥੇ ਆਏ ਨੂੰ ਹੋ ਗਏ, ਅੱਜ ਤਾਈ ਕਿਸੇ ਐਮ ਪੀ ਤਾਈ ਕਿਸੇ ਐਮ ਐਲ ਏ ਤਾਈ ਲੋੜ ਨੀ ਪਈ, ਨਾ ਕਦੀ ਪੈਣੀ ਆ, ਨਾ ਕਿਸੇ ਕੋਲੇ ਹੈ ਹੀ ਆ ਵੀ ਉਹ ਤੁਹਾਡਾ ਕੋਈ ਕੰਮ ਕਰਾ ਸਕਦਾ, ਕਿਉਂਕਿ ਇੱਥੇ ਹਰ ਇੱਕ ਕੰਮ ਬਾਈ ਦਾ ਬੁੱਕ ਹੁੰਦਾ। ਜੇ ਉਹ ਬਾਈ ਦਾ ਬੁੱਕ ਹੈਗਾ ਉਹ ਤੁਹਾਡਾ ਆਟੋਮੈਟਿਕਲੀ ਹੋ ਜਾਣਾ, ਜੇ ਉਹ ਨਹੀਂ ਹੈਗਾ ਫਿਰ ਤੁਹਾਡਾ ਐਮ ਪੀ ਨੇ ਵੀ ਤੁਹਾਨੂੰ ਮੁੰਡਾ ਦੇ ਕੇ ਗਾਂਹ ਹੋ ਜਾਣਾ, ਉਹਦੇ ਕੋਲੋਂ ਵੀ ਨਹੀਂ ਹੋਣਾ। ਥੈਂਕ ਯੂ। ਥੈਂਕ ਯੂ।
ਬਰਾੜ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ, ਕਹਿੰਦਾ ਸਿਸਟਮ ਬਹੁਤ ਵਧੀਆ ਇੱਥੇ, ਟਰਾਂਸਪਰੈਂਟ ਹੈ, ਇੱਥੇ ਕੁਛ ਨਹੀਂ ਹੋ ਸਕਦਾ। ਉਸੇ ਸਿਸਟਮ ਦੇ ਅਪੋਜਿਟ ਉਹਨਾਂ ਦਾ ਅਗਲੀ ਗੱਲ ਸੀ ਕਿ ਮੈਨੂੰ ਪਰਸਨਲ ਮੇਰੀ ਐਕਸੈਸਿਬਿਲਟੀ ਹੈ, ਇਹਨਾਂ ਤੋਂ ਕੰਮ ਹੁੰਦਾ ਹੈ। ਜੇ ਤੁਸੀਂ ਸਿਸਟਮ ਦੀ ਗੱਲ ਕਰਦੇ ਹੋ, ਫਿਰ ਜਿਹੜੇ ਐਮ ਪੀ ਨੇ ਹਾਊਸ ਆਫ ਕਾਮਨਸ ਦੇ ਵਿੱਚ ਪੋਲਸੀਜ਼ 'ਤੇ ਵਿਚਾਰ ਕਰਨ ਲਈ ਅਤੇ ਪੋਲਸੀਜ਼ ਬਣਾਉਣ ਲਈ ਨੇ, ਤੁਹਾਨੂੰ ਚਾਹ ਪਿਲਾਉਣ ਲਈ ਨਹੀਂ ਹੈ। ਸਮਝਿਓ ਗੱਲ, ਸਵੈ ਵਿਰੋਧੀ ਗੱਲ ਹੈ ਉਹ ਆਪਸ ਵਿੱਚ ਦੋਨੇ ਚੀਜ਼ਾਂ ਦੀ। ਇਹ ਗੱਲ ਡਾਕਟਰ ਜੰਡੀ ਦੀ ਬਿਲਕੁਲ ਸਹੀ ਹੈ, ਉਹ ਸਿਸਟਮ ਦੇ ਵਿੱਚ ਨੇ, ਪ੍ਰੋਫੈਸ਼ਨਲ ਨੇ, ਉਹਨਾਂ ਨੂੰ ਪਤਾ, ਇੱਕੋ ਇੱਕ ਭਾਈਚਾਰੇ ਦੇ ਸਰਜਨ ਨੇ ਉਹ, ਉਹਨਾਂ ਨੂੰ ਪਤਾ ਸਿਸਟਮ ਕਿਵੇਂ ਆਪਰੇਟ ਹੁੰਦਾ। ਨਹੀਂ ਜ਼ਰੂਰਤ ਇੱਥੇ ਕਿਸੇ ਦੇ ਰੈਫਰਲ ਦੀ, ਜੇ ਤੁਸੀਂ ਮੈਰਿਟ ਦੇ ਉੱਪਰੋਂ ਤੁਹਾਨੂੰ ਚੀਜ਼ ਉਹ ਮਿਲਣੀ ਹੈ, ਦੋ ਚੀਜ਼ਾਂ ਅਲੱਗ ਨਹੀਂ ਹੋ ਸਕਦੀਆਂ। ਤੁਸੀਂ ਇਹਨੂੰ ਸਮਝਿਓ ਪਲੀਜ਼, ਉਹ ਤੁਹਾਡਾ ਪਰਸਨਲ ਅਲੱਗ ਇੱਕ ਰਿਲੇਸ਼ਨ ਹੋ ਸਕਦਾ ਕਿਸੇ ਐਮ ਪੀ ਨਾਲ, ਕਿਸੇ ਮਿਨਿਸਟਰ ਨਾਲ, ਕਿਸੇ ਐਮ ਐਲ ਏ ਨਾਲ, ਕਿਸੇ ਪ੍ਰੀਮੀਅਰ ਨਾਲ, ਵੀ ਤੁਸੀਂ ਬੈਠ ਕੇ ਚਾਹ ਪੀ ਆਓ, ਉਹ ਗੱਲ ਅਲੱਗ ਆ। ਵੀ ਜੇ ਤੁਸੀਂ ਕਹੋਗੇ ਵੀ ਚਾਹ ਪੀਣ ਗਿਆ ਪ੍ਰੀਮੀਅਰ ਮੈਨੂੰ ਚੱਕ ਕੇ ਬੀ ਸੀ ਫੈਰੀ ਦਾ ਕੈਪਟਨ ਬਣਾ ਦੂ, ਇਹ ਨਹੀਂ ਹੁੰਦਾ, ਉਹਦੇ ਕੋਲ ਕੁਛ ਨਹੀਂ ਹੈ। ਬਹੁਤ ਇਹ ਲੋਕਾਂ 'ਚ ਸਾਡੇ ਇੱਕ ਭਾਵਨਾ ਹੈ ਵੀ ਮੈਨੂੰ ਐਮ ਐਲ ਏ ਐਮ ਪੀ ਜਾਣ ਦਾ, ਮੇਰਾ ਕੰਮ ਸਿੱਧਾ ਹੋ ਜਾਊ। ਤੁਸੀਂ ਜਾ ਕੇ ਤਾਂ ਦੇਖੋ, ਕਹੋ ਤਾਂ ਦੇ ਫਾਈਲ ਦਿਖਾ ਕੇ, ਛੱਡੋ ਪੰਜਾਬ ਦੀ ਜਿਹੜੀ ਚਿੱਠੀਆਂ ਦੀ ਨਹੀਂ ਮੈਂ ਗੱਲ ਕਰਦਾ, ਇੱਥੇ ਦੇ ਸਿਸਟਮ 'ਚ ਉਹਨੂੰ ਕਿਹਾ ਵੀ ਮੈਨੂੰ 7 ਮਹੀਨੇ ਹੋ ਗਏ ਯਾਰ, ਮੈਨੂੰ ਪਰਮਿਟ ਨਹੀਂ ਸਿਟੀ ਆਫ ਫਲਾਣੀ ਦੇ ਰਹੀ, ਕਰ ਦਿਓ ਤਾਂ ਮਦਦ, ਲੈ ਕਰਾ ਲਿਓ। ਫਿਰ ਇਸ ਤਰ੍ਹਾਂ ਨਹੀਂ ਹੁੰਦਾ। ਜੇ ਸਿਸਟਮ ਬੈਲਟ 'ਤੇ ਚੱਲਦਾ ਹੈ ਤਾਂ ਉਹਦੇ 'ਚ ਇਹ ਇਲੈਕਟਡ ਅਫੀਸ਼ੀਅਲ ਕੁਛ ਨਹੀਂ ਤੁਹਾਡਾ ਧੱਕਾ ਕਰ ਸਕਦੇ। ਇਹ ਹਾਊਸ ਆਫ ਕਾਮਨਸ ਦੇ ਵਿੱਚ ਜਾਂ ਤੁਹਾਡੀ ਅਸੈਂਬਲੀ ਦੇ ਵਿੱਚ ਤੁਹਾਡੇ ਲਈ ਪੋਲਿਸੀਜ਼ ਬਣਾਉਣ ਲਈ ਨੇ, ਉੱਥੇ ਫਾਈਟ ਕਰਨ ਲਈ ਨੇ, ਇਹ ਹੈ ਇਹਨਾਂ ਦਾ ਕੰਮ। ਜਦ ਕੋਈ ਧੱਕਾ ਹੁੰਦਾ, ਜੇ ਕਿਸੇ ਕਮਿਊਨਿਟੀ ਨੂੰ ਰੀਪ੍ਰਜੈਂਟ ਕਰਦੇ ਹੋ, ਉੱਥੇ ਕੋਈ ਅਨਸਰਟਨਟੀ ਹੋ ਰਹੀ ਹੈ, ਉੱਥੇ ਗੱਲ ਕਰਨ ਲਈ ਨੇ ਇਹ। ਮੈਂ ਵਾਪਸ ਆ ਕੇ ਤੁਹਾਨੂੰ ਰਿਪੋਰਟ ਇੱਕ ਸੁਣਾਉਣੀ ਹੈ ਅਤੇ ਉਸ ਤੋਂ ਬਾਅਦ ਫਿਰ ਜੇ ਕੁਛ ਸਮਾਂ ਤੁਹਾਡੀਆਂ ਕਾਲਸ ਲੈਣੀ। ਕਾਫੀ 14 ਕਾਲਰਸ ਵੇਟ ਕਰ ਰਹੇ ਨੇ ਜੀ। ਜਿਹੜੀ ਰਿਪੋਰਟ ਦੀ ਮੈਂ ਗੱਲ ਕਰ ਰਿਹਾ, 1996 'ਚ ਕੈਨੇਡਾ ਰੈਵਨਿਊ ਏਜੰਸੀ ਨੇ ਸਟੱਡੀ ਕੀਤੀ ਕਿ ਮਿਲੀਨਰ ਜਿਹੜੇ ਮਾਈਗ੍ਰੈਂਟਸ ਅਤੇ ਹੋਮ ਓਨਰਸ਼ਿਪ ਹੈ, ਟੈਕਸ ਅਥਾਰਟੀ ਨੇ ਸੀਸਿਸ ਨਾਲ ਰਲ ਕੇ ਇੱਕ ਪ੍ਰੋਜੈਕਟ ਵਿੱਢਿਆ ਅਤੇ ਜਿਸਦਾ ਨਾਂ ਸੀ ਸਾਈਡ ਵਾਈਂਡਰ। 1997 'ਚ ਚਾਈਨਾ ਦਾ ਇਨਫਲੂਐਂਸ ਕੈਨੇਡਾ ਦੇ ਵਿੱਚ, ਆਰ ਸੀ ਐਮ ਪੀ ਅਤੇ ਸੀਸਿਸ ਨੇ, ਚਾਈਨੀਜ਼ ਇੰਟੈਲੀਜੈਂਸ ਸਰਵਿਸਿਜ਼ ਐਂਡ ਟ੍ਰਾਇਡ ਫਾਈਨੈਂਸ਼ੀਅਲ ਲਿੰਕਸ, ਇਹ 1996 ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਸੀ। 22 ਪੇਜ ਦੀ ਰਿਪੋਰਟ, ਇਸ ਨੂੰ ਦੱਬ ਲਿਆ ਉਸ ਸਮੇਂ ਦੀ ਸਰਕਾਰ ਨੇ 1996 'ਚ। ਵਿੱਚੇ ਆਡੀਟਰ ਇੱਕ ਕੰਮ ਕਰਦਾ ਸੀ, ਬਜ਼ੁਰਗ ਰਿਟਾਇਰ ਹੋਣ ਲੱਗ ਗਿਆ। 2016 ਦੇ ਵਿੱਚ ਉਹ ਦੱਸ ਗਿਆ ਸਾਊਥ ਚਾਈਨਾ ਮੋਰਨਿੰਗ ਪੋਸਟ ਦੇ ਮਿਸਟਰ ਯੰਗ ਨੂੰ, ਆਇਨ ਯੰਗ ਨੂੰ, ਜਿਹੜੇ ਉੱਥੇ ਜਿਹੜੇ ਜਰਨਲਿਸਟ ਸੀ, ਉਹਨਾਂ ਨੇ ਰਾਈਟ ਆਫ ਇਨਫੋਰਮੇਸ਼ਨ ਦੀ ਜਿਹੜੀ ਇੱਕ ਪਟੀਸ਼ਨ ਕਰ ਦਿੱਤੀ 2016 'ਚ ਕਿ ਸਾਨੂੰ ਇਹ ਦੱਸਿਆ ਜਾਵੇ। 5 ਸਾਲਾਂ ਬਾਅਦ ਹੁਣ ਉਹ ਚੀਜ਼ ਬਾਹਰ ਨਿਕਲ ਕੇ ਆਈ ਆ, ਜਿਹਦੇ 'ਚ ਆਪਰੇਸ਼ਨ ਸਾਈਡ ਵਾਂਡਰ 1997 ਦੇ ਵਿੱਚ ਉਹਨਾਂ ਨੇ ਦੱਸਿਆ, ਦ ਟ੍ਰਾਇਡਸ, ਦ ਟਾਈਕੂਨਸ ਐਂਡ ਚਾਈਨੀਜ਼ ਇੰਟੈਲੀਜੈਂਸ, ਤਿੰਨੇ ਹੀ ਟਾਈਕੂਨ ਅਤੇ ਅਮੀਰ ਵਾਲੇ ਪੈਸੇ, ਉਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੁਇਕ ਵੇ ਇਨਫਲੂਐਂਸ ਲੈਣ ਲਈ ਕੈਨੇਡਾ ਦੇ ਵਿੱਚ ਤਾਂ 2 ਪੋਲੀਟੀਕਲ ਪਾਰਟੀਆਂ ਨੇ ਅਤੇ ਉਹਨਾਂ ਨੂੰ ਚੰਦੇ ਦਿਓ, ਟੈਨਸ ਆਫ ਥਾਊਜ਼ੈਂਡਸ ਆਫ ਡਾਲਰਸ ਟੂ ਟ੍ਰੈਡੀਸ਼ਨਲ ਪਾਰਟੀਜ਼, ਲਿਬਰਲ ਅਤੇ ਪ੍ਰੋਗਰੈਸਿਵ ਕੰਸਰਵੇਟਿਵ। 1997 'ਚ ਆਪਰੇਸ਼ਨ ਸਾਈਡ ਵਾਈਂਡਰ ਦੇ ਵਿੱਚ ਪਤਾ ਲੱਗਿਆ ਵੀ ਚਾਈਨੀਜ਼ ਇੰਟੈਲੀਜੈਂਸ ਅਤੇ ਅਮੀਰਾਂ ਨੇ ਇਸ ਪਾਰਟੀ ਨੂੰ ਫੰਡ ਕਰਕੇ, ਉਸ ਤੋਂ ਬਾਅਦ ਉਹਨਾਂ ਨੇ ਇੱਥੇ ਆਪਣੇ ਪੈਸੇ ਇਨਵੈਸਟ ਕੀਤੇ, ਖਾਸ ਤੌਰ 'ਤੇ ਵੈਨਕੂਵਰ ਦੇ ਮਹਿੰਗੇ ਘਰਾਂ 'ਚ, ਸਬਰਬਸ ਜਿਹੜੇ ਬਰਨਵੀ ਅਤੇ ਕੁਕਿਟਲਮ ਦੇ 90% ਮਹਿੰਗੇ ਘਰ ਉਹਨਾਂ ਨੇ ਖਰੀਦੇ। 3.25 ਮਿਲੀਅਨ ਦਾ ਇੱਕ ਘਰ ਇੱਕ ਬੰਦੇ ਨੇ ਖਰੀਦਿਆ, ਉਹਦੀ ਸਾਲ ਦੀ ਇਨਕਮ ਉਹਨੇ ਦਿਖਾਈ $174, 174 ਵਰਲਡ ਦੀ ਇਨਕਮ ਉਹਨੇ ਦਿਖਾਈ, $174, 174,000 ਨਹੀਂ $174। ਸੋ ਉਹ ਪੂਰੀ ਰਿਪੋਰਟ ਛਪੀ ਆ, ਕੋਈ $200 ਦਿਖਾ ਰਿਹਾ ਸਾਲ ਦੀ, ਕੋਈ $300 ਦਿਖਾ ਰਿਹਾ, ਘਰ ਉਹ 3-3 ਮਿਲੀਅਨ ਦੇ ਰਹਿ ਰਹੇ ਨੇ। ਆਉਣ ਵਾਲੀ ਸਾਡੀ ਪੀੜ੍ਹੀ ਬਰਬਾਦ ਕਰ ਦਿੱਤੀ, ਘਰ ਜਿਹੜੇ ਨੇ ਉਹ ਮਹਿੰਗੇ ਹੋ ਗਏ ਅਤੇ ਸਾਰਿਆਂ ਦੇ ਇਸ ਤੋਂ ਬਾਹਰ ਚਲੇ ਗਏ। ਸਾਊਥ ਚਾਈਨਾ ਪੋਸਟ 'ਤੇ, ਐੱਸ ਸੀ ਐੱਮ ਪੀ 'ਤੇ ਜਾ ਕੇ, ਸਾਊਥ ਚਾਈਨਾ ਮੋਰਨਿੰਗ ਪੋਸਟ 'ਤੇ ਜਾ ਕੇ ਪਲੀਜ਼ ਇਹ ਪੜ੍ਹਿਓ ਵੀ 1996 'ਚ ਪਤਾ ਸੀ, 20 ਸਾਲ ਦੱਬੀ ਰੱਖੀ, 2016 ਦੇ ਵਿੱਚ ਅੰਦਰਲੇ ਆਡੀਟਰ ਨੇ ਸਾਊਥ ਚਾਈਨਾ ਪੋਸਟ ਨੂੰ ਦੱਸਿਆ, ਉਹਨਾਂ ਨੇ ਹੁਣ ਐਪਲੀਕੇਸ਼ਨ ਪਾਈ, ਹੁਣ 5 ਸਾਲਾਂ ਬਾਅਦ ਉਹ ਰਿਪੋਰਟ ਨਿਕਲੀ ਆ ਵੀ ਕਿਸ ਤਰ੍ਹਾਂ ਇਹ ਲੋਕਾਂ ਨੇ ਮਹਿੰਗੇ ਘਰ ਲਏ ਅਤੇ ਇੱਕ ਪੈਸਾ ਡਾਲਰ, ਇੱਕ ਡਾਲਰ ਸਰਕਾਰ ਨੂੰ ਨਹੀਂ ਦਿਆ, ਰਾਦਰ
ਇਹਨਾਂ ਨੇ GST ਰਿਫੰਡਸ ਲਏ। ਆਇਲ ਆਫ ਮੈਨ ਦੇ ਵਿੱਚ ਤੁਹਾਨੂੰ ਪਤਾ KPMG ਵੱਲੋਂ ਇਨਵੈਸਟ ਕੀਤੇ ਜਿਹੜੇ ਸ਼ੈਮ ਇਨਵੈਸਟਮੈਂਟਸ ਨੇ, ਸ਼ੈਮ ਕੰਪਨੀਆਂ ਬਣਾ ਕੇ, ਉਹਨਾਂ ਨੂੰ CRA ਨੇ ਐਮਨੈਸਟੀ ਦਿੱਤੀ ਬਈ ਜੇ ਇੰਨੇ ਕੁ ਦੇ ਦਿਓ ਸਾਨੂੰ, ਸਾਨੂੰ ਤੁਸੀਂ ਵੱਧ ਨਾ ਦਿਓ, ਇੰਨੇ ਕੁ ਦੇ ਦਿਓ। ਇੱਕ ਬਹੁਤ ਵੱਡੇ ਘਰ ਦਾ ਮਾਲਕ ਜਿਹਨੇ ਆਇਲ ਆਫ ਮੈਨ ਜਿਹੜੀ ਇੱਕ ਆਈਲੈਂਡ ਆ ਇਹਦੇ 'ਚ ਸਕੋਟਲੈਂਡ 'ਚ, ਉਹਦੇ 'ਚ ਇਨਵੈਸਟ ਕੀਤਾ ਹੋਇਆ, ਉੱਥੇ ਇੱਕ ਸ਼ੈਲ ਕੰਪਨੀ ਬਣਾ ਕੇ ਉੱਥੇ ਮਨੀ ਇਨਵੈਸਟ ਕੀਤੀ ਹੋਈ ਆ, ਨਾਲ ਉਹ GST ਰਿਫੰਡ ਲੈ ਰਿਹਾ ਅਤੇ 3 ਮਿਲੀਅਨ ਦੇ ਘਰ 'ਚ ਰਹਿ ਰਿਹਾ। ਬਹੁਤ ਵੱਡੀਆਂ ਰਿਪੋਰਟਸ KPMG ਦੇ ਬਾਰੇ ਛਪੀਆਂ ਸੀ। ਇਹਦੇ ਵਿੱਚ ਵੀ ਸੀਸਸ ਅਤੇ RCMP ਨੇ ਸਾਈਡ ਵਾਈਂਡਰ ਰਿਪੋਰਟ 1996 ਦੱਸੀ ਵੀ ਇਹ ਬੰਦੇ ਇਸ ਤਰ੍ਹਾਂ ਇਨਵੈਸਟ ਕਰ ਰਹੇ ਨੇ, ਅਤੇ ਉਹਦਾ ਇਫੈਕਟ ਕਿਹਦੇ 'ਤੇ ਪੈਣਾ? ਲੋਕਲ ਮਾਰਕੀਟ 'ਤੇ। 25 ਸਾਲ ਇਹ ਰਿਪੋਰਟ ਦੱਬੀ ਰੱਖੀ। ਸੋ ਆਹ ਕੁਝ ਹੈ, ਅਤੇ ਬਾਕੀ ਹੁਣ ਮਰਜ਼ੀ ਵੋਟਰਾਂ ਦੀ ਹੈ, ਇਨਫੋਰਮੇਸ਼ਨ ਦੇਣਾ ਸਾਡਾ ਫਰਜ਼ ਹੈ। ਸੋ ਇਹ ਇਸ਼ੂਜ਼ ਨੇ ਜੀ, ਕਮਿਊਨਿਟੀ ਇਸ 'ਤੇ ਨਿਗਾਹ ਰੱਖੇ, ਸਾਡਾ ਤੁਹਾਡੇ ਤੱਕ ਪਹੁੰਚਾਉਣਾ ਫਰਜ਼ ਹੈ। ਸਾਡੇ 'ਚ ਕੋਈ ਗੀਦੀ ਬਣ ਕੇ ਗਲਤ ਇਨਫੋਰਮੇਸ਼ਨ ਪਹੁੰਚਾਵੇ ਉਹਨੂੰ ਵੀ ਸਿੱਧਾ ਕਰਨਾ ਸਾਡਾ ਫਰਜ਼ ਹੈ। ਸ਼ੇਰੇ ਪੰਜਾਬ ਦੀ ਇਹ ਪੋਲਿਸੀ ਹੈ, ਨਾ ਕਿਸੇ ਨਾਲ ਵੈਰ ਆ, ਨਾ ਕਿਸੇ ਨਾਲ ਦੋਸਤੀ ਆ, ਸੱਚ ਸੱਚ ਆ ਜਿਹੜਾ ਉਹ ਤੁਹਾਡੇ ਤੱਕ ਪਹੁੰਚਦਾ ਹੋਏਗਾ। ਕੱਲ੍ਹ ਨੂੰ ਮਿਲਦੇ ਹਾਂ ਫਿਰ ਸਵੇਰੇ, ਰੱਬ ਰੱਖ।